आप जी ਦਾਸ ਗੁਰਦੀਪ ਸਿੰਘ ਜਗਪੀਰ ਵੱਲੋਂ ਇੱਕ ਵਾਰੀ ਫੇਰ ਆਪ ਜੀ ਦਾ ਤਹਿ ਦਿਲੋਂ ਸਵਾਗਤ। ਜਿਵੇਂ ਕਿ ਆਪ ਜਾਣਦੇ ਹੋ ਕਿ ਹਰ ਸ਼ੁੱਕਰਵਾਰ ਦੀ ਸ਼ਾਮ ਮੈਂ ਆਪ ਜੀ ਦਾ ਦਾਸ ਕਰੰਟ ਅਫੇਅਰ ਪ੍ਰੋਗਰਾਮ ਲੈ ਕੇ ਆਪ ਜੀ ਦੇ ਚਰਨ ਪਰਚਾ ਕਰਦਾ। ਕਰੰਟ ਅਫੇਅਰ ਭਾਵ ਕੌਮ ਦੇ ਵਿੱਚ ਚੱਲ ਰਹੇ ਉਹ ਮੁੱਦੇ, ਜਿਨ੍ਹਾਂ ਮੁੱਦਿਆਂ ਬਾਰੇ ਅਸੀਂ ਅੱਜ ਦੇ ਦਿਨ ਬੈਠ ਕੇ ਆਪਸ ਦੇ ਵਿੱਚ ਵਿਚਾਰ ਕਰਦੇ ਹਾਂ, ਔਰ ਇਸ ਵਿਚਾਰ ਅਧੀਨ ਸਾਡੇ ਨਾਲ ਮਹਿਮਾਨ ਵੀ ਸ਼ਾਮਲ ਹੁੰਦੇ ਨੇ ਔਰ ਆਪ ਜੀ ਦੀਆਂ ਫੋਨ ਕਾਲਸ ਵੀ ਸ਼ਾਮਲ ਹੁੰਦੀਆਂ ਨੇ। ਇਸ ਵਕਤ ਕੌਮ ਦੇ ਵਿੱਚ ਕਈ ਮਸਲੇ ਨੇ ਔਰ ਜਿਨ੍ਹਾਂ ਮਸਲਿਆਂ ਉੱਪਰ ਆਪਾਂ ਵਿਚਾਰ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਕੀਤੀ ਵੀ ਹੈ, ਲੇਕਿਨ ਮੁੱਖ ਮੁੱਦਾ ਮੁੱਖ ਵਿਸ਼ਾ ਜ਼ਾਹਿਰ ਤੌਰ ਉੱਪਰ ਇਹੋ ਹੀ ਹੈ ਕਿ ਸਾਡੀ ਹੀ ਕੌਮ ਦੇ ਨਾਲ ਬਾਰ ਬਾਰ ਕਿਉਂ ਤਸ਼ੱਦਦ ਹੁੰਦਾ, ਸਾਡੀ ਹੀ ਕੌਮ ਦੇ ਨਾਲ ਕਿਉਂ ਵਿਤਕਰੇ ਹੁੰਦੇ ਨੇ, ਸਾਡੀ ਹੀ ਕੌਮ ਦੇ ਵਿੱਚ ਐਸੀ ਕਿਉਂ ਦੋ ਫਾੜ ਪੁਆਏ ਜਾਣ ਦੀਆਂ ਕੋਸ਼ਿਸ਼ਾਂ ਲਗਾਤਾਰ ਹੁੰਦੀਆਂ ਨੇ, ਔਰ ਸਾਡੀ ਹੀ ਕੌਮ ਦੇ ਨਾਲ ਐਸਾ ਕਿਉਂ ਹੋ ਰਿਹਾ, ਇਸ ਬਾਰੇ ਵੀ ਅਸੀਂ ਕੋਈ ਵੀ ਡਿਸਕਸ਼ਨ ਕਰੀਏ ਉਸ ਦੇ ਵਿੱਚ ਇਹ ਵਿਚਾਰ ਜ਼ਰੂਰ ਕਰਿਆ ਕਰਦੇ ਹਾਂ। ਇਸ ਵਕਤ ਵਿਚਾਰ ਅਧੀਨ ਕਈ ਵਿਸ਼ੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਜਿਵੇਂ ਕਿ ਇਸ ਵਕਤ ਅਜਾਇਬ ਘਰ ਦੇ ਵਿੱਚ ਤਸਵੀਰਾਂ ਲਗਾਈਆਂ ਜਾ ਰਹੀਆਂ ਨੇ ਕਿ ਅਸੀਂ ਕਿਸੇ ਤਸਵੀਰ ਦੇ ਨਾਲ ਸਹਿਮਤ ਹਾਂ ਜਾਂ ਕਿ ਅਸੀਂ ਕਿਸੇ ਤਸਵੀਰ ਦੇ ਨਾਲ ਸਹਿਮਤ ਨਹੀਂ ਹਾਂ, ਜਾਂ ਫਿਰ ਕੀ ਪੂਰੀ ਕੌਮ ਦੀ ਸਹਿਮਤੀ ਹੈ ਕਿ ਕਿਤੇ ਐਸਾ ਤਾਂ ਨਹੀਂ ਕਿ ਕਿਸੇ ਐਸੇ ਵਿਅਕਤੀ ਦੀ ਤਸਵੀਰ ਲਗਾ ਦਿੱਤੀ ਜਾਵੇ ਜਿਸ ਦੀ ਕਿ ਕੌਮੀ ਤੌਰ ਪਰ ਸਹਿਮਤੀ ਨਾ ਹੋਵੇ। ਐਸੇ ਵੀ ਵਿਚਾਰ ਉੱਠੇ, ਪਰ ਅੱਜ ਦਾ ਇਹ ਵਿਸ਼ਾ ਨਹੀਂ ਹੈ। ਮੈਂ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਭਖਦੇ ਮੁੱਦੇ ਜਾਂ ਵਿਸ਼ੇ ਇਸ ਵਕਤ ਕਈ ਨੇ। ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਇਸ ਵਕਤ ਆਨੰਦ ਮੈਰਿਜ ਐਕਟ ਜੋ 2012 ਦਾ ਪੇਸ਼ ਕੀਤਾ ਗਿਆ ਰਾਜ ਸਭਾ ਦੇ ਵਿੱਚ, ਜੋ ਕਿ ਸੋਧ ਬਿੱਲ ਹੈ, ਤਰਮੀਮ ਬਿੱਲ ਹੈ, ਔਰ ਇਸ ਬਿੱਲ ਦੇ ਵਿੱਚ ਕਿਸ ਕਿਸਮ ਦੀਆਂ ਸੋਧਾਂ ਕੀਤੀਆਂ ਗਈਆਂ ਨੇ, ਸਿੱਖ ਕੌਮ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ ਜਾਂ ਕਿ ਸਿੱਖ ਕੌਮ ਨੂੰ ਪਛਾੜਨ ਦੀ ਇੱਕ ਹੋਰ ਕੋਸ਼ਿਸ਼ ਹੈ, ਔਰ ਇਸ ਦੇ ਬਾਬਤ ਜੇ ਅਸੀਂ ਵਿਚਾਰ ਕਰਕੇ ਦੇਖੀਏ ਤਾਂ ਸਾਡੀ ਕੌਮ ਦੀ ਇੱਕ ਤਰਾਸਦੀ ਵੀ ਹੈ ਕਿ ਅਸੀਂ ਕਿਸੇ ਚੀਜ਼ ਨੂੰ ਬਾਅਦ ਦੇ ਵਿੱਚ ਵਿਚਾਰਦੇ ਹਾਂ, ਪਹਿਲਾਂ ਅਸੀਂ ਕਦੀ ਕਿਸੇ ਚੀਜ਼ ਨੂੰ ਵਿਚਾਰਿਆ ਨਹੀਂ। ਜਦੋਂ ਪੇਸ਼ ਹੋ ਜਾਂਦੀ ਹੈ ਫਿਰ ਅਸੀਂ ਸਾਰੇ ਹੀ ਖਾ ਪਾਉਂਦੇ ਹਾਂ, ਆਹ ਹੋ ਗਿਆ, ਉਹ ਹੋ ਗਿਆ, ਆਹ ਨਹੀਂ ਹੋਣਾ ਚਾਹੀਦਾ ਸੀ, ਉਹ ਨਹੀਂ ਹੋਣਾ ਚਾਹੀਦਾ ਸੀ। ਜ਼ਾਹਿਰ ਤੌਰ ਪਰ ਕੀ ਕੋਈ ਐਸਾ ਕਦਮ ਅਸੀਂ ਨਹੀਂ ਚੁੱਕ ਸਕਦੇ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਸਿੱਖਾਂ ਦੇ ਕੀ ਹੱਕ ਨੇ ਜਾਂ ਸਿੱਖਾਂ ਦੇ ਕੀ ਹਕੂਕ ਨੇ, ਉਹਨਾਂ ਸਾਰੇ ਸਿੱਖਾਂ ਦੇ ਹੱਕਾਂ ਦੇ ਲਈ ਹੀ ਇੱਕ ਸੋਧ ਬਿੱਲ ਪੇਸ਼ ਕੀਤਾ ਜਾਵੇ ਜਿਸ ਦੇ ਵਿੱਚ ਸਾਰੀਆਂ ਹੀ ਗੱਲਾਂ ਆ ਜਾਣ, ਕਿਉਂਕਿ ਸਾਡੇ ਸਾਰੇ ਹੀ ਸੰਸਕਾਰ ਨਾ ਤਾਂ ਹਿੰਦੂਆਂ ਦੇ ਨਾਲ ਮਿਲਦੇ ਨੇ, ਨਾ ਮੁਸਲਮਾਨਾਂ ਦੇ ਨਾਲ ਮਿਲਦੇ ਨੇ, ਨਾ ਸਾਡਾ ਜਨਮ ਸੰਸਕਾਰ ਹੈ, ਨਾ ਮ੍ਰਿਤ ਸੰਸਕਾਰ ਹੈ, ਨਾ ਆਨੰਦ ਮੈਰਿਜ ਹੈ, ਨਾ ਸਾਡੀ ਹੋਰ ਕੋਈ ਵੀ ਐਸੀ ਵਿਧੀ ਜਿਹੜੀ ਧਰਮ ਦੇ ਵਿੱਚ ਪ੍ਰਚਲਿਤ ਹੋਵੇ। ਸਾਡਾ ਬਿਲਕੁਲ ਹੀ ਨਿਆਰਾਪਨ, ਬਿਲਕੁਲ ਹੀ ਵੱਖਰਾਪਨ ਹੈ, ਅਸੀਂ ਕਿਸੇ ਦੇ ਨਾਲ ਰਲਾਇਆ ਵੀ ਰਲ ਨਹੀਂ ਸਕਦੇ, ਔਰ ਇਸ ਕਰਕੇ ਚਲੋ ਜਿੰਨੀ ਦੇਰ ਤੱਕ ਸਾਡੇ ਪਾਸ ਸਾਡਾ ਰਾਜ ਨਹੀਂ ਹੁੰਦਾ, ਜਿੰਨੀ ਦੇਰ ਤੱਕ ਸਾਡੇ ਪਾਸ ਸਾਡਾ ਦੇਸ਼ ਨਹੀਂ ਹੁੰਦਾ, ਉਨੀ ਦੇਰ ਤੱਕ ਜਿਸ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ ਘੱਟੋ ਘੱਟ ਉਸ ਦੇਸ਼ ਦੇ ਸੰਵਿਧਾਨ ਦੇ ਵਿੱਚ ਤਾਂ ਸਾਨੂੰ ਇੱਕ ਵੱਖਰੇ ਆਪਣੇ ਅਧਿਕਾਰਤ ਜਿਹੜੇ ਸਾਡੇ ਅਸੂਲ ਨੇ, ਹਕੂਕ ਨੇ, ਉਹਨਾਂ ਹੱਕਾਂ ਦੇ ਮੁਤਾਬਕ, ਹਕੂਕਾਂ ਦੇ ਮੁਤਾਬਕ ਸਾਡੇ ਲਈ ਇੱਕ ਖਾਸ ਵਿਸ਼ੇਸ਼ ਕਾਨੂੰਨ ਹੋਣਾ ਚਾਹੀਦਾ ਜਿਹੜਾ ਕਿ ਕੁਝ ਸਟੇਟਾਂ ਦੇ ਵਿੱਚ ਹੈ ਵੀ। ਖੈਰ ਅੱਜ ਦਾ ਮੁੱਦਾ ਇਹ ਵੀ ਨਹੀਂ, ਅੱਜ ਦਾ ਵਿਸ਼ਾ ਇਹ ਵੀ ਨਹੀਂ, ਆਪਾਂ ਅੱਜ ਦੀ ਗੱਲ ਕਰ ਰਹੇ ਹਾਂ। ਅੱਜ ਦੀ ਗੱਲ ਦੇ ਵਿੱਚ ਮੈਂ ਆਪ ਜੀ ਨੂੰ ਬੜੀ ਸ਼ਾਰਟ ਦੇ ਵਿੱਚ ਦੱਸਦਿਆਂ ਕਿ 1984 ਦੇ ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਸਰੇਆਮ ਕਤਲੇਆਮ ਕਰਵਾਏ ਗਏ, ਕਾਂਗਰਸ ਦੇ ਕਹਿਣ ਤੇ ਕਰਵਾਏ ਗਏ, ਔਰ ਪੁਲਿਸ ਔਰ ਮਿਲਟਰੀ ਉਸ ਵਕਤ ਉਹਨਾਂ ਦੇ ਨਾਲ ਸੀ ਜਿਨ੍ਹਾਂ ਨੇ ਸਿੱਖਾਂ ਦੇ ਸਰੇਆਮ ਕਤਲੇਆਮ ਕੀਤੇ। ਇਸ ਦੇ ਵਿੱਚ ਕੋਈ ਕਹਿਣ ਲੱਗਿਆ ਸਾਨੂੰ ਡਰ ਨਹੀਂ, ਕੋਈ ਸ਼ੁਬਾ ਨਹੀਂ, ਔਰ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖਾਂ ਦੀ ਜੈਨੋਸਾਈਡ ਯਾਨੀ ਕਿ ਨਸਲ ਕੁਸ਼ੀ ਦਾ ਨਾਮ ਕਰਾਰ ਦਿੱਤਾ ਗਿਆ, ਕਿਉਂਕਿ ਸਿੱਖਾਂ ਦੀ ਨਸਲ ਕੁਸ਼ੀ ਦੇ ਲਈ ਇਸ ਵਕਤ ਦੀ ਹੀ ਸਰਕਾਰ ਨਹੀਂ ਬਲਕਿ ਵਕਤ ਵਕਤ ਦੀਆਂ ਸਰਕਾਰਾਂ, ਭਾਵੇਂ ਮੁਗਲਾਂ ਦੀ ਸਰਕਾਰ ਹੋਵੇ ਜਾਂ ਕੋਈ ਵੀ ਹੋਰ ਸਰਕਾਰ ਜਾਂ ਫਿਰ ਅੱਜ ਦੀ ਅਜੋਕੀ ਸਰਕਾਰ, ਇਹਨਾਂ ਵੱਲੋਂ ਬਾਰ ਬਾਰ ਕੋਸ਼ਿਸ਼ ਇਹੋ ਰਹੀ ਕਿ ਕਿਸੇ ਤਰੀਕੇ ਦੇ ਨਾਲ ਜਾਂ ਸਿੱਖਾਂ ਨੂੰ ਖਤਮ ਕਰ ਦਿਓ ਜਾਂ ਘੱਟੋ ਘੱਟ ਇਹਨਾਂ ਵਿੱਚ ਦੋ ਫਾੜ ਦਾ ਪਾ ਦਿਓ। ਇਸ ਕਰਕੇ ਕਦੀ ਕੋਈ ਮੁੱਦਾ, ਕਦੀ ਕੋਈ ਵਿਸ਼ਾ, ਕਦੀ ਕੋਈ ਮੁੱਦਾ, ਔਰ ਮੈਂ ਆਪ ਜੀ ਨੂੰ ਇਹ ਗੱਲ ਹਮੇਸ਼ਾ ਹੀ ਆਪ ਜੀ ਦੇ ਚਰਨਾਂ ਵਿੱਚ ਲੈ ਕੇ ਆਉਣਾ, ਸਾਂਝੀ ਕਰਦਾ ਰਹਿਣਾ ਕਿ ਮੁੱਦਾ ਕੋਈ ਵੀ ਹੋਵੇ, ਹਰ ਮੁੱਦੇ ਉੱਪਰ ਕੌਮ ਤਾਂ ਦੋ ਫਾੜ ਹੋ ਜਾਂਦੀ ਹੈ ਲੇਕਿਨ ਮੁੱਦਾ ਉੱਥੇ ਦਾ ਉੱਥੇ ਬਣਿਆ ਰਹਿੰਦਾ। ਆਪ ਵੀ ਦੇਖ ਲਓ, ਕੋਈ ਵੀ ਮੁੱਦਾ ਅੱਜ ਤੱਕ ਕੋਈ ਐਸਾ ਮੁੱਦਾ ਅਗਰ ਹੱਲ ਹੋਇਆ ਹੋਵੇ, ਸੁਲਝਿਆ ਹੋਵੇ ਤਾਂ ਆਪ ਜ਼ਰੂਰ ਮੈਨੂੰ ਦੱਸਣਾ, ਲੇਕਿਨ ਜਦੋਂ ਕੌਮ ਦੋ ਫਾੜ ਹੋ ਜਾਂਦੀ ਹੈ, ਮੁੱਦਾ ਜਦੋਂ ਉਛਾਲਿਆ ਜਾਂਦਾ ਤਾਂ ਫਿਰ ਇੱਕ ਪਾਸੇ ਕੁਛ ਲੋਕ ਹੋ ਜਾਂਦੇ ਨੇ, ਦੂਜੇ ਪਾਸੇ ਕੁਛ ਲੋਕ ਹੋ ਜਾਂਦੇ ਨੇ, ਦੋਨੋਂ ਆਪੋ ਆਪਣੇ ਅਸੂਲਾਂ ਦੀ ਦੁਹਾਈ ਦਿੰਦੇ ਨੇ, ਮੁੱਦੇ ਨੂੰ ਉਛਾਲਿਆ ਜਾਂਦਾ ਔਰ ਉਸ ਤੋਂ ਬਾਅਦ ਕੌਮ ਜਿਹੜੀ ਹੈ ਉੱਥੇ ਦੀ ਉੱਥੇ ਰਹਿ ਜਾਂਦੀ ਹੈ, ਯਾਨੀ ਕਿ ਅਗਲੀ ਜਿਹੜੀ ਗੱਲ ਹੈ, ਅਗਲਾ ਜਿਹੜਾ ਸਟੈਪ ਹੈ, ਅਸੀਂ ਪੁੱਟ ਹੀ ਨਹੀਂ ਸਕਦੇ, ਅਗਲਾ ਕਦਮ ਵਧਾ ਹੀ ਨਹੀਂ ਸਕਦੇ। ਇਹਨਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਜਿਸ ਵਕਤ ਸਿੱਖਾਂ ਦੀ ਨਸਲਕੁਸ਼ੀ ਹੋਈ ਜਾਂ ਨਸਲਕੁਸ਼ੀ ਕੀਤੀ ਗਈ, ਉਸ ਵਕਤ ਅਨੇਕਾਂ ਹੀ ਬਦਮਾਸ਼ਾਂ ਦੇ, ਗੁੰਡਿਆਂ ਦੇ ਨਾਮ ਸਾਹਮਣੇ ਆਏ। ਅੱਜ ਤੱਕ ਕਿਸੇ ਵੀ ਇੱਕ ਗੁੰਡੇ ਜਾਂ ਕਿਸੇ ਬਦਮਾਸ਼ ਨੂੰ ਸਜ਼ਾ ਨਹੀਂ ਮਿਲੀ, ਜਿਨ੍ਹਾਂ ਦੇ ਵਿੱਚੋਂ ਜੇ ਮੈਂ ਭੁੱਲਦਾ ਨਹੀਂ ਤਾਂ ਸੱਜਣ ਕੁਮਾਰ ਦਾ ਮਸਲਾ ਪਿੱਛੇ ਜੇ ਅਸੀਂ ਸਿੱਖ ਚੈਨਲ ਦੇ ਉੱਤੇ ਉੱਥੋਂ ਲੈ ਕੇ ਆਏ ਸਾਂ, ਉਸ ਵਕਤ ਵੀ ਮੈਂ ਫੁਲਕਾ ਸਾਹਿਬ ਨੂੰ ਇਹ ਸਵਾਲ ਪੁੱਛਿਆ ਸੀਗਾ ਕਿ ਸੱਜਣ ਕੁਮਾਰ ਦਾ ਇਸ ਵਕਤ ਦਾ ਮਸਲਾ ਹੈ ਲੇਕਿਨ ਜਗਦੀਸ਼ ਟਾਈਟਲਰ ਬਾਰੇ ਅਸੀਂ ਇਕਦਮ ਹੀ ਚੁੱਪ ਹੋ ਗਏ ਹਾਂ।
ਔਰ ਇੱਕਦਮ ਹੀ ਉਹ ਬੈਕਗ੍ਰਾਉਂਡ ਵਿੱਚ ਚਲਾ ਗਿਆ, ਇੱਕਦਮ ਹੀ ਉਹਨੂੰ ਆਪਾਂ ਭੁੱਲ ਗਏ ਹਾਂ। ਤੇ ਉਹਨਾਂ ਦੇ ਜਵਾਬ ਤਾਂ ਖੈਰ ਦਿੱਤਾ ਸੀਗਾ ਕਿ ਉਹਦਾ ਵੀ ਮੁਕੱਦਮਾ ਚੱਲ ਰਿਹਾ, ਲੇਕਿਨ ਇੱਕਦਮ ਹੁਣ ਅਗਰਸਾਰ ਇਸ ਵਕਤ ਸੱਜਣ ਕੁਮਾਰ ਹੋਇਆ ਹੋਇਆ। ਇਸ ਤੋਂ ਇਲਾਵਾ ਜਿਹੜੇ ਹੋਰ ਕਾਤਲ ਨੇ, ਜਿਸ ਤਰ੍ਹਾਂ HKL ਭਗਤ ਹੈ ਇਹ ਮਰ ਚੁੱਕਾ ਹੈ, ਔਰ ਉਸ ਤੋਂ ਇਲਾਵਾ ਜਿਹੜੇ ਹੋਰ ਦੋ ਤਿੰਨ ਧਰਮ ਦਾ ਸ਼ਾਸਤਰੀ ਹੈ ਉਹ ਵੀ ਮਰ ਚੁੱਕੇ ਹੈ। ਲੇਕਿਨ ਅੱਜ ਦੀ ਖਬਰ ਇਹ ਹੈ ਜਿਹੜੀ ਕਿ ਮੇਰੇ ਪਾਸ ਇਸ ਵਕਤ ਮੌਜੂਦ ਹੈ, ਇਹ ਖਬਰ ਦੇ ਵਿੱਚ ਉਹ ਕਹਿੰਦਾ ਹੈ ਕਿ ਦਿੱਲੀ ਦੀ ਸੈਸ਼ਨ ਕੋਰਟ ਨੇ ਐਕਵਿਟਸ 11 ਯਾਨੀ ਕਿ 11 ਉਹ ਬੰਦੇ ਰਿਹਾ ਕਰ ਦਿੱਤੇ, ਛੱਡ ਦਿੱਤੇ, ਉਹਨਾਂ ਦੇ ਮੁਕੱਦਮੇ ਖਾਰਜ ਕਰ ਦਿੱਤੇ, ਕਿਹੜੇ ਜਿਹੜੇ 1984 ਦੇ NTC ਕਰੋਇਟ ਕੇਸਿਸ ਦੇ ਵਿੱਚ ਸਨ। ਇਹ ਖਬਰ ਆਪ ਤੱਕ ਵੀ ਪਹੁੰਚ ਗਈ ਹੋਏਗੀ, ਨਹੀਂ ਪਹੁੰਚੀ ਹੋਏਗੀ ਤਾਂ ਸਿੱਖ ਚੈਨਲ ਦਾ ਇੱਕ ਕਰਮ ਹੈ ਕਿ ਹਰ ਖਬਰ ਆਪ ਤੱਕ ਸਭ ਤੋਂ ਪਹਿਲਾਂ ਪਹੁੰਚਾਣੀ। ਇਸ ਦੇ ਵਿੱਚ ਇਹ ਸਾਫ਼ ਕਹਿੰਦਾ ਕਿ ਅਜੇ 1984 ਦਾ ਸੱਜਣ ਕੁਮਾਰ ਦਾ ਟ੍ਰਾਇਲ ਤਾਂ ਚੱਲ ਹੀ ਰਿਹਾ ਹੈ। ਇਸ ਤੋਂ ਇਲਾਵਾ ਦਿੱਲੀ ਦੀ ਸੈਸ਼ਨ ਕੋਰਟ ਨੇ 11 ਹੋਰ ਉਹਨਾਂ ਨੂੰ ਜਿਹੜੇ ਕਿ ਇਸ ਕੇਸ ਦੇ ਵਿੱਚ ਇਨਵੋਲਵ ਸਨ, ਉਹ ਜਗ੍ਹਾ ਦਾ ਨਾਮ ਦਿੰਦਾ ਹੈ ਕਿ ਕਿਸ ਜਗ੍ਹਾ ਤੋਂ ਸਨ। ਉਹ ਕਹਿੰਦਾ ਹੈ ਕਿ ਉਹ ਵੈਸਟ ਦਿੱਲੀ ਤੋਂ ਸਨ, ਯਾਨੀ ਕਿ ਵੈਸਟ ਦਿੱਲੀ ਵੱਲ ਜਿਹੜੇ ਕਿ ਰੋਇਟਸ ਹੋਏ, ਕਿਉਂਕਿ ਜਿਸ ਵਕਤ ਇਹਨਾਂ ਨੇ ਸਿੱਖਾਂ ਦਾ ਕਤਲ ਕਰਨਾ ਸੀਗਾ ਉਸ ਵਕਤ ਇਹਨਾਂ ਨੇ ਆਪੋ ਆਪਣੇ ਇਲਾਕੇ ਵੀ ਵੰਡ ਲਏ ਸਨ। ਇਲਾਕਿਆਂ ਦੇ ਵਿੱਚ ਫਿਰ ਉਸ ਵਕਤ ਭਾਵੇਂ ਬਾਕੀ ਦੀ ਸਾਰੀ ਦਿੱਲੀ ਜਾਂ ਜਿਹੜੀਆਂ ਬਾਕੀ ਦੀਆਂ ਜਗ੍ਹਾਵਾਂ ਸਨ ਸਾਰੀਆਂ ਬੰਦ ਸਨ, ਲੇਕਿਨ ਉਸ ਵਕਤ ਮਿਊਂਸੀਪਲ ਕਮੇਟੀ ਦੇ ਵਿੱਚੋਂ ਜਾ ਕੇ ਬਕਾਇਦਾ ਜਿਹੜੀ ਉਹ ਵੋਟਰ ਲਿਸਟ ਕਢਵਾਈ ਗਈ। ਮੈਨੂੰ ਇਸ ਗੱਲ ਨੂੰ ਕਹਿਣ ਲੱਗਿਆ ਵੀ ਕਦੀ ਕੋਈ ਇਤਰਾਜ਼ ਨਹੀਂ ਹੁੰਦਾ ਕਿ ਉਹਨਾਂ ਦੀ ਬੋਲੀ ਵੀ ਇੱਕ ਨਹੀਂ ਹੈ, ਉਹਨਾਂ ਦੀ ਭਾਸ਼ਾ ਵੀ ਇੱਕ ਨਹੀਂ ਹੈ, ਉਹਨਾਂ ਦਾ ਪਹਿਰਾਵਾ ਵੀ ਇੱਕ ਨਹੀਂ ਹੈ, ਉਹਨਾਂ ਦਾ ਖਾਣ ਪੀਣ ਵੀ ਇੱਕ ਨਹੀਂ ਹੈ, ਉਹਨਾਂ ਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕੋਈ ਦੇਵੀ ਦੇਵਤਾ ਚਲੋ ਕਹਿ ਲਓ ਉਹ ਵੀ ਇੱਕ ਨਹੀਂ ਹੈ, ਉਹਨਾਂ ਦਾ ਕੁਛ ਵੀ ਸਾਂਝਾ ਨਹੀਂ ਹੈ। ਸਾਡਾ ਖਾਣ ਪੀਣ ਵੀ ਇੱਕੋ ਹੀ ਹੈ, ਸਾਡਾ ਗੁਰੂ ਗ੍ਰੰਥ ਸਾਹਿਬ ਜੀ ਵੀ ਇੱਕੋ ਹੀ ਹੈ, ਸਾਡਾ ਨਿਸ਼ਾਨ ਵੀ ਇੱਕੋ ਹੀ ਹੈ, ਸਾਡੀ ਭਾਸ਼ਾ ਵੀ ਇੱਕੋ ਹੀ ਹੈ, ਸਾਡੀ ਬੋਲੀ ਵੀ ਇੱਕੋ ਹੀ ਹੈ, ਸਾਡਾ ਰਹਿਣ ਸਹਿਣ ਵੀ ਇੱਕੋ ਹੀ ਹੈ, ਅਸੀਂ ਫੇਰ ਵੀ ਵੰਡੇ ਹੋਏ ਹਾਂ। ਉਹਨਾਂ ਦਾ ਜਿਹਨਾਂ ਦਾ ਕੁਛ ਵੀ ਇੱਕ ਨਹੀਂ, ਸਿੱਖਾਂ ਨੂੰ ਜਦੋਂ ਮਾਰਨਾ ਹੁੰਦਾ ਸਾਰੇ ਇਕੱਠੇ ਹੋ ਜਾਂਦੇ ਨੇ। ਇਹ ਕੀ ਕਾਰਨ ਹੈ ਆਖਰ? ਇਸ ਦੇ ਪਿੱਛੇ ਸਾਨੂੰ ਕੋਈ ਨਾ ਕੋਈ ਤਾਂ ਗੱਲ, ਕੋਈ ਨਾ ਕੋਈ ਤਾਂ ਹੱਲ ਤਲਾਸ਼ਣਾ ਹੀ ਹੋਏਗਾ। ਤੋ ਅੱਜ 11 ਵਿਅਕਤੀ ਉਹ, ਕਿਉਂਕਿ ਆਖਰੀ ਉਮੀਦ ਤਾਂ ਸਾਡੀ ਭਾਰਤ ਦੀਆਂ ਅਦਾਲਤਾਂ ਦੇ ਉੱਪਰ ਹੀ ਆ ਕਿ ਭਾਰਤ ਦੀਆਂ ਅਦਾਲਤਾਂ ਹੀ ਘੱਟੋ ਘੱਟ ਸਾਡੇ ਨਾਲ ਇਨਸਾਫ ਕਰਨਗੀਆਂ। ਔਰ ਕਦੀ ਕਦਾਰ ਕੋਈ ਨਾ ਕੋਈ ਇਨਸਾਫ ਦੀ ਗੱਲ ਹੁੰਦੀ ਵੀ ਹੈ, ਕਦੀ ਕਦਾਰ ਕੋਈ ਨਾ ਕੋਈ ਆਪਾਂ ਇਨਸਾਫ ਦੀ ਗੱਲ ਸੁਣਦੇ ਵੀ ਹਾਂ, ਲੇਕਿਨ ਫਿਰ ਵੀ ਇਨਸਾਫ ਸਾਨੂੰ ਅੱਜ ਤੱਕ ਨਹੀਂ ਮਿਲਿਆ, ਅੱਜ ਤੱਕ ਕਿਸੇ ਨੂੰ ਸਜ਼ਾ ਨਹੀਂ ਹੋਈ। ਲੇਕਿਨ ਅਗਰ ਇਹਨਾਂ 11 ਵਿਅਕਤੀਆਂ ਨੂੰ ਸਜ਼ਾ ਹੋਣ ਜਾ ਰਹੀ ਸੀ ਤਾਂ ਉਹਨਾਂ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ। ਇਹ ਖਬਰ ਮੇਰੇ ਪਾਸ ਮੌਜੂਦ ਹੈ, ਆਪ ਵੀ ਇਹ ਖਬਰ ਪੜ੍ਹ ਲੈਣਾ, ਕੱਲ੍ਹ ਦੀਆਂ ਅਖਬਾਰਾਂ ਦੇ ਵਿੱਚ ਇਹ ਖਬਰ ਆ ਵੀ ਜਾਵੇਗੀ। ਲੇਕਿਨ ਜਿਸ ਵਕਤ ਵੈਸਟ ਦਿੱਲੀ ਦੇ ਇਹਨਾਂ 11 ਨੂੰ ਜਿਹੜੇ ਕਿ ਸਿੱਖਾਂ ਦੇ ਕਥਿਤ ਕਾਤਲ ਨੇ, ਆਪ ਨੂੰ ਯਾਦ ਹੋਏਗਾ ਕਿ ਜਦੋਂ ਮੈਂ ਦਿੱਲੀ ਦੇ ਵਿੱਚ ਸਰਦਾਰ ਗੁਰਚਰਨ ਸਿੰਘ ਜੀ ਬੱਬਰ ਹੋਣਾਂ ਦੇ ਨਾਲ ਇੰਟਰਵਿਊ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ 10,000 ਕਾਤਲ ਅਜੇ ਵੀ ਦਿੱਲੀ ਦੇ ਵਿੱਚ ਸਰੇਆਮ ਘੁੰਮ ਰਹੇ ਨੇ, ਔਰ ਉਹਨਾਂ ਨੇ ਬਕਾਇਦਾ ਔਰ ਉਸ ਇੰਟਰਵਿਊ ਨੂੰ ਆਪਨੇ ਬਹੁਤ ਸਲਾਹਿਆ ਸੀ, ਉਸਦੀ ਬਹੁਤ ਜ਼ਬਰਦਸਤ ਫੀਡਬੈਕ ਵੀ ਸਾਨੂੰ ਆਈ ਸੀ। ਇਹਨਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਅਗਰ ਅੱਜ ਦਿੱਲੀ ਦੀ ਸੈਸ਼ਨ ਅਦਾਲਤ ਇਹਨਾਂ 11 ਨੂੰ ਜਿਹੜੇ ਕਿ ਸਿੱਖਾਂ ਦੇ ਕਾਤਲ ਨੇ ਉਹਨਾਂ ਨੂੰ ਰਿਹਾਅ ਕਰ ਦਿੰਦੀ ਹੈ ਤਾਂ ਸੱਜਣ ਕੁਮਾਰ ਦਾ ਤੇ ਜਗਦੀਸ਼ ਟੈਟਰ ਦਾ ਕੇਸ ਤਾਂ ਆਪਣੇ ਆਪ ਹੋਰ ਕਮਜ਼ੋਰ ਪੈ ਜਾਂਦਾ ਹੈ। ਮੈਂ ਹੁਣੇ ਹੁਣੇ ਗੱਲ ਵੀ ਕੀਤੀ ਸੀ ਸਤਿਕਾਰਯੋਗ ਹਰਵਿੰਦਰ ਸਿੰਘ ਜੀ ਫੁਲਕਾ ਹੋਣਾ ਦੇ ਨਾਲ, ਲੇਕਿਨ ਉਹ ਕਹਿਣ ਲੱਗੇ ਕਿ ਅੱਜ ਮੈਂ ਕਿਸੇ ਪਾਰਟੀ ਦੇ ਵਿੱਚ ਮਸਰੂਫ ਹਾਂ, ਇਸ ਕਰਕੇ ਮੈਂ ਸਿੱਖ ਚੈਨਲ ਦੇ ਵਿਊਅਰਸ ਦੇ ਨਾਲ ਆਪਣੇ ਵਿਚਾਰ ਸਾਂਝੇ ਨਹੀਂ ਕਰ ਸਕਾਂਗਾ, ਲੇਕਿਨ ਕਿਸੇ ਵਕਤ ਫਿਰ ਉਹਨਾਂ ਪਾਸੋਂ ਇਸ ਗੱਲ ਬਾਰੇ ਆਪਾਂ ਜ਼ਰੂਰ ਵਿਚਾਰ ਜਾਣਨੇ ਚਾਹਾਂਗੇ। ਤੋ ਇਹਨਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ, ਇਸ ਭੂਮਿਕਾ ਦੇ ਮੱਦੇਨਜ਼ਰ ਆਪਾਂ ਆਪਣੀ ਗੱਲ ਸ਼ੁਰੂ ਕਰਦੇ ਹਾਂ। ਸਾਡੇ ਨਾਲ ਸਾਡੇ ਮਹਿਮਾਨ ਮੌਜੂਦ ਨੇ ਜਿਨ੍ਹਾਂ ਦੇ ਨਾਲ ਅਸੀਂ ਇਸ ਮੁੱਦੇ ਉੱਪਰ ਗੱਲਬਾਤ ਕਰਾਂਗੇ, ਔਰ ਮੈਨੂੰ ਖੁਸ਼ੀ ਹੈ ਕਿ ਅੱਜ ਸਾਡੇ ਨਾਲ ਜਿਹੜੀਆਂ ਮਹਿਮਾਨ ਦੇ ਤੌਰ ਉੱਪਰ ਆਈਆਂ ਨੇ ਉਹ ਸਾਡੀਆਂ ਸਤਿਕਾਰਯੋਗ ਭੈਣਾਂ ਨੇ, ਬੀਬੀਆਂ ਭੈਣਾਂ, ਕਿਉਂਕਿ ਜਿਵੇਂ ਕਿ ਕਿਹਾ ਜਾਂਦਾ ਕਿ ਕਿਸੇ ਵੀ ਦੀ ਤਰੱਕੀ ਦੇ ਪਿੱਛੇ ਇੱਕ ਬੀਬੀ ਦਾ ਹੱਥ ਹੈ, ਇੱਕ ਔਰਤ ਦਾ ਹੱਥ ਹੈ, ਭਾਵੇਂ ਉਹਦੀ ਭੈਣ ਹੈ, ਉਹਦੀ ਬੇਟੀ ਹੈ, ਉਹਦੀ ਪਤਨੀ ਹੈ ਜਾਂ ਉਹਦੀ ਮਾਂ ਹੈ। ਕਿਉਂਕਿ ਜਿਹੜਾ ਦਿੱਲੀ ਦਾ ਸੰਤਾਪ ਜਾਂ ਬਕਾਰੋ ਦਾ ਜਾਂ ਕਾਨਪੁਰ ਦਾ ਸੰਤਾਪ ਹੈ, ਉਸ ਸੰਤਾਪ ਦੇ ਵਿੱਚ ਸਿੰਘ ਵੀ ਸ਼ਹੀਦ ਹੋਏ, ਬੱਚੇ ਵੀ, ਭੁਜੰਗੀ ਵੀ ਸ਼ਹੀਦ ਹੋਏ, ਸਿੰਘਣੀਆਂ ਵੀ ਸ਼ਹੀਦ ਹੋਈਆਂ, ਲੇਕਿਨ ਸਿੰਘਣੀਆਂ ਦੁਵੱਲੀਆਂ ਸ਼ਿਕਾਰ ਹੋਈਆਂ। ਕਿਰਪਾ ਕਰਨੀ, ਸਾਡੀਆਂ ਭੈਣਾਂ ਸਾਡੇ ਨਾਲ ਬੈਠੀਆਂ ਨੇ, ਸਿੰਘਣੀਆਂ ਦੇ ਨਾਲ ਬਲਾਤਕਾਰ ਵੀ ਹੋਏ ਔਰ ਉਹਨਾਂ ਨੂੰ ਜਾਨ ਤੋਂ ਵੀ ਹੱਥ ਧੋਣਾ ਪਿਆ, ਔਰ ਤੀਸਰਾ ਸ਼ਿਕਾਰ ਇਹ ਹੋਈਆਂ ਕਿ ਜੇ ਪਤੀ ਮਰ ਗਿਆ ਤਾਂ ਸਾਰੀ ਉਮਰ ਦੇ ਲਈ ਉਹਨਾਂ ਨੂੰ ਵਿਧਵਾ ਦਾ ਖਿਤਾਬ ਮਿਲ ਗਿਆ। ਇਸ ਤਰੀਕੇ ਦੇ ਨਾਲ ਉਹ ਤਾਂ ਹਰ ਪਾਸੋਂ ਹੀ ਸ਼ਿਕਾਰ ਹੋਈਆਂ, ਉਹ ਤਾਂ ਹਰ ਪਾਸੋਂ ਹੀ ਵਿਚਾਰੀਆਂ ਗਈਆਂ। ਇਸ ਕਰਕੇ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਆਪਣੀਆਂ ਉਹਨਾਂ ਭੈਣਾਂ ਨੂੰ ਸ਼ਾਮਲ ਕੀਤਾ ਹੈ ਜਿਹੜੀਆਂ ਸਾਡੇ ਨਾਲ ਮੌਜੂਦ ਨੇ ਔਰ ਜਿਨ੍ਹਾਂ ਦਾ ਸੰਬੰਧ ਸਿੱਖੀ ਦੇ ਧਰਮ ਦੇ ਖੇਤਰ ਦੇ ਵਿੱਚ ਸੇਵਾ ਦੇ ਨਾਲ ਹੈ। ਮੈਂ ਜਾਣ ਪਛਾਣ ਆਪ ਜੀ ਦੀ ਕਰਵਾ ਰਿਹਾ। ਸਭ ਤੋਂ ਪਹਿਲਾਂ
मेरे खब्बे पासे बैठे ने साडी सत्कारयोग भैन रविंदर कौर जी। रविंदर कौर जी बारे मैं ये भी दसना चाहांगा कि साडे कलीग भी ने क्योंकि सिख चैनल दे उत्ते साडे नाल बतौर प्रेजेंटर भी काम करदे ने, इन्हां दा जिहड़ा पिछे एक प्रोग्राम सी बहुत शलाघा योग प्रोग्राम सी बहुत सलाया गया, तो रविंदर कौर जी बारे मैं दसदा कि स्लो तो ने ते नैशनल हैल्थ सर्विस दे विच काम कर रहे ने इस वक्त, लेकिन जिहड़ा कार्ज कर रहे ने ओह कार्ज भी जिहड़ा सब तो वड्डा सिखी दा जिहड़ा जिस नूं आपां बदर कुरैत तमाकू नशा, तो बजर करवायत जिहड़ी है सिख ने कदी भी नहीं अपनानी, क्योंकि सतगुरु पातशाह जी ने गुरु गोबिंद सिंह महाराज जी ने सब तो पहला तमाकू की गल की थी कि सिख इस दे कदी भी नेड़े नहीं जाएगा, और उसकी मिसाल सतगुरु ने उदों दिखा दी जदों सतगुरु का घोड़ा तक भी उस खेत दे विच जाण नूं तैयार नहीं सी जिथे कि वह तमाकू उगया होया सी। तो सत्कारयोग साडी बीबी भैन रविंदर कौर जी, इन्हां दी जॉब भी क्योंकि जे सतगुरु ने गुरसिखां वाला पहरावा दिता है, गुरसिखां वाला रूप दिता है, गुरसिखां दा बाणा जे पाया होया तो फिर कम भी ਉਹੀ ਕਰਨੇ ਨੇ ਜਿਹੜੇ ਗੁਰਸਿੱਖੀ ਦੇ ਲਈ ਸ਼ਾਨ ਦੇ ਕੰਮ ਹੋਣ। ਭਾਵ ਆਪ ਕੀ ਹੋ ਉੱਥੇ, ਆਪ ਉੱਥੇ ਸਟਾਪ ਸਮੋਕਰ ਐਡਵਾਈਜ਼ਰ ਹੋ, ਯਾਨੀ ਕਿ ਉਹਨਾਂ ਨੂੰ ਸਲਾਹ ਦਿੰਦੇ ਹੋ ਜਿਹੜੇ ਕਿ ਸਮੋਕਿੰਗ ਕਰਦੇ ਨੇ ਕਿ ਸਮੋਕਿੰਗ ਕਰਨ ਦੇ ਨਾਲ ਕੀ ਦੁਸ਼ਪ੍ਰਭਾਵ ਪੈਂਦੇ ਨੇ, ਔਰ ਉਹਨਾਂ ਨੂੰ ਇਸ ਪੱਖੋਂ ਆਪ ਉਹ ਨਸ਼ਾ ਉਹ ਤੰਬਾਕੂ ਛੁਡਾਉਂਦੇ ਹੋ। ਔਰ ਪਿਛਲੇ 20 ਸਾਲਾਂ ਤੋਂ ਮੇਰੀ ਕੌਮ ਦੇ ਸਿੱਖ ਕੌਮ ਦੇ ਆਪ ਪ੍ਰਚਾਰਕ ਹੋ, ਬਕਾਇਰ ਢਾਡੀ ਦੇ ਤੌਰ ਉੱਪਰ ਆਪਨੇ ਪੰਜਾਬ ਦੇ ਵਿੱਚ ਵੀ ਬਹੁਤ ਪ੍ਰਚਾਰ ਕੀਤਾ, ਇੱਥੇ ਵੀ ਨਿਸ਼ਕਾਮ ਭਾਵਨਾ ਦੇ ਨਾਲ ਜਿੱਥੇ ਵੀ ਇਹਨਾਂ ਨੂੰ ਬੁਲਾਇਆ ਜਾਂਦਾ ਬਤੌਰ ਪ੍ਰਚਾਰਕ ਆਪ ਜਾਂਦੇ ਹੋ, ਤਾਂ ਬਹੁਤ ਬਹੁਤ ਅੱਛਾ ਲੱਗਾ ਅੱਜ ਮੈਨੂੰ ਉਹਨਾਂ ਦੇ ਨਾਲ ਬੈਠ ਕੇ। ਬੀਬੀ ਰਵਿੰਦਰ ਕੌਰ ਜੀ, ਆਪ ਜੀ ਨੂੰ ਮੈਂ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਬੀਬੀ ਰਵਿੰਦਰ ਕੌਰ ਹੋਣਾ ਜੀ ਦੇ ਨਾਲ ਬੈਠੇ ਨੇ ਬੀਬੀ ਬਲਦੀਸ਼ ਕੌਰ ਜੀ, ਤੋ ਬੀਬੀ ਬਲਦੀਸ਼ ਕੌਰ ਜੀ ਔਰ ਬੀਬੀ ਕੁਲਵਿੰਦਰ ਕੌਰ ਜੀ, ਇਹਨਾਂ ਦੋਨਾਂ ਬਾਰੇ ਮੈਂ ਦੱਸ ਦਿਆਂ ਕਿਉਂਕਿ ਆਪ ਜੀ ਨੇ ਵੀ ਸਾਡੀ ਕੌਮ ਦੀ ਕਮਿਊਨਿਟੀ ਦੀ ਜਿਹਨੂੰ ਗਲਤ ਨਹੀਂ ਹੋਏਗਾ, ਰੱਜ ਕੇ ਪੂਰੇ ਤਨ ਦੇਹੀ ਦੇ ਨਾਲ, ਪੂਰੇ ਸ਼ੌਕ ਦੇ ਨਾਲ ਔਰ ਪੂਰੀ ਨਿਸ਼ਕਾਮ ਭਾਵਨਾ ਦੇ ਨਾਲ, ਔਰ ਹੁਣ ਵੀ ਜਿੱਥੇ ਵੀ ਉਹਨਾਂ ਨੂੰ ਮੁਬਾਰਕ ਮੌਕਾ ਮਿਲਦਾ ਸਿੱਖੀ ਦੀ ਸੇਵਾ ਦਾ ਉਹ ਕਰਦੇ ਆ, ਇੱਥੋਂ ਤੱਕ ਕਿ ਉਹਨਾਂ ਨੇ ਸੇਵਾ ਦੇ ਇਸ ਮਾਰਗ ਦੇ ਵਿੱਚ ਚੱਲਦੇ ਹੋਇਆਂ ਪੰਜਾਬ ਦੇ ਵਿੱਚ ਕਈ ਹੈਲਥ ਕਲੱਬ ਵੀ ਲਗਾਏ, ਔਰ ਸਭ ਤੋਂ ਵੱਡੀ ਗੱਲ ਇਹ ਕਰਦੇ ਹੈਲਥ ਕੈਂਪ ਸੋਰੀ ਕਿ ਜਿਵੇਂ ਕਿ ਪਿਛਲੇ ਹਫ਼ਤੇ ਵੀ ਇੱਕ ਸਾਡੇ ਨਾਲ ਸਤਿਕਾਰਯੋਗ ਬੀਬੀ ਜੀ ਆਏ ਸਨ, ਬੀਬੀ ਸਿਮਰਨਜੀਤ ਕੌਰ ਜੀ, ਉਹਨਾਂ ਨੇ ਵੀ ਸਾਨੂੰ ਦੱਸਿਆ ਸੀਗਾ ਕਿ ਕਿਵੇਂ ਉਹ ਜਾ ਕੇ ਸ਼ਹੀਦ ਪਰਿਵਾਰਾਂ ਦੀ ਸਾਰ ਲੈਂਦੇ, ਸੇਵਾ ਸੰਭਾਲ ਕਰਦੇ ਆ। ਤਾਂ ਬੀਬੀ ਕੁਲਵਿੰਦਰ ਕੌਰ ਜੀ ਔਰ ਬੀਬੀ ਬਲਦੀਸ਼ ਕੌਰ ਜੀ ਵੀ ਪੰਜਾਬ ਦੇ ਵਿੱਚ ਜਾਂਦੇ ਆ, ਔਰ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਉਹਨਾਂ ਦੀ ਸਿਹਤ ਪੱਖੋਂ ਹੈਲਥ ਪੱਖੋਂ ਉਹਨਾਂ ਨੂੰ ਕੀ ਲੋੜ ਹੈ, ਉਹਨਾਂ ਨੂੰ ਕੀ ਚਾਹੀਦਾ, ਦਵਾਈ ਚਾਹੀਦੀ ਹੈ, ਉਹਨਾਂ ਨੂੰ ਖੁਰਾਕ ਚਾਹੀਦੀ ਹੈ, ਉਹਨਾਂ ਨੂੰ ਖਾਣਾ ਚਾਹੀਦਾ, ਕਿਸ ਪੱਖੋਂ ਉਹਨਾਂ ਦੀ ਸੇਵਾ ਹੋ ਸਕੇ ਤਾਂ ਕਿ ਉਹਨਾਂ ਦੀ ਸਿਹਤ ਘੱਟੋ ਘੱਟ ਮਹਿਫੂਜ਼ ਰਹੇ। ਸ਼ਹੀਦ ਪਰਿਵਾਰ ਵਾਲਿਆਂ ਨੇ ਜਿਵੇਂ ਕਿ ਮੈਂ ਦੱਸਿਆ ਸੀਗਾ ਕਿ ਸਾਡੀਆਂ ਬੀਬੀਆਂ ਭੈਣਾਵਾਂ ਨੇ ਦੋਹਰਾ ਤੀਹਰਾ ਸੰਤਾਪ ਉਡਾਇਆ, ਇਸ ਤਰ੍ਹਾਂ ਹੀ ਜਿਹੜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਦੇ ਪਰਿਵਾਰ ਵਾਲੇ ਵੀ ਪਿੱਛੋਂ ਕਈ ਕਿਸਮ ਦਾ ਸੰਤਾਪ ਉਡਾਉਂਦੇ ਨੇ। ਜਿਵੇਂ ਕਿ ਆਪਨੇ ਪਿਛਲੇ ਜਦੋਂ ਮੈਂ ਪੰਜਾਬ ਫੇਰੀ ਤੇ ਸਾਂ ਤਾਂ ਆਪ ਜੀ ਨੇ ਉਹਨਾਂ ਸ਼ਹੀਦ ਪਰਿਵਾਰਾਂ ਦੇ ਨਾਲ ਜਿੱਥੇ ਜਿੱਥੇ ਵੀ ਅਸੀਂ ਗਏ ਉਹਨਾਂ ਦੀ ਜੋ ਇੰਟਰਵਿਊ ਕੀਤੀ ਆਪਨੇ ਉਹ ਦੇਖ ਹੀ ਲਿਆ ਕਿ ਕਿਸ ਕਿਸੇ ਦਾ ਕਿਸ ਕਿਸਮ ਦੀ ਤਰਾਸਦੀ, ਕਿਸ ਕਿਸਮ ਦਾ ਸੰਤਾਪ ਭੰਡਾ ਰਹੇ ਨੇ। ਤੋ ਅੱਜ ਦਾ ਜਿਹੜਾ ਵਿਸ਼ਾ ਰਹੇਗਾ ਉਹ ਸਿਰਫ ਤੇ ਸਿਰਫ ਆਪਾਂ ਸੀਮਿਤ ਕਰਾਂਗੇ ਉਸ ਵਿਸ਼ੇ ਨੂੰ ਕਿ ਜੋ 1984 ਦੇ ਵਿੱਚ ਕਾਂਡ ਹੋਇਆ, ਜੋ ਸਿੱਖਾਂ ਦੀ ਨਸਲਕੁਸ਼ੀ ਹੋਈ, ਉਸ ਦੇ ਵਿੱਚ ਅੱਜ 11 ਹੋਰ ਵਿਅਕਤੀਆਂ ਨੂੰ ਜਿਨ੍ਹਾਂ ਦੇ ਨਾਮ ਹਜੇ ਤੱਕ ਮੇਰੇ ਪਾਸ ਨਹੀਂ ਆਏ, ਉਹਨਾਂ ਨੂੰ ਦਿੱਲੀ ਦੀ ਸੈਸ਼ਨ ਕੋਰਟ ਨੇ ਰਿਹਾਅ ਕਰ ਦਿੱਤਾ ਹੈ। ਇਸ ਬਾਬਤ ਆਪਾਂ ਜਾਣਨਾ ਚਾਹਾਂਗੇ ਰਾਏ ਆਪਣੀਆਂ ਸਤਿਕਾਰਯੋਗ ਉਹਨਾਂ ਬੀਬੀਆਂ ਭੈਣਾਂ ਜਿਹੜੀਆਂ ਕਿ ਸਾਡੇ ਨਾਲ ਇਸ ਵਕਤ ਮੌਜੂਦ ਨੇ, ਔਰ ਆਪ ਵੀ ਇਸ ਡਿਸਕਸ਼ਨ ਦੇ ਵਿੱਚ ਸ਼ਾਮਲ ਰਹੋਗੇ। ਸਾਡੀ ਸਕਰੋਲ ਉੱਪਰ, ਸਾਡੀ ਸਕਰੀਨ ਉੱਪਰ ਸਾਡਾ ਨੰਬਰ ਸਕਰੋਲ ਹੋਏਗਾ, ਨੰਬਰ ਵੈਸੇ ਵੀ ਮੈਂ ਆਪ ਜੀ ਨੂੰ ਦੱਸ ਦਿੰਦਾ 0208-5716857 ਇਹ ਸਾਡੀ ਸਟੂਡੀਓ ਦਾ ਨੰਬਰ ਹੈਗਾ, 6857 ਅੱਗੇ ਲਗਾ ਕੇ 5716857 ਇਹ ਸਾਡੀ ਸਟੂਡੀਓ ਦਾ ਨੰਬਰ ਹੈ। ਇਸ ਵਕਤ ਇਹ ਪ੍ਰੋਗਰਾਮ ਲੰਡਨ ਤੋਂ ਸਿੱਖ ਚੈਨਲ ਦੇ ਸਟੂਡੀਓ ਤੋਂ ਆਪ ਜੀ ਦੇ ਲਈ ਪੇਸ਼ ਕੀਤਾ ਜਾ ਰਿਹਾ। ਬੀਬੀ ਜੀ ਬਹੁਤ ਬਹੁਤ ਸਤਿਕਾਰ ਆਪ ਜੀ ਦਾ, ਰਵਿੰਦਰ ਕੌਰ ਜੀ ਬਹੁਤ ਅੱਛਾ ਲੱਗਾ ਤੁਸੀਂ ਆਏ ਸਭ ਤੋਂ ਪਹਿਲਾਂ, ਕਿਉਂਕਿ ਤੁਸੀਂ ਆਉਂਦੇ ਆਉਂਦੇ ਇੱਕ ਪੁਸਤਕ ਵੀ ਪੜ੍ਹਦੇ ਆਏ ਹੋ ਜਿਹਦੇ ਵਿੱਚ ਖਾਸ ਕਰਕੇ ਹਾਂਜੀ ਤੱਥ ਨੇ ਜਸਨ, ਤੁਸੀਂ ਥੋੜਾ ਜਿਹਾ ਸਾਨੂੰ ਦੱਸੋ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਖਾਸ ਕਰਕੇ ਉਸ ਵਕਤ ਜਿਸ ਵਕਤ ਸਾਨੂੰ ਕਦੀ ਕਦਾਰ ਥੋੜੀ ਬਹੁਤੀ ਉਮੀਦ ਬੱਝਦੀ ਹੈ ਇਨਸਾਫ਼ ਮਿਲਣ ਦੀ, ਤੇ ਉਸ ਉਮੀਦ ਉੱਤੇ ਇਕਦਮ ਪਾਣੀ ਫੇਰ ਦਿੱਤਾ ਜਾਂਦਾ, ਇਕਦਮ ਜਿਹੜੇ ਅੱਜ ਵੀ 11 ਜਿਹੜੇ ਵਿਅਕਤੀ ਸਨ ਉਹਨਾਂ ਨੂੰ ਇਕਦਮ ਰਿਹਾਅ ਕਰ ਦਿੱਤਾ ਗਿਆ, ਔਰ ਬਿਲਕੁਲ ਸਾਫ਼ ਪਰੀ ਕੀਤਾ ਗਿਆ। ਇਹ ਵੱਖਰੀ ਗੱਲ ਹੈ ਕਿ CBI ਉਹਨਾਂ ਦੇ ਖਿਲਾਫ਼ ਅਪੀਲ ਕਰਦੀ ਹੈ ਕਿ ਨਹੀਂ ਕਰਦੀ, ਕਰੇਗੀ ਜਾਂ ਨਹੀਂ ਕਰੇਗੀ ਉਹ ਬਾਅਦ ਦੀ ਗੱਲ ਹੈ, ਪਰ ਜਿਸ ਤਰ੍ਹਾਂ ਕਿ ਮੈਂ ਉੱਥੇ ਵੀ ਫੁਲਕਾ ਸਾਹਿਬ ਨੂੰ
ਨੂੰ ਸਵਾਲ ਪੁੱਛਿਆ ਸੀਗਾ ਕਿ ਇੱਕ ਫਿਲਮ ਦਾ ਡਾਲ ਹੈ ਕਿ ਤਰੀਕ ਪੇ ਤਰੀਕ, ਤਰੀਕ ਪੇ ਤਰੀਕ, ਸਿੱਖਾਂ ਦੇ ਨਾਲ ਵੀ ਉਹੀ ਹੋ ਰਿਹਾ, ਤਰੀਕਾਂ ਹੀ ਤਰੀਕਾਂ ਪਈਆਂ ਜਾ ਰਹੀਆਂ, ਇਨਸਾਫ਼ ਤਾਂ ਅੱਜ ਤੱਕ ਸਾਨੂੰ ਮਿਲਿਆ ਨਹੀਂ। ਇਸ ਮੱਦੇਨਜ਼ਰ ਤੁਹਾਨੂੰ ਕੀ ਨਜ਼ਰ ਆਉਂਦਾ ਕਿ ਕਦੀ ਕਦੀ ਸਿੱਖਾਂ ਨੂੰ ਇਨਸਾਫ਼ ਮਿਲੇਗਾ? ਮੈਂ ਸਮਝਦੀ ਹਾਂ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਬੱਬਰ ਸਾਹਿਬ ਦੇ ਨਾਲ ਇੰਟਰਵਿਊ ਕੀਤੀ ਔਰ ਫੁਲਕਾ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ, ਮੈਂ ਉਹ ਸਾਰੀਆਂ ਗੱਲਬਾਤ ਜਿਹੜੀਆਂ ਪੰਜਾਬ ਤੋਂ ਤੁਸੀਂ ਜਾਂ ਦਿੱਲੀ ਤੋਂ ਕੀਤੀਆਂ ਉਹ ਸੁਣਦੀ ਰਹੀ ਸਾਂ ਮੁਲਾਕਾਤਾਂ, ਤੇ ਉਹਨਾਂ ਦੇ ਵਿੱਚ ਉਹ ਜ਼ਿਕਰ ਕੀਤਾ ਸੀ ਕਿ ਬੱਬਰ ਸਾਹਿਬ ਨੇ ਕਿ 10,000 ਕਾਤਲ, ਜੀ ਬਿਲਕੁਲ, 5,000 ਸਿੱਖਾਂ ਦਾ, ਬੇਦੋਸ਼ੇ ਸਿੱਖਾਂ ਦਾ ਦਿੱਲੀ ਦੇ ਵਿੱਚ ਕਤਲ ਹੋਇਆ, ਤੇ ਤੁਸੀਂ ਉਹਨਾਂ ਨੂੰ ਸਵਾਲ ਵੀ ਕੀਤਾ ਸੀ ਕਿ 10,000 ਕਾਤਲ ਕਿਵੇਂ ਹੋਏ, ਕਿਵੇਂ ਹੋ ਸਕਦਾ? ਜੀ ਸੋ ਇਹ ਗੱਲ ਬਿਲਕੁਲ ਠੀਕ ਹੈ ਕਿ 10,000 ਬੰਦੇ ਨੇ ਉਹਨਾਂ ਬੇਦੋਸ਼ੇ ਸਿੱਖਾਂ ਦਾ ਕਤਲ ਕੀਤਾ ਕਿਉਂਕਿ ਇਹ ਪ੍ਰੀ ਪਲਾਨ ਸੀ, ਉਮੀਦ ਨਹੀਂ ਕਰਨੀ ਚਾਹੀਦੀ। ਉਹ ਇਸ ਲਈ ਕਿਉਂਕਿ ਦਿੱਲੀ ਦੇ ਤਖ਼ਤ ਤੇ ਅੱਜ ਤੱਕ ਜੋ ਵੀ ਬੈਠਾ ਉਹਨੇ ਸਿੱਖਾਂ ਦਾ ਹਮੇਸ਼ਾ ਘਾਣ ਹੀ ਕੀਤਾ, ਉਹਨੇ ਸਿੱਖਾਂ ਨਾਲ ਹਮੇਸ਼ਾ ਬੁਰਾ ਹੀ ਕੀਤਾ। ਚਾਹੇ ਆਪਾਂ ਪਿਛਲੇ ਪ੍ਰਾਚੀਨ ਸਮੇਂ ਤੋਂ ਦੇਖ ਲਈਏ, ਮੁਗਲਿਆ ਸਰਕਾਰ ਤੋਂ ਦੇਖ ਲਈਏ, ਤਾਂ ਕਿਤਨੇ ਜ਼ੁਲਮ ਸਿੱਖਾਂ ਦੇ ਨਾਲ ਹੋਏ, ਜੀ ਜੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ 14 ਲੜਾਈਆਂ ਆਪਣੇ ਜੀਵਨ ਦੇ ਵਿੱਚ ਲੜਦੇ, ਜੀ, ਸਿਰਫ ਦੀਨ ਦੁਖੀਆਂ ਮਜ਼ਲੂਮਾਂ ਦੀ ਖਾਤਰ ਲੜਦੇ ਰਹੇ। ਕਲਗੀਧਰ ਦਸ਼ਮੇਸ਼ ਪਿਤਾ, ਕਿਉਂਕਿ ਮੇਰੇ ਇੱਕ ਛੋਟੀ ਜਿਹੀ ਇੱਥੇ ਗੱਲ ਯਾਦ ਆਈ ਹੈ, ਕਲਗੀਧਰ ਦਸ਼ਮੇਸ਼ ਪਿਤਾ ਦੀ ਉਸਤਤ ਦੇ ਵਿੱਚ ਮੈਂ ਕਹਿਣੀ ਚਾਹਾਂਗੀ, ਬੜੇ ਚਿਰਾਂ ਤੋਂ ਆਇਆ ਸੰਸਾਰ ਲੜਦਾ ਇੱਕ ਦੂਜੇ ਦੀ ਖੂਨ ਜ਼ਮੀਨ ਖਾਤਰ, ਮਹਾਭਾਰਤ ਵਰਗੇ ਇੱਥੇ ਯੁੱਧ ਹੋ ਗਏ ਇੱਕੋ ਹੀ ਔਰਤ ਚਤਰ ਹੁਸੈਨ ਖਾਤਰ, ਕਈ ਰਾਜਿਆਂ ਦੇ ਰਾਜ ਤਬਾਹ ਹੋ ਗਏ ਖੋ ਕੇ ਦੌਲਤ ਕਰਨ ਅਧੀਨ ਖਾਤਰ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੰਗਤ ਜੀ ਲੜਦਾ ਰਿਹਾ ਮਜ਼ਲੂਮ ਤੇ ਦੀਨ ਦੀ ਖਾਤਰ। ਜਿਨ੍ਹਾਂ ਨੇ ਕਲਗੀਧਰ ਦਸ਼ਮੇਸ਼ ਪਿਤਾ, ਇਕੱਲੇ ਐਸੇ ਉਹ ਯੋਧੇ ਸੰਤ ਤੇ ਸਿਪਾਹੀ ਯੋਧੇ ਜਿਨ੍ਹਾਂ ਨੇ 42 ਸਾਲ 9 ਮਹੀਨੇ 15 ਦਿਨ ਦੇ ਅੱਜ ਇਸ ਸੰਸਾਰ ਤੇ ਗੁਜ਼ਾਰ ਕੇ ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ ਸੰਸਾਰ ਨੂੰ ਸ੍ਰੇਸ਼ਟ ਇਤਿਹਾਸ ਦਿੱਤਾ, ਬਾਣੀਆਂ ਦਿੱਤੀਆਂ, ਔਰ ਸ੍ਰੇਸ਼ਟ ਜੀਵਨ ਜਾਂਚ ਦੀ ਜੀਵਨ ਜਾਂਚ ਕਿਸ ਤਰ੍ਹਾਂ ਜਾਂਚਣੀ ਹੈ ਉਹ ਦਿੱਤਾ, ਇੱਕ ਰਾਹ ਦਿੱਤਾ, ਔਰ ਖਾਲਸਾ ਸਾਜਨਾ ਕਰਕੇ ਇੱਕ ਸਾਰੇ ਸੰਸਾਰ ਨੂੰ ਇਹ ਦੱਸਿਆ ਕਿ ਮੇਰਾ ਖਾਲਸਾ ਦੁਨੀਆਂ ਤੋਂ ਨਿਆਰਾ ਹੋਏਗਾ। ਇਸੇ ਲਈ ਹੀ ਤੁਸੀਂ ਕਹਿੰਦੇ ਕਿ ਅਸੀਂ ਸਾਡੇ ਕੋਲ ਸਾਡੀ ਵੱਖਰੀ ਭਾਸ਼ਾ, ਵੱਖਰੀ ਸਾਡੀ ਪਹਿਚਾਣ, ਵੱਖਰੀ ਸਾਡੀ ਬੋਲੀ, ਵੱਖਰਾ ਸਾਡਾ ਦੇਸ਼ ਵੀ ਹੋਣਾ ਚਾਹੀਦਾ ਤੇ ਵੱਖਰਾ ਸਾਡਾ ਨਿਸ਼ਾਨ ਹੋਣਾ ਚਾਹੀਦਾ। ਨਿਸ਼ਾਨ ਕੇਸਰੀ ਹੈ ਸਾਡਾ, ਸਭ ਤੋਂ ਵੱਖਰਾ, ਤੇ ਇਸ ਲਈ ਸਾਨੂੰ ਵੱਖਰਾ ਦੇਸ਼ ਵੀ ਹੋਣਾ ਚਾਹੀਦਾ। ਭਾਰਤ ਦੀ ਨਿਆਂ ਪ੍ਰਣਾਲੀ ਸਾਨੂੰ ਕਦੇ ਇਨਸਾਫ ਨਹੀਂ ਦੇ ਸਕਦੀ, ਕਿਉਂਕਿ ਮੈਂ ਗੱਲ ਕੀਤੀ ਜਿੱਥੇ ਮੁਗਲੀਆ ਸਮੇਂ ਤੋਂ ਲੈ ਕੇ ਉੱਥੇ ਸਰਕਾਰਾਂ ਦੇ ਉੱਪਰ ਐਸੇ ਐਸੇ ਜ਼ਾਬਰ ਹੁਕਮਰਾਨ ਬੈਠਦੇ ਆਏ ਜਿਨ੍ਹਾਂ ਨੇ ਸਿੱਖਾਂ ਨਾਲ ਕਦੇ ਵੀ ਘੱਟ ਨਹੀਂ ਕੀਤੀ। ਤੇ ਜੇ ਅਸੀਂ ਅੱਜ ਦੇ ਸਮੇਂ ਦੀ ਵੀ ਦੇਖ ਲਈਏ, ਜਦੋਂ ਤੋਂ 1947 ਤੋਂ ਲੈ ਕੇ 1947 ਤੋਂ ਭਾਰਤ ਆਜ਼ਾਦ ਹੋਇਆ, ਭਾਰਤ ਦੀ ਆਜ਼ਾਦੀ ਦੇ ਵਿੱਚ 93% ਕੁਰਬਾਨੀਆਂ ਦਾ ਹਿੱਸਾ ਸਿੱਖਾਂ ਦਾ, ਪਰੰਤੂ ਆਜ਼ਾਦੀ ਦਾ ਨਿੱਘ ਕੋਈ ਮੰਨ ਰਿਹਾ? 36 ਕਰੋੜ ਦੇਵੀ ਦੇਵਤਿਆਂ ਨੂੰ ਮੰਨਣ ਵਾਲੀ ਕੌਮ, ਉਹ ਆਜ਼ਾਦੀ ਦਾ ਨਿੱਘ ਮੰਨ ਰਿਹਾ, ਸਿੱਖ ਤੇ ਆਜ਼ਾਦੀ ਦਾ ਨਿੱਘ ਨਹੀਂ ਮੰਨ ਰਹੇ, ਔਰ ਅਸੀਂ ਗੁਲਾਮ ਦੇ ਗੁਲਾਮ। ਉਸ ਤੋਂ ਬਾਅਦ ਭਾਰਤੀ ਗਣਰਾਜ ਬਣਦਾ 1950 ਦੇ ਵਿੱਚ, ਸੰਵਿਧਾਨ ਜਿਹੜਾ ਸਿਰਫ ਤੇ ਸਿਰਫ ਹੱਕ ਵਿੱਚ ਕਿਹਦੇ? ਉਹਨਾਂ 36 ਕਰੋੜ ਦੇਵੀ ਦੇਵਤਿਆਂ ਨੂੰ ਮੰਨਣ ਵਾਲਿਆਂ ਦੇ, ਸਿੱਖਾਂ ਦੀ ਉਹਦੇ ਵਿੱਚ ਫਿਰ ਕਿਧਰੇ ਕੋਈ ਗਿਣਤੀ ਨਹੀਂ। ਆ ਹੁਣ ਜੇ ਜਾ ਕੇ ਸਿੱਖਾਂ ਦੀਆਂ ਸਿਰਫ ਇੱਕ ਅੱਥਰੂ ਪੂੰਝਣ ਵਾਸਤੇ ਸਾਨੂੰ ਆਨੰਦ ਮੈਰਿਜ ਐਕਟ ਥੋੜਾ ਥੋੜਾ ਰੱਖ ਕੇ ਜਿਸ ਤਰ੍ਹਾਂ ਕਰਦੇ ਆ ਨਾ, ਕਿ ਹੁਣ ਸਾਨੂੰ ਉਹ ਦਿੱਤਾ ਜਾ ਰਿਹਾ, ਉਹ ਵੀ ਹਲੇ ਲਾਗੂ ਨਹੀਂ ਹੋਏਗਾ। ਉਹਦੇ ਉੱਤੇ ਵੀ ਪੈਂਦੇ ਸੀ ਕਿਸੇ ਵਕਤ ਨਾਲ ਵਿਚਾਰ ਕਰਾਂਗੇ ਮੈਂ ਜ਼ਰੂਰ, ਮੈਨੂੰ ਬੜਾ ਅੱਛਾ ਲੱਗਾ ਤੁਸੀਂ ਉਹਦਾ ਜ਼ਿਕਰ ਕੀਤਾ। ਅਸਲ ਦੇ ਵਿੱਚ ਉਹ ਵੀ ਜਿਹੜਾ ਇਸ ਵਕਤ ਦਿੱਤਾ ਜਾ ਰਿਹਾ ਨੇ, ਮੈਂ ਤੁਹਾਨੂੰ ਉਹਦੀ ਕਾਪੀ ਭੇਜ ਦਾਂਗਾ, ਤੁਸੀਂ ਪੜ੍ਹ ਕੇ ਦੇਖਣਾ, ਉਹਦੇ ਵਿੱਚ ਵੀ ਬਿਲਕੁਲ ਕੋਈ ਐਸੀ ਗੱਲ ਨਹੀਂ ਹੈ ਜਿਹਦੇ ਨਾਲ ਕਿ ਸਾਨੂੰ ਮਤਲਬ ਮਾੜਾ ਮੋਟਾ ਵੀ ਕੋਈ ਐਸਾ ਆਸਰਾ ਮਿਲੇ। ਬਸ ਸਿਰਫ ਇੱਕ ਤੁਸੀਂ ਰਜਿਸਟ੍ਰੇਸ਼ਨ ਹੀ ਕਰਾ ਸਕਦੇ ਹੋ, ਉਹਦੇ ਉੱਤੇ ਹਿੰਦੂ ਮੈਰਿਜ ਐਕਟ ਦੀ ਜਗ੍ਹਾ ਆਨੰਦ ਮੈਰਿਜ ਐਕਟ ਲਿਖਿਆ ਜਾਏਗਾ। ਵੈਸੇ ਉਹਦੇ ਵਿੱਚ ਨਾ ਤਾਂ ਹੋਰ ਸਾਡੀ ਦੇਖੋ, ਇੱਕ ਤਾਂ ਸਾਡੀ ਕੌਮ ਦੇ ਵਿੱਚ ਮਤਲਬ ਸਾਡੇ ਧਰਮ ਦੇ ਵਿੱਚ ਹੀ ਤਲਾਕ ਦੀ ਕੋਈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰ ਚੀਜ਼ ਹੈ, ਸਿਰਫ ਵਿਛੋੜ ਕਿਤੇ ਨਹੀਂ ਹੈ, ਵਿਛੜੇ ਤਾਂ ਅਸੀਂ ਪਰਮਾਤਮਾ ਕੋਲ ਹੋਏ ਹਾਂ, ਮਿਲਣਾ ਤੇ ਸੀ। ਤੇ ਬਹੁਤ ਅੱਛਾ ਲੱਗਾ, ਮੈਂ ਆਪਣੇ ਸੁਣਨ ਵਾਲਿਆਂ ਨੂੰ ਇੱਕ ਵਾਰ ਫੇਰ ਦੱਸਦਾ ਚੱਲਾਂ ਕਿ ਭੈਣ ਜੀ ਹਰਵਿੰਦਰ ਕੌਰ ਜੀ ਦੇ ਨਾਲ ਮੇਰੀ ਗੱਲਬਾਤ ਚੱਲ ਰਹੀ, ਬਹੁਤ ਅੱਛਾ ਲੱਗਾ। ਭੈਣ ਜੀ ਇੱਕ ਗੱਲ ਆਪ ਜੀ ਨੇ ਕਹੀ ਕਿ ਸਾਨੂੰ ਉਮੀਦ ਕਰਨੀ ਨਹੀਂ ਚਾਹੀਦੀ, ਮਤਲਬ ਮੈਂ ਤੁਹਾਡੇ ਇੱਕ ਟੈਕਨੀਕਲ ਉਸ ਲਾਈਨ ਨੂੰ ਪਕੜ ਰਿਹਾ, ਮਤਲਬ ਇਹਦੇ ਤੋਂ ਜਾਪਿਆ ਮੈਨੂੰ ਕਿ ਜਿਸ ਤਰ੍ਹਾਂ ਤੁਸੀਂ ਇੱਕ ਨਿਰਾਸ਼ ਹੋ ਚੁੱਕੇ ਹੋ ਉਸ ਸੰਵਿਧਾਨ ਤੋਂ, ਤੁਸੀਂ ਇੱਕ ਨਿਰਾਸ਼ਾ ਧਾਰ ਲਈ ਕਿ ਹੁਣ ਮਤਲਬ ਅੱਗੋਂ ਤੋਂ ਸਾਨੂੰ ਉਮੀਦ ਕਰਨੀ ਨਹੀਂ ਚਾਹੀਦੀ। ਮੈਂ ਇਹ ਸਵਾਲ ਨਹੀਂ ਕਰ ਰਿਹਾ, ਮੇਰਾ ਸਵਾਲ ਅਗਲਾ ਕਿ ਜਦੋਂ ਸਾਨੂੰ ਉਮੀਦ ਹੈ ਹੀ ਨਹੀਂ ਉਹਨਾਂ ਤੋਂ, ਉਮੀਦ ਅਸੀਂ ਕਰ ਹੀ ਨਹੀਂ ਸਕਦੇ, ਤੇ ਫਿਰ ਸਾਡਾ ਅਗਲਾ ਸਟੈਪ ਕੀ ਹੋਣਾ ਚਾਹੀਦਾ? ਇਹ ਤੁਸੀਂ ਜਵਾਬ ਦੇਣਾ, ਇਸ ਤੋਂ ਪਹਿਲੇ ਕਾਲ ਲੈਂਦੇ ਹਾਂ ਸਾਡੇ ਕਾਲ ਨਾਲ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਆਪ ਜੀ? ਹੈਲੋ, ਬਹੁਤ ਗਰਮਾ ਦਰਸ਼ਨ ਹੋਏ ਨੇ ਤੁਹਾਡੇ ਜੀ। ਕੌਣ ਬੋਲਦੇ ਆਪ ਜੀ? ਮੈਂ ਜੀ ਬੋਲਦਾ,
हाँ जी मोहता सिंह साहब जी की कहना चाहोगे? ਸਮਾਜਿਕ ਸਾਂਝ ਬਿਲਕੁਲ ਟੁੱਟ ਚੁੱਕੀ ਹੈ ਤੇ ਧਾਰਮਿਕ ਹੋਣ ਦੀਆਂ ਮਾਰਦੇ ਆ ਤੇ ਡੀਂਗਾਂ ਧਾਰਮਿਕ ਹੋਣ ਦੀਆਂ ਡੀਂਗਾਂ ਮਾਰਦੇ ਆ ਤੇ ਤੀਜੀ ਗੱਲ ਹੈਗੀ ਆ ਜਿਹੜੀ ਰਾਜਨੀਤਿਕ ਸਾਂਝ ਆ ਉਹ ਕਿੱਦਾਂ ਬਣ ਜਾਵੇ ਸਾਡੀ ਜਿਹੜੀ ਅਸੀਂ ਇਨਸਾਫ਼ ਦੀ ਗੱਲ ਕਿਤੇ ਮੰਗ ਕਰਦੇ ਹਾਂ ਇਨਸਾਫ਼ ਸਾਨੂੰ ਕਿੱਦਾਂ ਦੇਵੇ ਜਦੋਂ ਅਸੀਂ ਘਰ ਘਰ ਕਿਉਂ ਪਾਟੇ ਪਏ ਹਾਂ ਸਾਰੇ ਤੇ ਸਾਰਾ ਕੁਝ ਲੈਣ ਵਾਸਤੇ ਸਭ ਤੋਂ ਪਹਿਲਾਂ ਸਾਡੀ ਸਮਾਜਿਕ ਸਾਂਝ ਬਣਨੀ ਜ਼ਰੂਰੀ ਹੈ ਜਿੰਨਾ ਚਿਰ ਸਮਾਜਿਕ ਸਾਂਝ ਨਹੀਂ ਬਣਦੀ ਉਹਨਾਂ ਚਿਰ ਧਾਰਮਿਕ ਸਾਂਝ ਸਾਡੀ ਨਹੀਂ ਪੱਕੀ ਹੋ ਸਕਦੀ ਤੇ ਜਿੰਨਾ ਚਿਰ ਧਾਰਮਿਕ ਸਾਂਝ ਨਹੀਂ ਪੱਕੀ ਹੋ ਸਕਦੀ ਉਹਨਾਂ ਚਿਰ ਸਤਿਕਾਰਯੋਗ ਵੀਰ ਜੀ ਸਾਡੀ ਰਾਜਨੀਤਿਕ ਜਿਹੜੀ ਆ ਉਹ ਹਰ ਥਾਂ ਹਾਰ ਜਾਣੀ ਹੈ ਬਹੁਤ ਅੱਛੀ ਗੱਲ ਕਹੀ ਤੁਸੀਂ ਬਹੁਤ ਅੱਛੀ ਗੱਲ ਹਾਂਜੀ ਵੀਰ ਜੀ ਸਮਾਜਿਕ ਸਾਂਝ ਦੀ ਮੈਂ ਟੈਕਨੀਕਲ ਪੁਆਇੰਟ ਤੁਹਾਨੂੰ ਬੇਨਤੀ ਕਰਦਾ ਹੱਥ ਜੋੜ ਕੇ ਜੀ ਜੀ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੂ ਦੀ ਸੋਚ ਜਿਹੜੀ ਸੀ ਨਾ ਮੀਰ ਮਨੂ ਦੀ ਸੋਚ ਨੂੰ ਉਹਨੂੰ ਪਹਿਲੇ ਜਨਮ ਵਿੱਚ ਨਕਾਰ ਰੱਖਿਆ ਸੀ ਜੀ ਬਿਲਕੁਲ ਬਿਲਕੁਲ ਮੀਰ ਮਨੂ ਦੀ ਸੋਚ ਵਾਲੇ ਉਹ ਤਬਕਾ ਉਸੇ ਵਿਹੜੇ ਤੋਂ ਵੱਖਰਾ ਔਰ ਇਸ ਤਾਕ ਦੇ ਵਿੱਚ ਆ ਵੀ ਇਹਨਾਂ ਨੂੰ ਕਿੱਦਾਂ ਗੁਮਰਾਹ ਕਰਕੇ ਤੇ ਇਹਨਾਂ ਨੂੰ ਪਾੜ ਕੇ ਤੇ ਕਿੱਦਾਂ ਇਹਨਾਂ ਤੇ ਰਾਜ ਕਰਨਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਹ ਤਿੰਨਾਂ ਜਿਹੜੇ ਇਹ ਤਿੰਨ ਵਰਨ ਸੀ ਇਹਨਾਂ ਦਾ ਪਰਿਵਾਰ ਇਕੱਠਾ ਕੀਤਾ ਸੀ ਕਿਉਂਕਿ ਇਹ ਤਿੰਨੇ ਲੋਕ ਜਿਹੜੇ ਸੀ ਉਸ ਮਨੋ ਆਪ ਸੋਚ ਦੇ ਇੰਨੇ ਸਤਾਏ ਹੋਏ ਸੀ ਤੇ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗਲਮੁਕੜੀ ਵਿੱਚ ਇਹਨਾਂ ਨੂੰ ਲਿਆ ਇਹਨਾਂ ਨੇ ਠੰਡ ਮਹਿਸੂਸ ਕੀਤੀ ਤੇ ਇਹ ਇੱਕ ਪਰਿਵਾਰ ਬਣਾਇਆ ਸੀ ਮਹਾਰਾਜ ਜੇ ਪਾਤਸ਼ਾਹ ਨੇ ਇਹਨਾਂ ਤਿੰਨਾਂ ਵਰਨਾਂ ਦਾ ਕਿਉਂਕਿ ਚੌਥਾ ਵਰਨ ਜਿਹੜਾ ਸੀ ਨਾ ਬ੍ਰਾਹਮਣਵਾਦ ਉਹ ਇੱਕ ਉਸਨੇ ਸਾਹਮਣਾ ਨੇ ਨਕਾਰ ਕੇ ਵੱਖਰਾ ਕਰ ਦਿੱਤਾ ਸੀ ਕਿਉਂਕਿ ਉਹਦੀ ਸੋਚ ਬੜੀ ਮਾੜੀ ਸੀ ਨਹੀਂ 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 ਤੁਸੀਂ ਇੱਥੇ ਥੋੜਾ ਜਿਹਾ ਆਪਾਂ ਡਿਫਰ ਕਰ ਸਕਦੇ ਕਿਉਂਕਿ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜੇ ਸਾਡੇ ਸਤਿਗੁਰਾਂ ਨੇ ਗੱਲ ਕੀਤੀ ਉਹ ਸਾਰਿਆਂ ਹੀ ਵਰਨਾਂ ਦੀ ਇਸ ਕਰਕੇ ਕੀਤੀ ਕਿ ਸਾਰੇ ਵਰਨ ਕੇਵਲ ਇਸ ਕਰਕੇ ਪ੍ਰਵਾਨ ਹੋ ਸਕਦੇ ਨੇ ਜੇ ਉਹ ਇੱਕ ਅਕਾਲ ਪੁਰਖ ਦੀ ਰਾਹ ਤੇ ਚੱਲਣ ਪਰ ਇੱਥੇ ਸਤਿਗੁਰ ਨੇ ਮੇਰੇ ਖਿਆਲ ਉਹਨਾਂ ਨੂੰ ਅਲੱਗ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਬ੍ਰਾਹਮਣਾਂ ਦੀ ਬਾਣੀ ਹੈਗੀ ਹੈ ਇਹਦੇ ਵਿੱਚ ਤਾਂ ਕੋਈ ਸਾਨੂੰ ਸ਼ੱਕ ਨਹੀਂ ਹੈ ਥੋੜਾ ਜਿਹਾ ਮੈਂ ਇੱਥੇ ਥੋੜਾ ਜਿਹਾ ਡਿਫਰ ਕਰਨ ਦੋ ਨਾ ਕਰ ਕੋਈ ਗੱਲ ਨਹੀਂ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਹਾਂ ਸਤਿਕਾਰਯੋਗ ਵੀਰ ਜੀ ਜਿਹੜੀ ਮਨੂ ਦੀ ਸੋਚ ਹੈ ਨਾ ਮੈਂ ਉਹਦੀ ਗੱਲ ਕੀਤੀ ਬ੍ਰਾਹਮਣਵਾਦੀ ਬ੍ਰਾਹਮਣ ਇੱਕ ਜਾਤ ਦੀ ਗੱਲ ਨਹੀਂ ਕੀਤੀ ਹਾਂ ਠੀਕ ਹੈ ਠੀਕ ਹੈ ਮੇਰ ਮਨੂ ਦੀ ਸੋਚ ਦੀ ਗੱਲ ਕੀਤੀ ਜਿਹੜੀ ਜਿਹਨੇ ਜਿਹੜੀ ਕਰਾਂ ਤੇ ਸਿੱਕੇ ਧਾਰ ਧਾਰ ਕੇ ਪਾਉਂਦੀ ਸੀ ਰੱਬ ਦੀ ਬੰਦਗੀ ਕਰਨ ਵਾਲਿਆਂ ਦੇ ਉਸ ਸੋਚ ਦੀ ਗੱਲ ਕਰਦਾ ਮੈਂ ਠੀਕ ਹੈ ਜੀ ਉਹ ਸੋਚ ਨੂੰ ਸਤਿਗੁਰਾਂ ਨੇ ਨਕਾਰਿਆ ਸੀ ਤਾਂ ਸੈਰ ਤੇ ਹੋ ਗਈ ਸੀ ਉਸੇ ਵੇਲੇ ਦਸਵੇਂ ਜਾਮੇ ਦੇ ਤੇ ਜਦੋਂ ਸਹਿ ਸ੍ਰੀ ਗੁਰੂ ਗ੍ਰੰਥ ਪਾਤਸ਼ਾਹ ਜੀ ਨੇ ਨਿਮਤ ਜਗਾਇਆ ਤੇ ਉਦੋਂ ਇਹ ਬਾਈ ਧਾਰ ਦੇ ਰਾਜੇ ਜਿਹੜੀ ਸੀ ਉਹ ਸੋਚ ਦੇ ਮਹਾਰਥ ਸੀ ਤਾਂ ਹੀ ਲੰਘ ਹੋ ਰਹੇ ਸੀ ਜੀ ਬਿਲਕੁਲ ਬਿਲਕੁਲ ਹਾਂਜੀ ਅੱਛਾ ਇੱਥੇ ਹੁਣ ਜਿਹੜਾ ਤਨਾਂ ਦਾ ਪਰਿਵਾਰ ਮਾਰ ਸੱਜੇ ਪਾਤਸ਼ਾਹ ਨੇ ਬੈਠਾ ਕੀਤਾ ਸੀ ਸੁੰਦਰ ਖੱਤਰੀ ਤੇ ਵੈਸ਼ ਅੱਜ ਵੇਖੀਏ ਵੀ ਸਾਡੇ ਵਿੱਚ ਕਿੰਨੀ ਗਿਰਾਵਟ ਆ ਗਈ ਅੱਜ ਅਸੀਂ ਉਹ ਤਿੰਨੇ ਇਕੱਠੇ ਨਹੀਂ ਰਹੇ ਸਾਡਾ ਪਰਿਵਾਰ ਇੰਨਾ ਪਾਟ ਗਿਆ ਕਾਰਨ ਕਿਸੇ ਹੱਦ ਤੱਕ ਅਸੀਂ ਖੁਦ ਹਾਂ ਬਿਲਕੁਲ ਤੁਸੀਂ ਸੋਚਦੇ ਆਪਣੀਆਂ ਜਾਤੀਵਾਦ ਦੇ ਨਾਂ ਦੇ ਉੱਤੇ ਆਪਣੇ ਧਰਮਾਂ ਦੇ ਨਾਂ ਦੇ ਉੱਤੇ ਆਪਣੇ ਮੰਦਰ ਬਣਾ ਸਕਾਂਗੇ ਫਿਰ ਅਸੀਂ ਗੁਰਦੁਆਰੇ ਬਣਾ ਲਏ ਅਸੀਂ ਅਲੱਗ ਅਲੱਗ ਗੁਰਦੁਆਰੇ ਬਣਾ ਚਲੋ ਬਹੁਤ ਅੱਛਾ ਲੱਗਾ ਗੱਲ ਆਪਾਂ ਕਰੀਏ ਇਨਸਾਫ਼ ਦੀ ਕਿਉਂਕਿ ਸਾਡੇ ਪਾਸ ਸਮਾਂ ਬੜਾ ਸ਼ਾਰਟ ਹੈ ਤਾਂ ਮੈਂ ਚਾਹਾਂਗਾ ਕਿ ਜਿਹੜੇ ਸਾਡੇ ਕਾਲਰਸ ਆਉਣ ਉਹ ਸ਼ਾਰਟ ਦੇ ਵਿੱਚ ਗੱਲ ਕਰਨ ਤੁਸੀਂ ਆਖਰ ਦੇ ਵਿੱਚ ਦੱਸੋ ਜੀ ਮੇਰੇ ਖਿਆਲ ਸਾਹਿਬ ਥੋੜੀ ਲਾਈਨ ਚਲੀ ਗਈ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰ ਅਗਲੇ ਜਿਹੜੇ ਕਾਲਰ ਆਉਣ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਥੋੜੀ ਜਿਹੀ ਸ਼ਾਰਟ ਦੇ ਵਿੱਚ ਗੱਲ ਕਰਨ ਤਾਂ ਕਿ ਆਪਾਂ ਪੂਰੀ ਗੱਲ ਨੂੰ ਜਾਣ ਸਕੀਏ ਜੀ ਭੈਣ ਜੀ ਰਵਿੰਦਰ ਕੌਰ ਜੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਸੀਗੀ ਕਿ ਤੁਸੀਂ ਤੁਹਾਡੀ ਇੱਕ ਜਿਹੜੀ ਵਰਡ ਦੇ ਵਿੱਚੋਂ ਜਿਹੜੀ ਲਾਈਨ ਸੀ ਉਹਦੇ ਵਿੱਚੋਂ ਨਾ
ਉਮੀਦਗੀ ਦੀ ਗੱਲ ਸੀ ਮੈਂ ਕਿਹਾ ਸੀ ਅਗਲਾ ਸਟੈਪ ਕੀ ਹੋਣਾ ਚਾਹੀਦਾ ਦੂਸਰੀ ਜਿਹੜੀ ਭਾਜੀ ਹੁਣਾਂ ਨੇ ਹੁਣੇ ਗੱਲ ਕੀਤੀ ਬਰਮਿੰਘਮ ਤੋਂ ਵੀਰ ਜੀ ਬੋਲ ਰਹੇ ਸਰ ਉਹਨਾਂ ਨੇ ਕਿਹਾ ਕਿ ਸਾਡੀਆਂ ਆਪਣੀਆਂ ਹੀ ਕਰਤੂਤਾਂ ਅਸੀਂ ਆਪਸੀ ਫੁੱਟਵਸ਼ਕਾ ਉਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਕਰਤੂਤਾਂ ਤਾਂ ਮਤਲਬ ਅਸੀਂ ਕਿਹੜੀਆਂ ਐਸੀਆਂ ਸਾਡੇ ਚ ਗੱਲਾਂ ਹੋ ਰਹੀਆਂ ਨੇ ਜਿਹਨਾਂ ਨੂੰ ਆਪਾਂ ਕਰਤੂਤਾਂ ਦੇ ਕਿਉਂਕਿ ਕਰਤੂਤ ਤੇ ਇੱਕ ਬੜਾ ਮੇਰੇ ਖਿਆਲ ਚ ਮਾੜਾ ਸ਼ਬਦ ਹੈ ਲਿਟਰੇਟ ਵਰਡ ਦੇ ਵਿੱਚ ਮਤਲਬ ਪਰ ਉਹਨਾਂ ਨੇ ਕਿਸੇ ਬਿਪਰਵਾਦੀ ਰੂਪਾਂ ਸ਼ਾਇਦ ਉਹਨਾਂ ਨੇ ਉਹਨਾਂ ਨੇ ਕਿਸੇ ਬਿਪਰਵਾਦੀ ਇਸ ਮਤਲਬ ਨਜ਼ਰ ਨਹੀਂ ਕਿਹਾ ਕਿਸੇ ਭਾਵਨਾ ਦੇ ਮਤਲਬ ਨਜ਼ਰ ਨਹੀਂ ਕਿਹਾ ਉਹਨਾਂ ਨੇ ਇੱਕ ਸੁੱਤੇ ਸਿੱਧ ਸਾਨੂੰ ਦੱਸਿਆ ਕਿ ਸਾਡੀਆਂ ਆਪਣੀਆਂ ਜਿਹੜੀਆਂ ਕਰਤੂਤਾਂ ਨੇ ਨਾ ਉਹੀ ਸ਼ਾਇਦ ਹਾਵੀ ਹੋ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਸਮਾਜਿਕਤਾ ਤੋਂ ਧਰਮ ਦੀ ਧਰਮ ਤੋਂ ਫਿਰ ਰਾਜਨੀਤੀ ਕੋਲ ਜਾਣ ਦੀ ਜਿਹਦੇ ਮਤਲਬ ਧਰਮ ਉਹਨਾਂ ਨੇ ਫਿਰ ਵਿਚਕਾਰ ਰੱਖਿਆ ਬਹੁਤ ਅੱਛੀ ਉਹਨਾਂ ਨੇ ਗੱਲ ਕੀਤੀ ਤੋ ਇਸ ਮਤਲਬ ਨਜ਼ਰ ਤੁਸੀਂ ਮੈਂ ਤੁਹਾਡੇ ਕੋਲ ਪ੍ਰਸ਼ਨ ਪੁੱਛ ਰਿਹਾ ਸੀਗਾ ਕਿ ਜਦੋਂ ਅਸੀਂ ਨਾ ਉਮੀਦੇ ਹੋ ਗਏ ਹਾਂ ਇੰਡੀਅਨ ਕਨਸਟੀਟਿਊਸ਼ਨ ਤੋਂ ਕਿ ਸਾਨੂੰ ਉਮੀਦ ਮਿਲੇਗਾ ਹੀ ਨਹੀਂ ਮਿਲੇਗਾ ਫਿਰ ਸਿੱਖਾਂ ਦਾ ਅਗਲਾ ਕਦਮ ਕੀ ਹੋਣਾ ਚਾਹੀਦਾ ਕਿਸ ਤਰ੍ਹਾਂ ਅਸੀਂ ਇਨਸਾਫ ਲੈ ਸਕਦੇ ਹਾਂ ਜਿਸ ਤਰ੍ਹਾਂ ਮੈਂ ਆਪ ਜੀ ਦੇ ਨਾਲ ਹੁਣੇ ਵੀ ਜ਼ਿਕਰ ਕਰ ਰਹੀ ਸੀ ਕਿ ਦਿੱਲੀ ਦੇ ਤਖਤ ਤੇ ਕੋਈ ਵੀ ਆਇਆ ਉਹਨੇ ਕਦੇ ਵੀ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ ਇਸੇ ਤਰ੍ਹਾਂ ਹੀ ਜਦੋਂ 1950 ਤੋਂ ਬਾਅਦ ਸਾਡਾ ਭਾਰਤੀ ਇਹਨਾਂ ਨੇ ਗਣਰਾਜ ਬਣਾ ਲਿਆ ਉਸ ਤੋਂ ਬਾਅਦ ਵੀ ਸਿੱਖਾਂ ਨੂੰ ਕਿਤੇ ਵੀ ਕੋਈ ਸਿੱਖਾਂ ਦੇ ਨਾਲ ਇਨਸਾਫ ਦੀ ਗੱਲ ਨਹੀਂ ਰੱਖੀ ਗਈ 25 ਧਾਰਾ ਸੰਵਿਧਾਨ ਦੀ ਸਿੱਖਾਂ ਦੇ ਕੰਪਲੀਟਲੀ ਵਿਰੋਧ ਹੈ ਜੀ ਉਸ ਤੋਂ ਬਾਅਦ ਦਿੱਲੀ ਦੇ ਤਖਤ ਤੇ ਜਿਹੜੀ ਵੀ ਸਰਕਾਰ ਆਈ ਉਹ ਸਰਕਾਰ ਕਾਂਗਰਸੀ ਸੀ ਉਸ ਤੋਂ ਬਾਅਦ ਆ ਰੀਸੈਂਟਲੀ ਜਿਹੜੀ ਹੁਣ ਸਰਕਾਰ ਆ ਰਹੀ ਹੈ ਜਾਂ ਤੇ ਕਾਂਗਰਸ ਸਰਕਾਰ ਬੈਠਦੀ ਹੈ ਜਾਂ ਫਿਰ ਭਾਰਤੀ ਜਨਤਾ ਪਾਰਟੀ ਬੈਠਦੀ ਹੈ ਮਤਲਬ ਦੋਨਾਂ ਦੀਆਂ ਦੋਵੇਂ ਹੀ ਵਿਰੋਧੀ ਪਾਰਟੀਆਂ ਮਤਲਬ ਹੈ ਤੇ ਦੋਨੋਂ ਹੀ ਚਾਹੇ ਉਹ ਆ ਜਾਏ ਚਾਹੇ ਉਹ ਆ ਜਾਏ ਹਾਂਜੀ ਮਤਲਬ ਕਾਤਲ ਕੋਈ ਵੀ ਆ ਜਾਏ ਹਾਂ ਜਿਹੜੀ ਚਾਹੇ ਖੁਰਬੀਜਾ ਸ਼ੁਰੂ ਤੋਂ ਰਵੇ ਸਾਸ਼ਨ ਦੇ ਨਾਲ ਜੁੜੀ ਹੈ ਮਤਲਬ ਇਸ ਕਰਕੇ ਸਾਨੂੰ ਜੀ ਤੁਸੀਂ ਅਗਲੀ ਗੱਲ ਦੂਸਰੀ ਗੱਲ ਇਹ ਹੈ ਕਿ ਦੋਨੇ ਹੀ ਜਿਹੜੀਆਂ ਇਹ ਪਾਰਟੀਆਂ ਹਨ ਇਹ ਸਿੱਖਾਂ ਦੀਆਂ ਵਿਰੋਧੀ ਪਾਰਟੀਆਂ ਹਨ ਸਿੱਖਾਂ ਦੇ ਕੋਲ ਇਸ ਲਈ ਮੈਂ ਨਾ ਉਮੀਦਗੀ ਜ਼ਾਹਰ ਕੀਤੀ ਹੈ ਕਿ ਸਿੱਖ ਇਹਨਾਂ ਦੇ ਕੋਲੋਂ ਉਮੀਦ ਕਿਸ ਤਰ੍ਹਾਂ ਇਨਸਾਫ ਦੀ ਕਰ ਸਕਦੇ ਹਨ ਕਿਉਂਕਿ ਸਾਡਾ ਆਪਣਾ ਹੀ ਪਗੜੀਧਾਰੀ ਸਿੱਖ ਜਿਹੜਾ ਕਿ ਵਿਖਾਵੇ ਤੋਂ ਸਿੱਖ ਆ ਪਰੰਤੂ ਉਸਦਾ ਦਿਲ ਨਹੀਂ ਜਾਗਦਾ ਕਿ ਜਦੋਂ ਦਿੱਲੀ ਦੇ ਵਿੱਚ ਇਤਨਾ ਕਤਲੇਆਮ ਹੋਇਆ ਉਸ ਦੇ ਬਾਅਦ ਵੀ ਉਹ ਅੱਜ ਆਪਣੀ ਇੱਕ ਕਾਂਗਰਸ ਸਰਕਾਰ ਦੀ ਕਠਪੁਤਲੀ ਬਣ ਕੇ ਇੱਕ ਰਬੜ ਦੀ ਸਟੈਂਪ ਬਣ ਕੇ ਕਾਂਗਰਸ ਸਰਕਾਰ ਦੀ ਆਪ ਇੱਕ ਦਿੱਲੀ ਦੇ ਤਖਤ ਦੇ ਉੱਤੇ ਬੈਠਾ ਜਿਸ ਦੇ ਹੱਥ ਵਿੱਚ ਪਾਵਰ ਹੈ ਉਹ ਪ੍ਰਾਈਮ ਮਿਨਿਸਟਰ ਹੈ ਤੇ ਅੱਜ ਇਤਨੇ ਜਿਹੜੇ ਸਿੱਖਾਂ ਦਾ ਘਾਣ ਕਰਨ ਵਾਲੇ ਸਾਰੇ 11 ਦੇ 11 ਉਹ ਲੋਕ ਉਹ ਕਾਤਲ ਉਹ ਦਰਿੰਦੇ ਉਹ ਬਰੀ ਕਰ ਦਿੱਤੇ ਗਏ ਜ਼ਾਲਮ ਤੇ ਅੱਜ ਸਾਡੇ ਜਿਹੜੇ ਸਿੱਖ ਹਨ ਉਹਨਾਂ ਨੂੰ ਕਿੱਥੋਂ 28-30 ਸਾਲ ਹੋ ਗਏ ਉਹਨਾਂ ਨੂੰ ਕਿੱਥੋਂ ਇਨਸਾਫ ਮਿਲੇਗਾ ਉਹਨਾਂ ਦੇ ਰੂਹਾਂ ਜੀ ਬਿਲਕੁਲ ਜਿਸ ਦੀ ਗੱਲ ਕਦੇ ਭਾਈ ਸਾਹਿਬ ਰਾਜੋਣਾ ਜੀ ਨੇ ਵੀ ਕੀਤੀ ਸੀ ਅਗਲੀ ਗੱਲ ਕਿ ਸਾਨੂੰ ਅਗਲਾ ਸਟੈਪ ਕੀ ਹੋਣਾ ਚਾਹੀਦਾ ਤੁਸੀਂ ਸਵਾਲ ਕੀਤਾ ਸੀ ਕਿ ਜਦੋਂ ਅਸੀਂ ਇਸ ਤਰ੍ਹਾਂ ਸਿੱਖਾਂ ਦੇ ਨਾਲ ਹਾਲਾਤ ਹੋ ਰਹੇ ਨੇ ਕਿ ਪਾਰਟੀ ਉਹ ਹੀ ਆ ਰਹੀ ਹੈ ਹਾਲ ਵੇਲੇ ਦੇਖੋ ਸਿੱਖ ਘੱਟ ਗਿਣਤੀ ਵਿੱਚ ਹਨ ਕਦੇ ਇਹ ਤੇ ਹੈ ਹੀ ਨਹੀਂ ਕਿ ਅਸੀਂ ਜਾ ਕੇ ਫਟਾਫਟ ਸਾਨੂੰ ਇਤਨਾ ਸਾਡਾ ਬਲਬੂਤਾ ਹੋਇਆ ਕਿ ਅਸੀਂ ਦਿੱਲੀ ਦੇ ਤਖਤ ਦੇ ਉੱਤੇ ਰਾਜ ਕਰਨ ਦੇ ਪੋਲੀਟੀਕਲ ਤੌਰ ਤੇ ਕਾਬਿਲ ਹੋਈਏ ਨਹੀਂ ਇੱਕ ਦਿਨ ਖਾਲਸਾ ਜ਼ਰੂਰ ਰਾਜ ਕਰੇਗਾ ਪਰ ਇਸ ਵਕਤ ਨਹੀਂ ਇਸ ਵਕਤ ਨਹੀਂ ਕਿ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ਤੇ ਫਿਰ ਇਨਸਾਫ ਮਿਲ ਨਹੀਂ ਸਕਦਾ ਤੇ ਜਿਹੜੀਆਂ ਸਾਡੀਆਂ ਮੋਤਬਰ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਡੇ ਉਹਨਾਂ ਸੰਸਥਾਵਾਂ ਨੇ ਅੱਜ ਤੱਕ ਇਹ ਸੋਚ ਨਹੀਂ ਸੋਚੀ ਕਿ ਅਸੀਂ ਉਹ ਕੋਈ ਰਿਟ ਪਾ ਕੇ ਜਾਂ ਉਹ ਕੋਈ FIR ਦਰਜ ਕਰ ਦੇ ਉਹ ਕਿਸੇ ਐਸੇ ਸਿੱਖ ਬੀਬੀਆਂ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕੁਝ ਪਲੇਸ ਵੀ ਇਸ਼ੂ ਕੀਤੇ ਹੋਏ ਹਨ ਕਿ ਉਹ ਰਹਿ ਵੀ ਰਹੇ ਹਨ ਸਿੱਖ ਪਰਿਵਾਰ ਉਹਨਾਂ ਨਾਲ ਕਦੇ ਉਹਨਾਂ ਨੇ ਕੰਟੈਕਟ ਹੀ ਨਹੀਂ ਕੀਤਾ ਕਿ ਆਓ ਅਸੀਂ ਤੁਹਾਨੂੰ ਸਕਿਉਰਿਟੀ ਪ੍ਰੋਵਾਈਡ ਕਰਦੇ ਹਾਂ ਆਓ ਤੁਹਾਡਾ ਖਰਚਾ ਅਸੀਂ ਚੁੱਕਦੇ ਹਾਂ ਤੁਸੀਂ ਚੱਲੋ ਪੁਲਿਸ ਸਟੇਸ਼ਨ ਦੇ ਵਿੱਚ ਰਿਪੋਰਟ ਦਰਜ ਕਰਾਓ ਕੀ ਕਦੇ ਉਹਨਾਂ ਨੇ ਕੋਈ ਐਸਾ ਯਤਨ ਕੀਤਾ ਕੁਝ ਨਹੀਂ ਸੋ ਸਾਡੀ ਉਮੀਦ ਅੰਤ ਆ ਕੇ ਸਾਡੀ ਧਾਰਮਿਕ ਸੰਸਥਾ ਦੇ ਉੱਤੇ ਫਿਰ ਟਿਕਦੀ ਹੈ ਤੇ ਜਿਨ੍ਹਾਂ ਨੂੰ ਅੱਜ ਕੱਲ ਜਿਹੜਾ ਉਹਨਾਂ ਨੂੰ ਕੰਟਰੋਲ ਕਰਨ ਵਾਲੇ ਫੇਰ ਪੋਲੀਟੀਕਲ ਫਿਰ ਉਹੀ ਗੱਲ ਆ ਗਈ ਜਿਹੜੀ ਤੁਸੀਂ ਕਿਹਾ ਕਿ ਦੋਨੋਂ ਹੀ ਕਾਤਲ ਨੇ ਸਾਡੇ ਜਿਹੜੀ ਤੁਸੀਂ ਗੱਲ ਕੀਤੀ ਨਾ ਪਗੜੀਧਾਰੀ ਸਿੱਖ ਦੀ ਮੈਂ ਇਸ ਤੋਂ ਪਹਿਲਾਂ ਕਿ ਕਾਲ ਮੈਂ ਛੋਟੀ ਜਿਹੀ ਗੱਲ ਕਰਕੇ ਤੁਸੀਂ ਦੇਖਣਾ ਕਿ ਉਹਦਾ ਆਪਾਂ ਕੀ ਜਵਾਬ ਦੇ ਸਕਦੇ ਹਾਂ ਤੁਸੀਂ ਮੈਨੂੰ ਆਪਣੀ ਕਾਰ ਦਾ ਡਰਾਈਵਰ ਰੱਖ ਲਓ ਠੀਕ ਹੈ ਮੈਂ ਤੁਹਾਡੇ ਕਹਿਣ ਤੇ ਕਾਰ ਚਲਾਵਾਂਗਾ ਤੁਸੀਂ ਕਹੋਗੇ ਸੱਜੇ ਮੋੜ ਤੇ ਮੈਂ ਸੱਜੇ ਮੋੜਾਂਗਾ ਖੱਬੇ ਤੁਸੀਂ ਮੈਨੂੰ ਕੋਈ ਸਪੀਡ ਵਧਾ ਮੈਂ ਸਪੀਡ ਵਧਾਵਾਂਗਾ ਤੁਸੀਂ ਕਹੋ ਮੈਨੂੰ ਇੱਥੇ ਰੋਕ ਮੈਂ ਰੋਕ ਦਾਂਗਾ ਤੁਸੀਂ ਕੋਈ ਇਸ ਸਟਰੀਟ ਤੇ ਚੱਲ ਇਸ ਸਟਰੀਟ ਪਰ ਤੁਹਾਡੇ ਕਹਿਣ ਤੇ ਮੈਂ ਚੱਲਾਂਗਾ ਲੇਕਿਨ ਜੇ ਐਕਸੀਡੈਂਟ ਹੋ ਗਿਆ ਨਾ ਤੇ ਕਸੂਰ ਸਾਰਾ ਡਰਾਈਵਰ ਦਾ ਹੋਵੇਗਾ ਡਰਾਈਵਰ ਨੇ ਮਾਰਿਆ ਸੀ ਜੀ ਜੀ ਉਹ ਸੋਨੀਆ ਗਾਂਧੀ ਦੇ ਕਹਿਣ ਤੇ ਚੱਲ ਰਿਹਾ ਹੈ ਹਾਂਜੀ ਲੇਕਿਨ ਇਸ ਵਕਤ ਦੇਸ਼ ਦਾ ਭੱਠਾ ਇਸ ਪੱਖੋਂ ਬੈਠਣ ਜਾ ਰਿਹਾ ਆਪ ਇਕਨੋਮਿਕਲੀ ਦੇਖ ਲਓ ਕਿ ਇਸ ਵਕਤ ਕਿੰਨਾ ਕਮਜ਼ੋਰ ਹੋ ਚੁੱਕਾ ਹੈ ਰੁਪਇਆ ਬਿਲਕੁਲ ਕੱਲ ਨੂੰ ਜਦੋਂ ਕੋਈ ਐਸੀ ਗੱਲ ਹੋਈ ਨਾ ਤਾਂ ਕਹਿਣਾ ਕਿ ਇੱਕ ਦੇਸ਼ ਦਾ ਐਡਾ ਵੱਡਾ ਅਰਥਸ਼ਾਸਤਰੀ ਸੀਗਾ ਸਿੱਖ ਉਹਨੇ ਅਲਟੀਮੇਟਲੀ ਸਿੱਖਾਂ ਨੇ ਬਦਨਾਮ ਹੋਣਾ ਜਾਂ ਵੇਖੋ ਜੀ ਸਿੱਖ ਗੱਦੀ ਤੇ ਬੈਠਾ ਸੀ ਕਹਿੰਦੇ ਦੇਹ ਭੱਠਾ ਬਣ ਗਿਆ ਉਹਦੇ ਸਮੇਂ ਦੇ ਵਿੱਚ ਇੰਨਾ ਮਤਲਬ ਠੀਕ ਹੈ ਨਾ ਜੀ ਮੈਂ ਬੇਨਤੀ ਕੀਤੀ ਕਿ ਤੁਹਾਡੇ ਕਹਿਣ ਤੇ ਮੈਂ ਕਾਰ ਚਲਾਵਾਂਗਾ ਪਰ ਜੇ ਐਕਸੀਡੈਂਟ ਹੋ ਗਿਆ ਨਾ ਫਿਰ ਕਸੂਰ ਤੁਹਾਡਾ ਨਹੀਂ ਹੋਏਗਾ ਬਿਲਕੁਲ ਉਹ ਮੇਰਾ ਹੋਏਗਾ ਹਾਲੇ ਕਿ ਤੁਹਾਡੇ ਕਹਿਣ ਤੇ ਮੈਂ ਸਪੀਡ ਵਧਾਈ ਸੀ ਬਿਲਕੁਲ ਠੀਕ ਹੈ ਨਾ ਤੋ ਇੱਕ ਕਾਲ ਲੈਣੀ ਆਪਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ ਬੇਟੀ ਕੌਣ ਬੋਲ ਰਹੇ ਹੋ ਫਤਿਹ ਜੀ ਕਾਲ ਡ੍ਰੌਪ ਹੋ ਗਈ ਅਗਲੀ ਕਾਲ ਦਾ ਇੰਤਜ਼ਾਰ ਕਰਦੇ ਹਾਂ ਆਪਾਂ ਜਿਹੜੀਆਂ ਸਾਡੀਆਂ ਸਤਿਕਾਰਯੋਗ
ਕਿਸ ਤਰ੍ਹਾਂ ਤੁਹਾਨੂੰ ਕੀ ਇਸ ਵਕਤ, ਕਿਉਂਕਿ ਜਿਸ ਵਕਤ ਭਾਜੀ ਰਵਿੰਦਰ ਕੌਰ ਜੀ ਨੇ ਕਿਹਾ ਕਿ ਸਿੱਖਾਂ ਨੂੰ ਕੋਈ ਉਮੀਦ ਨਹੀਂ ਹੈ ਇਨਸਾਫ ਦੀ, ਤੁਹਾਨੂੰ ਵੀ ਕਦੀ ਕੋਈ ਐਸਾ ਵਾਕਿਆ ਵਾਪਰਿਆ ਕਿ ਸੇਵਾ ਕਰਦਿਆਂ ਹੋਇਆਂ ਤੁਹਾਡੇ ਨਾਲ ਕੋਈ ਬੇਇਨਸਾਫੀ ਹੋਈ ਹੋ? ਕਿਉਂਕਿ ਤੁਸੀਂ ਉਹਨਾਂ ਦੀ ਸੇਵਾ ਕਰ ਰਹੇ ਹੋ ਜਿਹਨਾਂ ਦੇ ਨਾਲ ਬੇਇਨਸਾਫੀਆਂ ਹੋਈਆਂ ਨੇ, ਤੇ ਕਦੀ ਐਸੀ ਕੋਈ ਰੁਕਾਵਟ? ਕਿਉਂਕਿ ਇਸ ਗੱਲ ਦਾ ਤੇ ਮੈਨੂੰ ਵੀ ਪਤਾ ਕਿ ਜਦੋਂ ਅਸੀਂ ਜਾਂਦੇ ਹਾਂ ਤੇ ਕਿੰਨੀਆਂ ਕੋਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਕਿਵੇਂ ਅਸੀਂ ਬਚ ਕੇ ਆਉਂਦੇ ਹਾਂ, ਤਾਂ ਤੁਸੀਂ ਕੀ ਇਹਦੇ ਲਈ ਕਹਿਣਾ ਚਾਹੋਗੇ? ਹਾਂਜੀ, ਸਹੀ ਗੱਲ ਆ ਕਿ ਜੀ ਮਾਈਕ ਥੋੜਾ ਨੇੜੇ ਕਰ ਲਓ ਭੈਣ ਜੀ, ਇਹ ਸਹੀ ਗੱਲ ਆ ਕਿ ਥੋੜਾ ਹੋਰ ਨੇੜੇ ਸੇਵਾ ਕਰਨ ਵਾਲਿਆਂ ਤੇ ਰੁਕਾਵਟਾਂ ਤੇ ਆਉਂਦੀਆਂ ਆ, ਹਨਾ? ਜੀ ਜੀ ਜੀ, ਪਰ ਉਮੀਦ ਨਹੀਂ ਛੱਡਣੀ ਚਾਹੀਦੀ, ਆਪਣਾ ਹੌਸਲਾ ਨਹੀਂ ਛੱਡਣਾ ਚਾਹੀਦਾ। ਜੋ ਕੁਛ ਸਾਡੇ ਨਾਲ ਵੀ ਹੋਇਆ, ਹੁਣ ਅਸੀਂ ਜਾ ਕੇ ਆਏ ਹਾਂ ਨਾ, ਉਹ ਸਾਨੂੰ ਪਤਾ ਆ, ਹੁਣ ਇਸ ਵੇਲੇ ਅਸੀਂ ਕੁਛ ਕਹਿ ਨਹੀਂ ਸਕਦੇ, ਹਨਾ? ਪਰ ਮੈਂ ਇਹ ਨਹੀਂ ਕਹਿੰਦੀ ਕਿ ਹਾਂ ਸਾਨੂੰ ਉੱਥੇ ਕੋਈ ਡਰਿਆ, ਬੇਸ਼ੱਕ ਕੁਛ ਵੀ ਆ, ਹਨਾ? ਜਿਹੜੇ ਸ਼ਹੀਦ ਹੋਏ ਆ ਉਹ ਵੀ ਸਾਡੇ ਵਰਗੇ ਸੀ, ਸਾਡੇ ਭਰਾ ਹੀ ਸੀਗੇ, ਹਨਾ? ਜੇ ਕੱਲ ਨੂੰ ਸਾਨੂੰ ਵੀ ਕੋਈ ਗੱਲ ਹੋਈ, ਮੈਂ ਤਾਂ ਆਪਣੇ ਪਰਿਵਾਰ ਚ ਕਹਿੰਦੀ ਹੁੰਦੀ ਆ, ਬੇਸ਼ੱਕ ਮਰ ਜਾਵਾਂਗੇ ਤਾਂ ਕੀ ਹੋਇਆ, ਤਾਂ ਅੱਗੇ ਜਿਹੜੇ ਮਰੇ ਉਹ ਵੀ ਤਾਂ ਸਾਡੇ ਵਰਗੇ ਹੀ ਸੀਗੇ, ਇੰਨੇ ਸ਼ਹੀਦ ਉਹਨਾਂ ਨੇ ਕੀਤੇ। ਮਤਲਬ ਤੁਸੀਂ ਇਹ ਸੋਚ ਕੇ ਸੇਵਾ ਕਰ ਰਹੇ ਹੋ ਕਿ ਘੱਟੋ ਘੱਟ ਕੌਮ ਦੇ ਸ਼ਹੀਦ ਪਰਿਵਾਰ ਇਹ ਨਾ ਸੋਚਣ ਕਿ ਸਾਡੇ ਪਿੱਛੇ ਕੌਮ ਦਾ ਕੋਈ ਬੰਦਾ ਨਹੀਂ ਆਇਆ। ਰਵਿੰਦਰ ਕੌਰ ਭੈਣ ਜੀ ਤੋਂ ਮੈਂ ਇੱਕ ਸਵਾਲ ਪੁੱਛਿਆ ਸੀਗਾ, ਮੈਂ ਉਹੀ ਗੱਲ ਤੁਹਾਡੇ ਨਾਲ ਪੁੱਛਦਾ ਕਿ ਜਦੋਂ ਸਾਨੂੰ ਉਸ ਤੋਂ ਉਸ ਮੁਲਕ ਤੋਂ ਜਾਂ ਉੱਥੋਂ ਦੀ ਨਿਆਂ ਪ੍ਰਣਾਲੀ ਤੋਂ ਜਦੋਂ ਅਸੀਂ ਬਿਲਕੁਲ ਬੇਉਮੀਦੇ ਹੋ ਚੁੱਕੇ ਹੋਈਏ, ਤਾਂ ਤੁਸੀਂ ਕੀ ਸੋਚਦੇ ਹੋ ਆਪਣੇ ਤੌਰ ਪਰ ਕਿ, ਕਿਉਂਕਿ ਭੈਣ ਜੀ ਨੇ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਹੈ, ਸਾਡੀ ਕੋਈ ਵੀ ਹੋਰ ਜਥੇਬੰਦੀ ਜਿਹੜੀ ਸਿਰ ਮੋੜ ਜਥੇਬੰਦੀ ਹੈ, ਉਸ ਦੇ ਪ੍ਰਤੀ ਵੀ ਇੱਕ ਨਾ ਉਮੀਦਗੀ ਜਤਾਈ ਹੈ, ਜਿਹੜੀ ਕਿ ਸੱਚਾਈ ਵੀ ਹੈ, ਇਹਦੇ ਵਿੱਚ ਕੋਈ ਆਪਾਂ ਦੋਹਰਾਵਾ ਨਹੀਂ ਹੈ। ਤੁਸੀਂ ਕੀ ਸੋਚਦੇ ਹੋ ਕੀ ਤਰੀਕਾ ਹੋ ਸਕਦਾ ਕਿ ਸਿੱਖ ਆਪਣਾ ਇਨਸਾਫ ਲੈ ਸਕਣ? ਕੀ ਤਰੀਕਾ ਹੋ ਸਕਦਾ, ਕਿਉਂਕਿ ਇਨਸਾਫ ਤਾਂ ਸਾਨੂੰ ਮਿਲਿਆ ਨਹੀਂ, 25-26 ਸਾਲ ਹੋ ਗਏ, ਉਹ ਅੱਗੋਂ ਮਿਲਣਾ ਵੀ ਨਹੀਂ, ਪਰ ਕੀ ਤਰੀਕਾ ਅਸੀਂ ਅਪਣਾ ਸਕੀਏ? ਕਿਉਂਕਿ ਇਸ ਵਕਤ ਸਾਡੇ ਕੋਲ ਇੱਕ ਪਾਵਰ ਹੈ, ਅਸੀਂ ਪ੍ਰੈਸ ਦੇ ਤੌਰ ਪਰ ਅੱਜ ਕੱਲ੍ਹ ਤੱਕ ਜਦੋਂ ਸਾਡੇ ਕਤਲੇਆਮ ਹੋਏ, ਕਿਸੇ ਨੇ ਦਿਖਾਇਆ ਤੱਕ ਵੀ ਨਹੀਂ, ਮਤਲਬ ਕੋਈ ਪਤਾ ਵੀ ਨਹੀਂ ਲੱਗਾ ਕਈਆਂ ਨੂੰ, ਲੇਕਿਨ ਅੱਜ ਅਸੀਂ ਆਪਣੀ ਹਰ ਗੱਲ ਨੂੰ ਆਪਣੇ ਘੱਟੋ ਘੱਟ ਆਪਣੇ ਭਾਈਚਾਰੇ ਤੱਕ ਤਾਂ ਜ਼ਰੂਰ ਪਹੁੰਚਾ ਸਕਦੇ ਹਾਂ। ਤੁਸੀਂ ਕੀ ਸੋਚਦੇ, ਕਿਸ ਤਰ੍ਹਾਂ ਅਸੀਂ ਇਨਸਾਫ ਲੈ ਸਕਦੇ ਹਾਂ? ਬੇਸ਼ੱਕ ਸਾਨੂੰ ਨਹੀਂ ਇਨਸਾਫ ਮਿਲ ਰਿਹਾ, ਮਿਲਣ ਦੀ ਕੋਈ ਉਮੀਦ ਵੀ ਨਹੀਂ ਹੈਗੀ ਜਿੰਨਾ ਚਿਰ ਇਹ ਗੌਰਮੈਂਟ ਹੈਗੀ ਆ, ਪਰ ਸਾਨੂੰ ਆਪਣਾ ਹੌਸਲਾ ਨਹੀਂ ਛੱਡਣਾ ਚਾਹੀਦਾ, ਸਾਨੂੰ ਲੜਾਈ ਕਰਨੀ ਚਾਹੀਦੀ ਆ ਆਪਣੇ ਹੱਕ ਵਾਸਤੇ। ਤੁਸੀਂ ਵੀ ਆਪਣੇ ਕੀ ਕਹਿੰਦੇ ਨੇ ਹਿਸਾਬ ਦੇ ਨਾਲ ਜਾਂ ਆਪਣੇ ਤਰੀਕੇ ਨਾਲ ਜਾਂ ਆਪਣੀ ਸਮਰਥਤਾ ਦੇ ਮੁਤਾਬਕ ਸੇਵਾ ਤਾਂ ਕਰ ਹੀ ਰਹੇ ਹੋ ਨਾ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ। ਤੇ ਜਿਹੜਾ ਸਾਡਾ ਸੇਵਾ ਦਾ ਰਾਹ ਹੈ, ਸਿੱਖੀ ਪੰਥ ਵੈਸੇ ਹੈ ਵੀ ਸੇਵਾ ਦਾ ਰਾਹ, ਮਤਲਬ ਮੇਰਾ ਸਵਾਲ ਇਹ ਸੀ ਜਿਸ ਦਾ ਜਵਾਬ ਅਜੇ ਤੱਕ ਆਪਾਂ ਨਹੀਂ ਕੱਢ ਸਕ ਰਹੇ ਕਿ ਕੀ ਐਸਾ ਕਰ ਸਕਦੇ ਹਾਂ ਕਿ ਜਿਹਦੇ ਨਾਲ ਸਾਨੂੰ ਇਨਸਾਫ ਮਿਲੇ। ਆਪੇ ਕਾਲ ਲੈਂਦੇ ਹਾਂ, ਫਿਰ ਮੈਂ ਤੁਹਾਡੇ ਨਾਲ ਗੱਲ ਕਰਨਾ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆਪ ਜੀ ਦਾ। ਤੇ ਭਾਈ ਸਾਹਿਬ ਜੀ, ਮੈਂ ਇਹ ਗੱਲ ਕਰਨੀ ਆ ਕਿ ਜਿਹੜਾ ਆਪਣੇ ਨਾ ਭਾਈ ਸਾਹਿਬ ਜੀ ਰਾਜੋਆਣਾ ਦਾ ਤੇ ਦੂਸਰੇ ਜਿਹੜੇ ਸਿੰਘ ਬੈਠੇ ਆ ਨਾ, ਤੁਸੀਂ ਦੇਖੋ ਭਾਈ ਸਾਹਿਬ ਜੀ, ਜਦੋਂ ਉਦੋਂ ਏਕਤਾ ਹੋਈ ਸੀ ਤਾਂ ਬਹੁਤ ਵਧੀਆ ਕੰਮ ਹੋਇਆ ਸੀ ਨਾ। ਜੀ ਜੀ ਬਿਲਕੁਲ ਬਿਲਕੁਲ ਭਾਈ ਸਾਹਿਬ ਜੀ, ਉਹਨਾਂ ਦੀ ਜਿਹੜਾ ਫਾਂਸੀ ਅਗਾਂਹ ਤੋਂ ਪਈ ਸੀਗੀ ਨਾ, ਹੁਣ ਉਸੇ ਤਰ੍ਹਾਂ ਫਿਰ ਹੁੰਦੇ ਨਾ ਮਾਰਨ ਦੀ ਲੋੜ ਆ। ਮੈਂ ਸਟਾਰਟਿੰਗ ਤੇ ਬੇਨਤੀ ਕੀਤੀ ਸੀ, ਮੈਂ ਕਿਹਾ ਵੀ ਕਈ ਐਸੇ ਮੁੱਦੇ ਹੁੰਦੇ ਆ ਜਿਹੜੇ ਸਿਰਫ ਕੌਮ ਦੇ ਵਿੱਚ ਦੁਫਾੜ ਹੀ ਲਿਆਉਂਦੇ ਆ। ਆਪਾਂ ਇਸ ਮੁੱਦੇ ਬਾਰੇ ਵੀ ਕਿਸੇ ਵਕਤ ਗੱਲ ਕਰਾਂਗੇ। ਅੱਜ ਸਾਡੀ ਜਿਹੜੀ ਗੱਲ ਚੱਲ ਰਹੀ ਹੈ ਉਹ ਚੱਲ ਰਹੀ ਹੈ ਕਿ ਸਿੱਖਾਂ ਦੇ 11 ਕਥਿਤ ਕਾਤਲਾਂ ਨੂੰ ਅੱਜ ਦਿੱਲੀ ਦੀ ਸੈਸ਼ਨ ਅਦਾਲਤ ਨੇ ਬਰੀ ਕਰ ਦਿੱਤਾ। ਜੀ ਤਕਲੀਫਾਂ
ਜੀ ਜੀ ਬਿਲਕੁਲ ਬਿਲਕੁਲ ਜਾਣੀ ਕਿ ਉਹ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ ਪਹਿਲਾਂ ਬਹੁਤ ਰੋਲ ਵਧੀਆ ਕੀਤਾ ਸੀਗਾ ਆਪਣੇ ਮੀਡੀਆ ਦੇ ਪਰ ਹੋਰ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ ਹਨਾ ਜੀ ਧੰਨਵਾਦ ਭੈਣ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਖਾਲਸਾ ਵਾਜੀ ਕੀ ਬਹੁਤ ਅੱਛਾ ਲੱਗਾ ਇਹ ਭੈਣ ਜੀ ਰਵਿੰਦਰ ਕੌਰ ਜੀ ਦੇ ਫੈਨ ਲੱਗਦੇ ਸਨ ਥੈਂਕ ਯੂ ਜੀ ਸਾਰੀਆਂ ਸਿੱਖ ਸੰਗਤਾਂ ਹੀ ਆਪਣੇ ਲਈ ਸਤਿਕਾਰਯੋਗ ਨੇ ਬਿਲਕੁਲ ਅਸੀਂ ਸਾਰਿਆਂ ਦੇ ਫੈਨ ਹਾਂ ਕਿਉਂਕਿ ਜਿਹੜਾ ਗੁਰੂ ਕਾ ਸਿੱਖ ਹੈ ਅਸੀਂ ਉਹਨੂੰ ਸਮਰਪਿਤ ਹਾਂ ਸਤਿਗੁਰੂ ਜੀ ਕਹਿੰਦੇ ਜੋ ਦੀਖ ਸੇ ਗੁਰਸਿੱਖਾ ਤੇ ਸਨੇਹ ਨੇ ਲੱਗੇ ਪਾਏ ਜੀ ਬਸ ਇਹੀ ਸਾਡੀ ਇੱਕਤਾ ਹੋ ਸਕਦੀ ਹੈ ਇਹੀ ਇੱਕ ਕਦਮ ਸੀ ਮੈਂ ਇਹ ਕੁਐਸਚਨ ਤੁਹਾਨੂੰ ਅਗਲਾ ਕਰਨ ਵਾਲਾ ਸੀ ਤੁਸੀਂ ਕੰਟੀਨਿਊ ਰੱਖੋ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਕਿ ਮਾਈਕ ਨੂੰ ਨੇੜੇ ਕਰ ਲਓ ਕਿ ਬੇਉਮੀਦੇ ਨਾ ਉਮੀਦੇ ਤੇ ਸਾਨੂੰ ਸਾਡੇ ਗੁਰੂ ਨੇ ਕਿਹਾ ਹੀ ਨਹੀਂ ਸਾਨੂੰ ਹੋਣ ਦੇ ਵਾਸਤੇ ਪਰ ਉਮੀਦ ਵੀ ਨਹੀਂ ਹੈ ਸਾਨੂੰ ਇਹ ਵੀ ਅਸੀਂ ਦੇਖ ਰਹੇ ਹਾਂ ਮੇਰਾ ਇਹ ਪ੍ਰਸ਼ਨ ਸੀਗਾ ਕਿ ਕੀ ਫਿਰ ਸਟੈਪ ਹੋਣਾ ਚਾਹੀਦਾ ਹੈ ਅਗਲਾ ਨੈਕਸਟ ਕਿਹੜੀ ਅਸੀਂ ਕਿ ਕਿਸ ਤਰ੍ਹਾਂ ਅਸੀਂ ਇਨਸਾਫ ਲਈਏ ਕੀ ਸੋਚਦੇ ਹੋ ਤੁਸੀਂ ਕੁਛ ਨੀ ਸਾਨੂੰ ਬਸ ਜਿੱਦਾਂ ਅਸੀਂ ਅੱਗੇ ਪਹਿਲਾਂ ਅਸੀਂ ਗਏ ਮਾਰਚ ਕੱਢੇ ਮੈਂ ਤਾਂ ਇਹੀ ਕਹਿੰਦੀ ਆਈ ਰਾਸਤੇ ਵਿੱਚ ਵੀ ਭੈਣ ਜੀ ਰਵਿੰਦਰ ਨੂੰ ਕਿ ਸਾਨੂੰ ਹੁਣ ਚੁੱਪ ਕਰਕੇ ਬੈਠਣਾ ਨਹੀਂ ਚਾਹੀਦਾ ਜੇ ਅਸੀਂ ਉਸ ਦਿਨ ਵੀ ਸੜਕਾਂ ਦੇ ਉੱਪਰ ਸਾਡੇ ਬੱਚੇ ਸਾਡੇ ਸਿੰਘ ਨਹੀਂ ਆਉਂਦੇ ਨਾ ਤੇ ਉਦਣ ਵੀ ਇਹ ਇਹਨਾਂ ਦੀ ਫਾਂਸੀ ਜਿਹੜੀ ਉਹ ਹਾਲੇ ਜਿੱਦਾਂ ਹੋਣੀ ਹੋਈ ਟਲੀ ਆ ਏਦਾਂ ਨਹੀਂ ਹੋਣੀ ਸੀਗੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਇਕੱਠੇ ਹੋ ਕੇ ਸਾਨੂੰ ਸਲਾਹ ਕਰਕੇ ਫਿਰ ਸਾਨੂੰ ਕੋਈ ਸਟੈਪ ਚੁੱਕਣਾ ਚਾਹੀਦਾ ਪਰ ਇਨਸਾਫ਼ ਮੈਨੂੰ ਨਹੀਂ ਲੱਗਦਾ ਕੋਈ ਵੀ ਇਨਸਾਫ਼ ਸਾਨੂੰ ਹਜੇ ਮਿਲੇ ਜਿੰਨਾ ਚਿਰ ਸਾਡੀ ਗੌਰਮੈਂਟ ਨਹੀਂ ਹੁੰਦੀ ਸਾਨੂੰ ਖਾਲਿਸਤਾਨ ਸਾਡਾ ਨਹੀਂ ਬਣਦਾ ਓਨਾ ਚਿਰ ਅਸੀਂ ਇਹਨਾਂ ਤੋਂ ਉਮੀਦ ਨਹੀਂ ਇਹਨਾਂ ਨੇ ਤਾਂ ਸਾਡੇ ਉੱਤੇ ਜ਼ੁਲਮ ਕੀਤੇ ਆ ਪਰ ਤਰੀਕਾ ਤੁਸੀਂ ਦੱਸ ਦਿੱਤਾ ਨਾ ਕਿਦਾਂ ਇਨਸਾਫ਼ ਮੰਗ ਸਕਦੇ ਆ ਤਰੀਕਾ ਤੇ ਦੱਸਤਾ ਉਹਨਾਂ ਨੇ ਕਿ ਸਾਡਾ ਰਾਜ ਹੋਏਗਾ ਰਾਜ ਹੋਏਗਾ ਅਸੀਂ ਉਹਨਾਂ ਤੇ ਕੀ ਉਮੀਦ ਰੱਖ ਸਕਦੇ ਆ ਸਾਨੂੰ ਇਨਸਾਫ਼ ਦੇਣਗੇ ਜਿਹੜੇ ਸਾਡੇ ਮਾਰਦੇ ਆ ਹੱਲੇ ਵੀ ਮਾਰੀ ਜਾਂਦੇ ਆ ਹਨਾ ਅਸੀਂ ਉਹਨਾਂ ਤੋਂ ਕੋਈ ਉਮੀਦ ਨਹੀਂ ਆਪਾਂ ਨੂੰ ਕੋਈ ਰੱਖਣੀ ਨਹੀਂ ਚਾਹੀਦੀ ਬਿਲਕੁਲ ਬਿਲਕੁਲ ਮੈਂ ਇੱਕ ਪੜ੍ਹ ਰਿਹਾ ਸੀਗਾ ਉਰਦੂ ਵਿੱਚ ਜੱਜ ਨੂੰ ਮੁਨਸਫ ਕਹਿੰਦੇ ਨੇ ਉਹ ਕਹਿੰਦੇ ਮੇਰਾ ਮੁਨਸਫ ਹੀ ਮੇਰਾ ਕਾਤਲ ਹੈ ਮੇਰੇ ਹੱਕ 'ਚ ਫੈਸਲਾ ਕਿਆ ਦੇਗਾ ਮਤਲਬ ਜਿਹੜਾ ਜੱਜ ਹੈ ਉਹੀ ਕਾਤਲ ਹੈ ਹੁਣ ਸਾਡੇ ਹੱਕ 'ਚ ਕਿੱਥੋਂ ਫੈਸਲਾ ਦੇਵੇਗਾ ਸਾਨੂੰ ਤਾਂ ਆਪਾਂ ਗੱਲ ਕਰਦੇ ਹਾਂ ਹੁਣ ਆਪਣੇ ਭੈਣ ਜੀ ਦੇ ਨਾਲ ਕੁਲਵਿੰਦਰ ਕੌਰ ਜੀ ਦੇ ਨਾਲ ਕਿਉਂਕਿ ਸਮਾਂ ਵੀ ਜਿਹੜਾ ਬੜੀ ਛਲਾਂਗਾ ਮਾਰਦਾ ਅੱਗੇ ਚੱਲ ਰਿਹਾ ਸਾਡੇ ਨਾਲ ਬੜੇ ਸਾਰੇ ਫੋਨ ਕਾਲਸ ਵੀ ਆ ਰਹੇ ਨੇ ਭੈਣ ਜੀ ਤੁਸੀਂ ਵੀ ਦੱਸੋ ਤੁਸੀਂ ਵੀ ਪੰਜਾਬ ਜਾਂਦੇ ਹੋ ਸੇਵਾ ਦੇ ਮਾਰਗ ਦੇ ਉੱਤੇ ਚੱਲਦੇ ਹੋਏ ਤੁਸੀਂ ਬੜੀ ਸੇਵਾ ਨਿਭਾਈ ਹੈ ਤੁਹਾਡਾ ਮਨ ਕੀ ਕਹਿੰਦਾ ਕਿ ਸਾਨੂੰ ਇਨਸਾਫ਼ ਮਿਲੇਗਾ ਕਿਉਂਕਿ ਅੱਜ ਫੇਰ ਉਹੀ ਹੋਇਆ ਕਿ 11 ਸਿੱਖਾਂ ਨੂੰ ਸੋਰੀ ਮਾਫ਼ ਕਰਨਾ 11 ਕਥਿਤ ਸਿੱਖਾਂ ਦੇ ਕਾਤਲਾਂ ਨੂੰ ਰਿਹਾ ਕਰਕੇ ਇੱਕ ਵਾਰੀ ਫੇਰ ਸਾਡੇ ਜ਼ਖਮਾਂ ਤੇ ਲੂਣ ਛਿੜਕਿਆ ਗਿਆ ਇੱਕ ਵਾਰੀ ਫੇਰ ਸਾਡੇ ਜ਼ਖਮਾਂ ਨੂੰ ਦੁਬਾਰਾ ਹਰਿਆ ਕੀਤਾ ਗਿਆ ਤੁਸੀਂ ਕੀ ਸੋਚਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਵੀ ਇਹੀ ਸੋਚਦੀ ਹਾਂ ਵੀ ਗਲਤ ਹੋਇਆ ਪਰ ਮਾਈਕ ਨੇੜੇ ਕਰ ਲਓ ਗਲਤ ਹੋਇਆ ਜੋ ਕੁਝ ਹੋਇਆ ਨਹੀਂ ਗਲਤ ਤਾਂ ਹੋਇਆ ਖੈਰ ਹੁਣ ਗਲਤ ਉਹੀ ਫਿਰ ਆ ਗਈ ਨਾ ਮੁਨਸਫ ਹੀ ਕਾਤਲ ਹੈ ਜੱਜ ਹੀ ਜਿਹੜਾ ਕਤਲ ਕਰਨ ਵਾਲਾ ਉਹ ਹੱਕ 'ਚ ਫੈਸਲਾ ਕਿਸ ਤਰ੍ਹਾਂ ਦੇਵੇਗਾ ਮਤਲਬ ਉਹ ਜਿਹੜੇ ਮੁਲਕ ਦੇ ਵਿੱਚ ਰਹਿ ਰਹੇ ਨੇ ਉਹਨਾਂ ਦਾ ਆਪਣਾ ਸਿਸਟਮ ਹੈ ਉਹਨਾਂ ਦਾ ਆਪਣਾ ਨਿਜ਼ਾਮ ਹੈ ਉਹਨਾਂ ਦਾ ਆਪਣਾ ਸਾਰਾ ਕੁਝ ਹੈ ਮਤਲਬ ਉੱਥੇ ਸਾਨੂੰ ਉਮੀਦ ਤਾਂ ਠੀਕ ਹੈ ਉਮੀਦ ਦੀ ਕਿਰਨ ਕਦੀ ਕਦੀ ਜਗਦੀ ਹੈ ਸਾਨੂੰ ਕਦੀ ਕਦੀ ਲੱਗਦਾ ਹੈ ਕਿਉਂਕਿ ਹੁਣ ਜਦੋਂ ਮੈਂ ਲਾਸਟ ਇੰਟਰਵਿਊ ਕੀਤੀ ਸੀ ਫੁਲਕਾ ਹੋਣਾ ਦੇ ਨਾਲ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਕਿ ਮਈ ਦੇ ਵਿੱਚ ਜਿਹੜੀ ਤਰੀਕ ਹੈ ਉਸ ਮਈ ਦੀ ਤਰੀਕ ਦੇ ਵਿੱਚ ਜ਼ਰੂਰ ਇਹਨੂੰ ਸੱਜਣ ਕੁਮਾਰ ਨੂੰ ਸਜ਼ਾ ਹੋਏਗੀ ਤਾਂ ਸੱਜਣ ਕੁਮਾਰ ਦੀ ਤਾਂ ਗੱਲ ਛੱਡੋ ਮਈ ਦੇ ਮਹੀਨੇ ਦੇ ਵਿੱਚ 11 ਰਿਹਾ ਕਰ ਦਿੱਤੇ ਮਤਲਬ ਹਾਂਜੀ ਜੇ ਤੁਸੀਂ ਮੇਰੀ ਇੰਟਰਵਿਊ ਸੁਣੀ ਹੋਏਗੀ ਸਾਡੇ ਜਿਹੜੇ ਵਿਊਅਰਸ ਨੇ ਜਦੋਂ ਮੈਂ ਦਿੱਲੀ ਤੋਂ ਇੰਟਰਵਿਊ ਕੀਤੀ ਸੀ ਕਟਕਡੂਮਾ ਅਦਾਲਤ ਦੇ ਬਾਹਰੋਂ ਫੁਲਕਾ ਸਾਹਿਬ ਦੀ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਮਈ ਦੇ ਮਹੀਨੇ ਵਿੱਚ ਹਰ ਹਾਲਤ ਵਿੱਚ ਇਹਨੂੰ ਸਜ਼ਾ ਹੋਏਗੀ ਹੋਏਗੀ ਚਲੋ ਆਪਾਂ ਇੱਕ ਕਾਲ ਲੈਂਦੇ ਹਾਂ ਫਿਰ ਆਪਾਂ ਦੇਖਦੇ ਹਾਂ ਕਿ ਉਹ ਕੀ ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਿਉਂਕਿ ਤੁਸੀਂ ਹੁਣ ਦੇਖ ਲਓ ਸਿੱਖਾਂ ਦੀ ਸਰਕਾਰ ਹੈਗੀ ਆ ਪੰਜਾਬ ਦੇ ਵਿੱਚ ਵੀ ਜੀ ਤੇ ਇੱਕ ਇਹਨਾਂ ਨੇ ਪਲਾਸਟਿਕ ਦਾ ਸਿੰਘ ਉੱਥੇ ਦਿੱਲੀ ਬਿਠਾ ਦਿੱਤਾ ਹੈਗਾ ਪਲਾਸਟਿਕ ਦੇ ਸਾਨੂੰ ਦਿੱਤਿਆ ਵੀ ਇਹ ਸਿੰਘ ਹੈਗਾ ਜੀ ਇਹ ਸਿੰਘਾਂ ਦਾ ਪ੍ਰਧਾਨ ਮੰਤਰੀ ਹੈਗਾ ਤੇ ਉਹ ਪਲਾਸਟਿਕ ਦਾ ਸਿੰਘ ਬਿਠਾ ਦਿੱਤਾ ਹੈਗਾ ਇਹਨਾਂ ਨੇ ਦਿੱਲੀ ਇੱਕ ਲਿਜਾ ਕੇ ਤੇ ਇੱਧਰ ਪਾਦੀਆਂ ਬਾਦਲ ਸਾਹਿਬ ਇਹ ਕਾਤਲਾਂ ਨੂੰ ਪਦਵੀਆਂ ਦੇ ਰਹੇ ਆ ਤੇ ਉਹ ਜੇ ਉਹਨਾਂ ਨੇ ਰਿਹਾ ਕੀਤੇ ਆ ਸਰਕਾਰ ਕਾਂਗਰਸ ਨੇ ਰਿਹਾ ਕਰਾ ਦਿੱਤੇ ਆ ਤੇ ਸਾਡੀ ਪਾਤਸ਼ਾਹ ਸਰਕਾਰ ਤੇ ਉਹਨਾਂ ਨੂੰ ਰਵਾਜ ਰਹੀ ਆ ਜਿਹੜੇ ਕਾਤਲ ਆ ਸਿੱਖਾਂ ਦੇ ਬਾਦਲ ਸਿੰਘ ਜੀ ਤੁਸੀਂ ਸੋਚਦੇ ਹੋ ਕਿ ਉਹ ਸਰਕਾਰ ਪੰਥਕ ਜਾਂ ਸਿੱਖਾਂ ਦੀ ਹੈ
ਦੇਖੋ ਜੀ ਲੋਕਾਂ ਨੇ ਤਾਂ ਉਹ ਸਿੱਖਾਂ ਦੀ ਪੰਥਕ ਸਰਕਾਰ ਕਰਕੇ ਨਹੀਂ ਬਣਾਇਆ ਹੈ, ਪਰ ਉਹ ਹੈ ਸਿੱਖਾਂ ਦੀ ਕਾਤਲ। ਸਹੀ ਗੱਲ ਆ। ਤੇ ਹੁਣ ਮੈਂ ਤਾਂ ਇਹੀ ਕਹਿ ਸਕਦਾ ਕਿ ਜਦੋਂ ਭਿੰਡਰਾਂ ਵਾਲੇ ਸੰਤ ਸੀਗੇ ਉਦੋਂ ਸਾਡਾ ਜਰਨੈਲ ਸੀਗਾ ਤੇ ਅਸੀਂ ਲੋਕ ਉਹਨਾਂ ਦੇ ਮਗਰ ਸੀਗੇ। ਸਾਡਾ ਜਰਨੈਲ ਹੈ ਨੀ ਗਾ ਤੇ ਹੁਣ ਮਗਰ ਕਹਿੰਦੇ ਹੋਈਏ, ਇੱਕ ਇੱਕ ਸਿੰਘ ਲਾ ਰਿਹਾ ਹੈ। ਉਦੋਂ ਭਗਤ ਸਿੰਘ ਜੀ ਸਾਰੇ ਸੂਤ ਵੀ ਆਏ ਹੋਏ ਸੀ। ਮੈਂ ਉਹ ਸਿੰਘ ਲੱਗ ਰਿਹਾ, ਇੱਕ ਸਿੰਘ ਕੁਰਬਾਨੀ ਦਿੰਦਾ ਰਾਜੋਆਣਾ ਸਾਹਿਬ ਜਿੱਦਾਂ ਆਪਣੇ ਹੋਰ ਸਿੰਘ ਹਵਾਰਾ ਹੈ, ਜਿੱਦਾਂ ਇਹਨਾਂ ਨੇ ਕੁਰਬਾਨੀ ਦਿੱਤੀ ਫੜ ਕੇ ਅੰਦਰ ਦੇਸ਼ ਤੇ ਬਾਕੀ ਸਿੰਘ ਮੋਖੀ ਤੱਕ ਇੱਕ ਇੱਕ ਲੜ ਕੇ ਨੀ ਅਸੀਂ ਆਜ਼ਾਦੀ ਲੈ ਸਕਦੇ। ਜਦੋਂ ਤੱਕ ਸਾਨੂੰ ਕੋਈ ਕਮਾਂਡਰ ਨੀ ਮਿਲਦਾ, ਇੱਕ ਕਮਾਂਡ ਦੇ ਥੱਲੇ ਨੀ ਅਸੀਂ ਆਉਂਦੇ, ਸਾਨੂੰ ਕੋਈ ਲੜਾਈ ਲੜਨੀ ਪਊਗੀ। ਅੱਗੇ ਸਿੰਘਾਂ ਨੇ ਦਿੱਲੀਆਂ ਜਿੱਤੀਆਂ ਆ, ਫਿਰ ਦਾਨ ਕੀਤੀਆਂ ਆ। ਬਿਲਕੁਲ, ਅੱਗੇ ਸਿੰਘ ਹੁੰਦੇ ਸੀਗੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਰਾਖੀ ਕਰਦੇ ਸੀਗੇ, ਛਡਾ ਕੇ ਲਿਆਉਂਦੇ ਸੀਗੇ, ਮਜ਼ਲੂਮਾਂ ਦੀ ਰੱਖਿਆ ਕਰਦੇ ਸੀਗੇ। ਅੱਜ ਸਿੰਘਾਂ ਦੀ ਤਰਾਸਦੀ ਇਹ ਹੋ ਗਈ ਆ, ਸਾਨੂੰ ਆਪਣਾ ਆਪ ਹੀ ਨੀ ਅਸੀਂ ਬਚਾ ਸਕਦੇ। ਇੱਕ ਕਿਸੇ ਸਿੰਘ ਦੀ ਪੱਗ ਲੈ ਰਹੀ ਹੈ, ਕਿਸੇ ਨੂੰ ਗੋਲੀ ਵੱਜ ਰਹੀ ਹੈ, ਕਿਸੇ ਨੂੰ ਭਈਏ ਕੁੱਟ ਰਹੇ ਆ, ਕਿਸੇ ਨੂੰ ਰਾਮ ਰਹੀਮ ਦੇ ਚੇਲੇ ਕੁੱਟ ਰਹੇ, ਕਿਸੇ ਨੂੰ ਪਟਿਆਲਾ ਵਾਲੇ ਦੇ ਕੁੱਟ ਰਹੇ ਆ। ਅਸੀਂ ਤਾਂ ਮਤਲਬ ਅੱਜ ਸਿੰਘਾਂ ਦੀ ਤਰਾਸਦੀ ਇਹ ਕਿ ਅਸੀਂ ਸਿੰਘ ਜੁੱਤੀਆਂ ਖਾਂਦੇ ਫਿਰਦੇ ਜਗ੍ਹਾ ਜਗ੍ਹਾ, ਕਿਉਂਕਿ ਸਾਡੇ ਕੋਲ ਕਮਾਂਡ ਹੀ ਹੈ ਨੀ। ਸੋਰੀ ਭਾਜੀ ਬਹਾਦਰ ਸਿੰਘ ਜੀ, ਮੈਂ ਤੁਹਾਨੂੰ ਇੱਕ ਅੱਜ ਦੀ ਵੀ ਖਬਰ ਸੁਣਾਉਂਦਾ ਚੱਲਾਂ ਕਿ ਅੱਜ ਵੀ ਕੱਲ੍ਹ ਤੁਸੀਂ ਅਖਬਾਰਾਂ 'ਚ ਪੜ੍ਹ ਲਓਗੇ, ਇੱਕ ਜਗ੍ਹਾ ਉੱਪਰ ਸ਼ਾਇਦ ਮੋਗਾ ਦੇ ਲਾਗੇ ਕੋਈ ਜਗ੍ਹਾ, ਉੱਥੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਫੇਰ ਦੁਬਾਰਾ ਅਗਨ ਭੇਟ ਹੋਏ ਨੇ, ਉਹਦੀਆਂ ਤਸਵੀਰਾਂ ਛਾਪੀਆਂ ਹੋਈਆਂ ਨੇ ਜਗਬਾਣੀ, ਤੁਸੀਂ ਖੋਲ ਕੇ ਦੇਖ ਲਓ jagbani.com ਤੇ ਉਹਦੀਆਂ ਤਸਵੀਰਾਂ ਵੱਡੀਆਂ ਵੱਡੀਆਂ ਛਪੀਆਂ ਹੋਈਆਂ ਨੇ। ਇਹ ਅੱਜ ਦੀ ਖਬਰ ਹੈ, ਕਿਉਂਕਿ ਅਸੀਂ ਇਹ ਪ੍ਰੋਗਰਾਮ ਜਦੋਂ ਸ਼ੁਰੂ ਕਰਨਾ ਸੀ ਮੈਂ ਉਹ ਤਸਵੀਰਾਂ ਲੈ ਕੇ ਆਇਆ ਸੀ, ਨਾਲ ਮੈਂ ਚਾਹਿਆ ਸੀਗਾ ਕਿ ਮੈਂ ਦੀ ਫੁਟੇਜ ਦਿਖਾ ਦਿਆਂ ਤੁਹਾਨੂੰ, ਪਰ ਸਾਡੇ ਕੋਲ ਇੱਥੇ ਸੈਟਿੰਗ ਨਹੀਂ ਹੋ ਸਕੀ ਕਿਉਂਕਿ ਸਾਡੇ ਲੰਡਨ ਸਟੂਡੀਓ ਦੇ ਵਿੱਚ ਤੇ ਸਾਡੇ ਬ੍ਰਿਮਿੰਗ ਸਟੂਡੀਓ ਵਿੱਚ ਕਾਫੀ ਥੋੜ੍ਹਾ ਜਿਹਾ ਫਰਕ ਜਿਹਾ ਪੈ ਜਾਂਦਾ, ਇਸ ਕਰਕੇ ਅਸੀਂ ਪੂਰੀ ਸੈਟਿੰਗ ਨਹੀਂ ਕਰ ਸਕੇ, ਸਮਾਂ ਨਹੀਂ ਸੀ ਸਾਡਾ, ਲੇਕਿਨ ਉਹ ਫੁਟੇਜ ਮੈਂ ਆਪ ਜੀ ਨੂੰ ਦਿਖਾਉਣਾ ਚਾਹੁੰਦਾ ਸੀ। ਤੇ ਰੋਪੜ ਦੇ ਵਿੱਚ, ਜ਼ਿਲ੍ਹਾ ਰੋਪੜ ਦੇ ਵਿੱਚ ਇਹ ਜਿਹੜੀ ਇਹ ਪਿੰਡ ਲਥੇੜੀ ਹੈ ਜੀ, ਜਿਸ ਜਗ੍ਹਾ ਉੱਪਰ ਇਹ ਭਾਣਾ ਅੱਜ ਵਾਪਰਿਆ ਕਿ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਅਗਨ ਭੇਟ ਹੋਏ ਨੇ ਅੱਜ, ਔਰ ਉਹਨਾਂ ਦੀ ਪੂਰੀ ਜਿਹੜੀ ਕਿ ਉਹ ਅੱਗ ਦੇ ਵਿੱਚ ਸੜੀ ਹੋਈ, ਜਿਹਨੂੰ ਆਪਾਂ ਕਹਿ ਸਕਦੇ ਮ੍ਰਿਤਕ ਦੇਹੀ ਜਿਹੜੀ ਹੈ, ਉਹ ਕੱਲ੍ਹ ਆਪ ਜੀ ਅਖਬਾਰਾਂ ਦੇ ਵਿੱਚ ਤਸਵੀਰਾਂ ਰਾਹੀਂ ਦੇਖ ਹੀ ਲਵੋਗੇ। ਮਤਲਬ ਗੱਲ ਤਾਂ ਅਸੀਂ ਕਰਦੇ ਹਾਂ ਇਨਸਾਫ ਦੀ, ਗੱਲ ਤਾਂ ਅਸੀਂ ਕਰਦੇ ਹਾਂ ਧਰਮ ਦੀ, ਸਾਨੂੰ ਤਾਂ ਇਨਸਾਫ ਕਿਸੇ ਪੱਖੋਂ ਵੀ ਨਾ ਮਿਲਿਆ, ਨਾ ਸਾਡਾ ਧਰਮ ਮਹਿਫੂਜ਼ ਰਿਹਾ, ਨਾ ਸਾਡੇ ਜਿਸਮ ਮਹਿਫੂਜ਼ ਰਹੇ, ਨਾ ਸਾਡੇ ਸਤਿਗੁਰੂ ਜੀ, ਸਤਿਗੁਰੂ ਜੀ ਨੂੰ ਕਦੀ ਖੂਹ ਦੇ ਵਿੱਚ ਸੁੱਟ ਦਿੱਤਾ ਜਾਂਦਾ, ਕਦੀ ਸ਼ਰਾਬ ਪਾਈ ਜਾਂਦੀ, ਕਦੀ ਕੁਛ, ਕਦੀ ਕੁਛ, ਕਦੀ ਕੁਛ, ਗੱਲ ਅਸੀਂ ਸਾਰੇ ਕਰਦੇ ਹਾਂ ਏਕਤਾ ਹੋਵੇ, ਏਕਤਾ ਕਿਵੇਂ ਹੋਵੇ, ਕਿਵੇਂ ਹੋ ਸਕੇਗੀ ਏਕਤਾ, ਹਰ ਕਦਮ ਦੇ ਉੱਤੇ ਤਾਂ ਦੋ ਫਾੜ ਪਾਉਣ ਦੀ ਕੋਸ਼ਿਸ਼ਾਂ ਦੇ ਲਈ ਬਰਕਰਾਰ ਨੇ, ਮੌਜੂਦ ਨੇ ਉਹ ਲੋਕ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਦੋ ਫਾੜ ਪਾਉਣ ਵਾਲੇ ਜਲਾਦ। ਬਹਾਦਰ ਸਿੰਘ ਜੀ ਮੈਂ ਸੋਰੀ ਹਾਂ, ਤੋਂ ਵਿੱਚ ਤੁਹਾਡੀ ਗੱਲ ਟੋਕੀ, ਤੁਸੀਂ ਸ਼ਾਇਦ ਲਾਈਨ ਡਰੋਪ ਹੋ ਗਈ ਬਹਾਦਰ ਸਿੰਘ ਸਾਹਿਬ ਜੀ ਦੀ ਜੀ। ਅਗਲੀ ਕਾਲ ਰੈਡੀ, ਆਪਾਂ ਅਗਲੇ ਕਾਲ ਵੱਲ ਚੱਲਦੇ ਹਾਂ, ਫਿਰ ਭੈਣ ਜੀ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਜੋਂ ਫਤਿਹ, ਕੌਣ ਬੋਲਦੇ ਹੋ? ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਥੈਂਕ ਯੂ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਗੱਲ ਭੈਣ ਜੀ ਨੋਟ ਕਰਿਓ ਕਿ ਆਮ ਜਿਹੜੇ ਜਿਸ ਤਰ੍ਹਾਂ ਤੁਸੀਂ ਉਹ ਅਸੀਂ ਆ ਸਾਰੇ, ਸਾਡੇ ਮਨ ਵਿੱਚ ਇੱਕ ਦਰਦ ਪੈਦਾ ਹੁੰਦਾ ਹੈ, ਅੱਖਾਂ 'ਚੋਂ ਹੰਝੂ ਵੀ ਆ ਜਾਂਦੇ ਨੇ, ਗਲਾ ਵੀ ਭਰ ਜਾਂਦਾ ਹੈ। ਕੀ ਇਹੋ ਚੀਜ਼ ਉਹ ਲੋਕ ਨਹੀਂ ਦੇਖਦੇ ਜਿਹੜੇ ਕਿ ਸਾਡੀ ਨੁਮਾਇੰਦਗੀ ਕਰਨ ਵਾਲੇ ਆਪਣੇ ਆਪ ਨੂੰ ਅਖਵਾਉਂਦੇ ਨੇ? ਜਿਵੇਂ ਕਿ ਇੱਕ ਕਾਲਰ ਨੇ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਸਰਕਾਰ ਹੈ, ਇੱਕ ਕਾਲਰ ਨੇ ਏਕਤਾ ਦੀ ਗੱਲ ਕੀਤੀ ਸੀ, ਫਿਰ ਨਾਲ ਹੀ ਉਹਨਾਂ ਨੇ ਇਹ ਕਹਿ ਦਿੱਤਾ ਕਿ ਸਿੱਖਾਂ ਦੀ ਸਰਕਾਰ ਤਾਂ ਹੈ ਨਹੀਂ, ਹਰ ਕੋਈ ਏਕਤਾ ਦੀ ਗੱਲ ਕਰਦਾ ਹੈ, ਰੋਣ ਵਾਲੀ ਕੇਵਲ ਕੌਮ ਹੈ, ਜਿਹੜੇ ਕੌਮ ਨੂੰ ਵੇਚਣ ਵਾਲੇ ਨੇ ਉਹ ਫਿਰ ਮੁਸਕਰਾ ਰਹੇ ਨੇ। ਅਤੇ ਤੁਸੀਂ ਇਸ ਮੱਦੇਨਜ਼ਰ ਕੀ ਸੋਚਦੇ ਹੋ ਭੈਣ ਜੀ, ਹਰ ਕੋਈ ਏਕਤਾ ਦੀ ਗੱਲ ਕਰਦਾ ਹੈ? ਮੈਂ ਤੁਹਾਡੇ ਕੋਲ ਪ੍ਰਸ਼ਨ ਪੁੱਛਦਾ ਕਿ ਏਕਤਾ ਕਿਵੇਂ ਹੋ ਸਕਦੀ? ਸਾਨੂੰ ਪਤਾ ਸਾਡਾ ਨਿਸ਼ਾਨ ਇੱਕ ਹੈ, ਸਾਨੂੰ ਪਤਾ ਸਾਡਾ ਗ੍ਰੰਥ ਇੱਕੋ ਹੈ, ਸਾਡਾ ਖਾਣਾ ਪੀਣਾ, ਰਹਿਣ ਸਹਿਣ, ਰੀਤੀ ਰਿਵਾਜ਼ ਕਿਸੇ ਵੀ ਕਿਸਮ ਦਾ ਕੋਈ ਫਰਕ ਨਹੀਂ ਹੈ, ਫਿਰ ਵੀ ਅਸੀਂ ਵੱਡੇ ਹੋਏ ਹਾਂ, ਫਿਰ ਵੀ ਚਲੋ ਜਾਤ ਪਾਤ ਦੀ ਗੱਲ ਤਾਂ ਅਲੱਗ ਛੱਡ ਦਿਓ, ਹੋਰ ਵੀ ਕਈ ਮੁੱਦਿਆਂ ਉੱਪਰ ਅਸੀਂ
ਵੱਡੇ ਹੋਏ ਮਤਲਬ ਹਰ ਕੋਈ ਗੱਲ ਏਕਤਾ ਮੈਂ ਵੀ ਏਕਤਾ ਦੀ ਤੁਸੀਂ ਵੀ ਕਰੋਗੇ ਕੋਈ ਲੀਡਰ ਹੋਏਗਾ ਉਹ ਵੀ ਕਰੇਗਾ ਕੋਈ ਆਮ ਵਿਅਕਤੀ ਉਹ ਵੀ ਏਕਤਾ ਦੀ ਗੱਲ ਕਰੇਗਾ ਏਕਤਾ ਹਰ ਇੱਕ ਦੇ ਜ਼ੁਬਾਨ ਤੇ ਹੈ ਪਰ ਏਕਤਾ ਹੋ ਕਿਉਂ ਨਹੀਂ ਰਹੀ ਆਪਾਂ ਇਹ ਅਗਲਾ ਪ੍ਰਸ਼ਨ ਤੁਹਾਡੇ ਕੋਲ ਪੁੱਛਦੇ ਇਸ ਤੋਂ ਪਹਿਲਾਂ ਕਾਲ ਲੈ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲਦੇ ਹੋ ਕਿਉਂਕਿ ਇੰਨੇ ਚਿਰ ਦੇ ਜਿੱਦਾਂ ਕੇਸ ਚੱਲਦੇ ਸਨ ਦਿੱਲੀ ਦੇ ਵਿੱਚ ਤੇ ਉੱਥੇ ਨਿਆਂ ਨਾ ਮਿਲਣਾ ਉੱਥੇ ਸਿੱਖਾਂ ਦਾ ਏਦੋਂ ਵੱਧ ਕੀ ਧੱਕਾ ਹੋ ਸਕਦਾ ਪਰ ਸਾਡੇ ਜਿਹੜੇ ਰਾਜਸੀ ਲੋਕ ਨੇ ਉਹਨਾਂ ਦੀ ਸ਼ਹਿਰ ਨਾਲ ਹੋਇਆ ਭਾਵੇਂ ਉਹ ਪੰਜਾਬ ਦੇ ਵਿੱਚ ਹੋਣ ਭਾਵੇਂ ਉਹ ਦਿੱਲੀ ਚ ਹੋਣ ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨਾਂ ਦੀ ਰਾਜਸੀ ਜਿਹੜੀ ਸ਼ਕਤੀ ਹੈ ਉਹ ਇੰਨੀ ਕਮਜ਼ੋਰ ਹੈ ਕਿ ਉਹਨੂੰ ਜੋ ਵੀ ਅਸੀਂ ਕਰ ਦਿੱਤਾ ਉਹਨਾਂ ਦੀ ਜ਼ਮੀਰ ਮਰ ਚੁੱਕੀ ਹੈ ਔਰ ਜਿਹੜੇ ਸਾਡੇ ਧਾਰਮਿਕ ਜਿਹੜੇ ਜਿੱਦਾਂ ਹੁਣ ਅਕਾਲ ਤਖ਼ਤ ਸਾਹਿਬ ਦੀ ਗੱਲ ਕਰ ਰਹੇ ਹਾਂ ਅਸੀਂ ਕਹਿੰਦੇ ਜਾਮ ਅੱਜ ਭਰ ਤੋਂ ਚਾਰ ਦਿਨ ਪਹਿਲਾਂ ਲੋਕੀ ਇਦਾਂ ਸਾਰੇ ਜੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੋ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੋ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਕੋਈ ਸਿੱਖ ਵੀ ਹੈਗਾ ਮਤਲਬ ਗੱਲਾਂ ਹੀ ਨੇ ਸਾਰੀਆਂ ਰਾਜਵੰਤ ਸਿੰਘ ਜੀ ਗੱਲਾਂ ਨੇ ਬਿਲਕੁਲ ਗੱਲਾਂ ਨੇ ਅਕਾਲ ਤਖ਼ਤ ਸਾਹਿਬ ਦੀ ਜੇ ਅਸੀਂ ਗੱਲ ਕਰੀਏ ਨਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਿਆਦਾ ਉਹਨੂੰ ਇੱਕ ਵੀ ਸਿੱਖ ਕੋ ਆਖੇ ਵੀ ਅਸੀਂ ਸਮਰਪਿਤ ਹਾਂ ਅਕਾਲ ਤਖ਼ਤ ਸਾਹਿਬ ਨੂੰ ਰਾਜਵੰਤ ਸਿੰਘ ਜੀ ਇੱਕ ਸਵਾਲ ਪੁੱਛ ਸਕਦਾ ਤੁਹਾਡੇ ਕੋਲੋਂ ਹਾਂਜੀ ਮੈਂ ਆਪਣੇ ਵੀਅਰਸ ਨੂੰ ਦੱਸਣਾ ਚਾਹਾਂ ਕਿ ਰਾਜਵੰਤ ਸਿੰਘ ਜੀ ਸਾਡੇ ਬਹੁਤ ਪਿਆਰੇ ਸਤਿਕਾਰਯੋਗ ਵੀਰ ਨੇ ਔਰ ਇਹ ਧਰਮੀ ਫੌਜੀ ਨੇ ਜਦੋਂ ਦਰਬਾਰ ਸਾਹਿਬ ਵਿਖੇ ਹਮਲਾ ਹੋਇਆ ਸੀ ਇਹਨਾਂ ਨੇ ਵੀ ਆਪਣੀਆਂ ਬੈਰਕਾਂ ਛੱਡ ਦਿੱਤੀਆਂ ਸਨ ਔਰ ਇਸ ਵਕਤ ਸਾਡੇ ਨਾਲ ਲੜੇ ਨੇ ਬੜੀ ਅੱਛੀ ਗੱਲ ਕਹੀ ਰਾਜਵੰਤ ਸਿੰਘ ਜੀ ਤੁਸੀਂ ਕਿ ਕੋਈ ਵੀ ਸਿੱਖ ਸਮਰਪਿਤ ਨਹੀਂ ਹੈ ਤੇ ਜੇ ਮੈਂ ਇੱਕ ਪ੍ਰਸ਼ਨ ਪੁੱਛਾਂ ਤੁਹਾਡੇ ਕੋਲ ਕੀ ਜਵਾਬ ਦਿਓਗੇ ਕਿ ਜਿਹੜੇ ਅਕਾਲ ਤਖ਼ਤ ਸਾਹਿਬ ਤੇ ਬੈਠੇ ਨੇ ਉਹ ਵੀ ਮੈਨੂੰ ਲੱਗਦਾ ਸਮਰਪਿਤ ਨਹੀਂ ਨੇ ਤੁਹਾਨੂੰ ਕੀ ਅਕਾਲ ਸਿੰਘ ਉਹਨਾਂ ਨੇ ਕਹਿਣ ਨੂੰ ਇੱਕ ਰੱਖਿਆ ਅਕਾਲ ਤਖ਼ਤ ਸਾਹਿਬ ਨੂੰ ਜੀ ਕਿਉਂਕਿ ਆਪਾਂ ਅਕਾਲ ਤਖ਼ਤ ਸਾਹਿਬ ਦੇ ਇੱਕ ਜਥੇਦਾਰ ਨੂੰ ਸਮਰਪਿਤ ਨਹੀਂ ਕਿ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਸਮਰਪਿਤ ਹੋਣਾ ਵੈਰੀ ਨਾਈਸ ਬਿਲਕੁਲ ਠੀਕ ਹੈ ਸਿਧਾਂਤ ਨੂੰ ਅਸੀਂ ਸਮਰਪਿਤ ਹੈ ਹੀ ਨਹੀਂ ਗੇ ਅਸੀਂ ਕਿਉਂਕਿ ਅਸੀਂ ਸਭ ਨਾਲੋਂ ਪਹਿਲਾਂ ਹਰ ਜਿਹੜਾ ਉੱਥੇ ਵੀ ਬੈਠਾ ਜਾਂ ਕੋਈ ਬਾਹਰ ਉੱਚੇ ਤੇ ਬੈਠਾ ਜਾਂ ਕੋਈ ਨੋਰਮਲ ਸਿੱਖ ਹੈ ਉਹ ਅਕਾਲ ਤਖ਼ਤ ਸਾਹਿਬ ਸਿਰਫ ਇੰਨੀ ਗੱਲ ਕਹਿ ਦਿੰਦਾ ਕਿ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਵੀ ਸੱਚੇ ਕੌਮ ਦੀ ਸ਼ਾਨ ਹੈ ਪਰ ਉਹਦੇ ਸਿਧਾਂਤ ਨੂੰ ਸਮਰਪਿਤ ਨਹੀਂ ਅਸੀਂ ਸਿਰਫ ਜਥੇਦਾਰਾਂ ਤੱਕ ਉਹਨਾਂ ਦੇ ਮੂੰਹ ਰੱਖਣ ਨੂੰ ਅਸੀਂ ਸਮਰਪਿਤ ਹੋ ਜਾਂਦੇ ਹਾਂ ਕਿ ਆਹ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਆ ਗਿਆ ਜਾਂ ਵਿੱਚ ਹੋਰ ਆ ਗਿਆ ਅਸੀਂ ਕੱਲ ਜਿਹੜੀ ਚੀਜ਼ ਨੂੰ ਸਿਧਾਂਤ ਨੂੰ ਸਮਰਪਿਤ ਹੋਣਾ ਸੀ ਅਸੀਂ ਸਮਰਪਿਤ ਨਹੀਂ ਹੋਏ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਕਿਉਂਕਿ ਜਥੇਦਾਰ ਵੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਸਮਰਪਿਤ ਨਹੀਂ ਹੋਏ ਜੇ ਉਹ ਕੱਟ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਸਮਰਪਿਤ ਹੁੰਦੇ ਤੇ ਸਾਡੀ ਆਹ ਜਿਹੜੀ ਦੁਰਦਸ਼ਾ ਜਿਹੜੀ ਹੁੰਦੀ ਹੈ ਬਈ ਇਹ ਨਾ ਹੁੰਦੀ ਸਹੀ ਗੱਲ ਆ ਉਹਦੀ ਵਜ੍ਹਾ ਕਰਕੇ ਸਾਨੂੰ ਜਿਹੜੀਆਂ ਨੇ ਅੱਜ ਵੀ ਧੱਕੇ ਖਾਣੇ ਪੈ ਰਹੇ ਨੇ ਜੋ ਵੀ ਕਿਸੇ ਨੂੰ ਨਿਆਂ ਨੀ ਮਿਲਿਆ ਧਰਮੀ ਫੌਜੀਆਂ ਨੂੰ ਨਿਆਂ ਨੀ ਮਿਲਿਆ ਜੇ ਸ਼ਹੀਦਾਂ ਦੇ ਪਰਿਵਾਰਾਂ ਨੂੰ 84 ਦੇ ਦੰਗਿਆਂ ਨੂੰ ਕਿਸੇ ਨੂੰ ਨਿਆਂ ਨੀ ਮਿਲਿਆ ਕਿਉਂਕਿ ਸਾਡੇ ਜਿਹੜੇ ਰਾਜਸੀ ਲੋਕ ਨੇ ਉਹਨਾਂ ਦੇ ਗੁਲਾਮ ਹੋ ਗਏ ਨੇ ਸਾਡੇ ਜਥੇਦਾਰ ਜੇ ਜਥੇਦਾਰ ਪੂਰੀ ਸਹੀ ਤਰੀਕੇ ਨਾਲ ਫੈਸਲਾ ਕਰਦਾ ਨਾ ਤੇ ਜਥੇਦਾਰ ਜਿਹੜਾ ਸਾਰੀ ਕੌਮ ਮਰਨ ਮਿਟਣ ਵਾਸਤੇ ਤਿਆਰ ਹੋ ਜਾਂਦੀ ਹੈ ਜੇ ਜਥੇਦਾਰ ਦੇ ਫੈਸਲੇ ਦੇ ਉੱਤੇ ਕੀ ਬਾਤ ਬਹੁਤ ਬਹੁਤ ਵੱਡੀ ਗੱਲ ਕਹੀ ਤੁਸੀਂ ਔਰ ਬਹੁਤ ਪਾਏ ਦੀ ਗੱਲ ਕਹੀ ਬਹੁਤ ਅੱਛਾ ਲੱਗਾ ਰਾਜਵੰਤ ਜੀ ਹੋਰ ਕੁਝ ਕਹਿਣਾ ਚਾਹੋਗੇ ਜਾਂ ਆਪਾਂ ਸਮਾਪਤ ਕਰੀਏ ਬਸ ਸਾਹਿਬ ਇਹ ਹੀ ਹੈ ਕਿ ਜੇ ਆਪਾਂ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਦੀ ਗੱਲ ਕਰ ਰਹੇ ਹਾਂ ਜਥੇਦਾਰਾਂ ਨੂੰ ਆਪਣੇ ਚ ਸੁਧਾਰ ਕਰਨਾ ਪਊਗਾ ਕਿ ਸਿੱਖਾਂ ਨੂੰ ਕਿਵੇਂ ਇਕਜੁੱਟ ਕਰਨਾ ਪੈਣਾ ਸਭ ਨਾਲ ਪਹਿਲਾਂ ਜੀ ਪੰਜੀ ਅਸੀਂ ਇੱਕ ਏਕਤਾ ਦੀ ਗੱਲ ਕਰ ਰਹੇ ਹਾਂ ਇੱਕ ਪ੍ਰਸ਼ਨ ਕਿਉਂਕਿ ਤੁਸੀਂ ਪ੍ਰਚਾਰਕ ਹੋ ਮੇਰੀ ਕੌਮ ਦੇ ਔਰ ਪਿਛਲੇ 20 ਸਾਲਾਂ ਤੋਂ ਤੁਸੀਂ ਇਸ ਗੱਲ ਨੂੰ ਲੈ ਕੇ ਕਿ ਸੱਚ ਦਾ ਪ੍ਰਚਾਰ ਕਿਉਂਕਿ ਸਿੱਖੀ ਦਾ ਪ੍ਰਚਾਰ ਤਾਂ ਸੱਚ ਦਾ ਪ੍ਰਚਾਰ ਹੁੰਦਾ ਸਾਰੇ ਅਸੀਂ ਕਹਿੰਦੇ ਹਾਂ ਕਿ ਇੱਕ ਸਿਧਾਂਤ ਦੇ ਨਾਲ ਅਸੀਂ ਜੁੜਨਾ ਹੈ ਇੱਕ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜਨਾ ਹੈ ਗੱਲ ਵੀ ਅਸੀਂ ਸਿਧਾਂਤਕ ਕਰਨੀ ਚਾਹੁੰਦੇ ਹਾਂ ਫਿਰ ਵੀ ਇਸ ਮੱਦੇ ਨਜ਼ਰ ਕੀ ਅਸੀਂ ਕਦੀ ਆਪਣੇ ਆਪ ਨੂੰ ਸਿਧਾਂਤਕ ਕਰ ਸਕੇ ਹਾਂ ਕਿਉਂਕਿ ਕਿ ਕੋਈ ਐਸੀ ਸਪਿਰਿਟ ਕੋਈ ਆਫਟਰ ਆਲ ਸਾਡੇ ਪਾਸ ਉਹ ਵੀ ਜਥੇਦਾਰ ਨੇ ਜਿਨ੍ਹਾਂ ਦੀ ਜ਼ਮੀਰ ਇੰਨੀ ਬਲਵਾਨ ਸੀ ਕਿ ਜਿਨ੍ਹਾਂ ਨੇ ਵੱਡੇ ਵੱਡੇ ਰਾਜਿਆਂ ਨੂੰ ਵੀ ਅਕਾਲ ਤਖ਼ਤ ਪੰਜਾਬ ਨੂੰ ਕੋੜੇ ਮਾਰ ਦਿੱਤੇ ਨਾ ਤੇ ਮਤਲਬ ਕੀ ਅਸੀਂ ਗਲਤ ਫੈਸਲਾ ਲੈਣ ਲੱਗੇ ਐਸੀ ਸਰਵਉੱਚ ਜਗ੍ਹਾ ਤੇ ਬੈਠ ਕੇ ਸਾਡੀ ਜ਼ਮੀਰ ਨਹੀਂ ਕੰਬਦੀ ਤੁਸੀਂ ਵੀ ਪ੍ਰਚਾਰਕ ਹੋ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਮੈਂ ਤਾਂ ਸਮਝਦੀ ਹਾਂ ਕਿ ਉਹਨਾਂ ਦੇ ਵਿੱਚ ਜੇ ਜ਼ਮੀਰ ਹੋਵੇ ਤਾਂ ਉਹ ਕੰਬੇ ਮਤਲਬ ਫਿਰ ਜ਼ਮੀਰ ਉਹਨਾਂ ਦੀ ਹੈ ਹੀ ਨਹੀਂ ਉਹਨਾਂ ਨੇ ਜਿਹੜੇ ਉਹਨਾਂ ਦੇ ਅੰਦਰ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਸਿੱਖ ਕੌਮ ਦੇ ਪ੍ਰਤੀ ਨੇ ਉਹਨਾਂ ਦੇ ਅੰਦਰ ਸਿੱਖ ਕੌਮ ਦੇ ਪ੍ਰਤੀ ਉਹ ਪਿਆਰ ਨਹੀਂ ਹੈ ਉਹ ਭਾਵਨਾਵਾਂ ਨਹੀਂ ਹਨ ਕਿਉਂਕਿ ਜਿੱਥੇ ਵੀ ਸਿੱਖ ਦਾ ਖੂਨ ਸਿੱਖ ਦਾ ਪਸੀਨਾ ਵੀ ਡੁੱਲੇ ਨਾ ਇੱਕ ਭਾਈ ਇਸ ਤਰ੍ਹਾਂ ਆਪਣੇ ਇਕੱਠਾ ਹੋ ਜਾਣਾ ਚਾਹੀਦਾ ਇੱਕਦਮ ਕੌਮ ਨੂੰ ਪਰੰਤੂ ਉਹਨਾਂ ਨੂੰ ਤਾਂ ਹਜ਼ਾਰਾਂ ਸਿੱਖਾਂ ਦਾ ਖੂਨ ਡੁੱਲਦਿਆਂ ਹੋਇਆਂ ਦੇਖ ਕੇ ਵੀ ਉਹ ਚੁੱਪ ਛਾਈ ਬੈਠੇ ਨੇ ਕਾਫੀ ਦੇਰ ਤੋਂ ਬਾਕੀ ਜੇ ਗੱਲ ਕਰੀਏ ਰਾਜ ਬਿਨਾਂ ਨਾ ਧਰਮ ਚੱਲੇ ਹਾਂ ਧਰਮ ਬਿਨਾਂ ਸਭ ਦਲੇ ਮਲੇ ਹੈ ਤੇ ਅੱਜ ਧਰਮ ਦੀ ਗੱਲ ਅਸੀਂ ਗੱਲ
ਗੱਲ ਤੇ ਧਰਮ ਦੇ ਵਿੱਚ ਵੰਡੇ ਪਏ ਆ, ਜਾਤਾਂ ਦੇ ਆਧਾਰ ਤੇ, ਫਿਰਕੂ ਪਿੰਨੇ ਦੇ, ਹਰ ਚੀਜ਼ ਭਰਾ ਭਰਾ ਨੂੰ ਮਾਰ ਰਿਹਾ, ਭਰਾ ਭਰਾ ਦਾ ਹੱਕ ਖੋ ਰਿਹਾ। ਕਿੱਥੇ ਅਸੀਂ ਨਾਮ ਦੀਆਂ ਗੱਲਾਂ ਕਰੀਏ ਉਸ ਦੇ ਉੱਪਰ ਵੀ ਅਸੀਂ ਵੰਡੇ ਪਏ ਹਾਂ, ਕਿਤੇ ਰਹਿਤ ਮਰਜ਼ਾਦਾ ਦੇ ਉੱਪਰ ਵੰਡੇ ਪਏ ਹਾਂ, ਕਿਤੇ ਅਸੀਂ ਗੁਰਦੁਆਰਾ ਦੀਆਂ ਲਾਈਨਾਂ ਲਗਾ ਦਿੱਤੀਆਂ ਨੇ, ਕਿਤੇ ਅਸੀਂ ਉਹਨਾਂ ਦੇ ਉੱਪਰ ਸੰਗਮਰਮਰ ਲਗਾ ਦਿੱਤੇ ਨੇ, ਕਿਤੇ ਅਸੀਂ ਪ੍ਰਾਰਥਨ ਜਿਹੜੇ ਸਾਡੇ ਮਾਹੌਲ ਪ੍ਰਾਰਥਨ ਯਾਦਗਾਰਾਂ ਢਾ ਕੇ ਇੱਥੋਂ ਤੱਕ ਕਿ ਮਾਤਾ ਗੁਜਰੀ ਜੀ ਦਾ, ਛੋਟੇ ਬੱਚਿਆਂ ਦੀ ਸ਼ਹਾਦਤ, ਨਿੱਕੇ ਨਿੱਕੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ, ਉਹ ਠੰਡਾ ਬੁਰਜ ਵੀ ਅਸੀਂ ਖਤਮ ਕਰ ਦਿੱਤਾ, ਉਹਨੂੰ ਵੀ ਅਸੀਂ ਪੱਕਾ ਬੁਰਜ ਬਣਾ ਦਿੱਤਾ। ਕੀ ਦਿਖਾਉਣ ਵਾਸਤੇ, ਕੀ ਵਿਖਾਵਾਂਗੇ ਫਿਊਚਰ ਦੇ ਵਿੱਚ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ? ਤੈਨੂੰ ਪਤਾ ਪੰਜਾਬ ਅੰਦਰ ਦੀਵਾਰ ਵੀ ਖਤਮ ਕਰ ਦਿੱਤੀ, ਜੇ ਤੁਸੀਂ ਹੁਣ ਜਾਓ ਨਾ ਤੇ ਦੇਖੋ ਉਹ ਮੈਂ ਦੀਵਾਰ ਔਰ ਠੰਡਾ ਬੁਰਜ ਮੈਂ ਆਪ ਖੁਦ ਦੇਖਿਆ ਹੋਇਆ ਆਪਣੀ ਅੱਖਾਂ ਦੇ ਨਾਲ। ਬਹੁਤ ਮੈਂ ਦੇਖੀ ਸੀ ਦੀਵਾਰ ਪਰ ਪਿਛਲੇ ਸਮੇਂ ਦੇ ਵਿੱਚ, ਬਹੁਤ ਮਾੜੀ ਗੱਲ ਜਿਹੜੀ ਤੁਸੀਂ ਮੈਨੂੰ ਦੱਸੀ ਹੈ ਹੁਣ ਲੇਟੈਸਟ। ਔਰ ਜੇ ਤੁਸੀਂ ਜਾ ਕੇ ਪੁੱਛੋ ਨਾ ਤਾਂ ਪਤਾ ਕੀ ਕਰਨਾ ਜੀ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਅਸੀਂ ਉਹਨੂੰ ਹਟਾ ਨਹੀਂ ਸਕਦੇ। ਕਿਉਂ? ਦੀਵਾਰ ਨੂੰ ਤੁਸੀਂ ਦੀਵਾਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦਾ ਕੋਈ ਮਤਲਬ ਨਹੀਂ ਹੈ। ਇਹ ਤਾਂ ਸਿਰਫ ਸਾਜ਼ਿਸ਼ ਹੈ ਏਜੰਸੀਆਂ ਦੀ, ਬਿਲਕੁਲ ਬੜਾ ਕੁਝ ਸੋਚੇ ਸਮਝੇ ਸਾਜ਼ਿਸ਼ ਦੇ ਤਹਿਤ ਸਿੱਖਾਂ ਨੂੰ ਵੰਡਿਆ ਜਾ ਰਿਹਾ, ਸਿੱਖਾਂ ਦੀਆਂ ਧਾਰਮਿਕ ਜਿਹੜੀਆਂ ਹੈਗੀਆਂ ਰਹਿਤ ਮਰਜ਼ਾਦਾਵਾਂ ਨੂੰ ਵੰਡਿਆ ਜਾ ਰਿਹਾ, ਸਾਰੀਆਂ ਚੀਜ਼ਾਂ ਦੇ ਵਿੱਚ ਸਾਡੇ ਵਿੱਚ ਵੰਡੀਆਂ ਪਾ ਕੇ ਸਾਨੂੰ ਆਪਸ ਦੇ ਵਿੱਚ ਉਹੀ ਗੱਲ ਦੇ ਉੱਤੇ ਕਿ ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਵੇ, ਗੱਲ ਉੱਥੇ ਆਉਂਦੀ ਹੈ। ਹੁਣ ਸ਼ਰਨ ਦੇ ਵਿੱਚ ਜੀ ਸਾਨੂੰ ਆਪਣੀਆਂ ਸਾਰੀਆਂ ਇਦਾਂ ਛੱਡ ਕੇ ਸਾਨੂੰ ਇਕੱਠੇ ਹੋਣਾ ਚਾਹੀਦਾ ਕਿ ਹੁਣ ਆ ਜੋ ਕੁਝ ਸਾਡੇ ਨਾਲ ਹੋ ਰਿਹਾ ਆ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਬਾਕੀ ਮੈਂ ਮੇਰੀ ਛੁੱਟੀਆਂ ਨਹੀਂ ਹਾਂ ਜੀ। ਰਵਿੰਦਰ ਕੌਰ ਜੀ ਸਾਡੇ ਪਾਸ 5 ਮਿੰਟ ਦਾ ਸਮਾਂ ਬਾਕੀ ਹੈ, ਸਮਾਂ ਖੰਭੀ ਲਾ ਕੇ ਉੱਡ ਗਿਆ ਪਤਾ ਨਹੀਂ ਲੱਗਾ, ਪਰ ਆਪਾਂ ਜ਼ਰੂਰ ਫੇਰ ਇੱਕ ਵਾਰੀ ਬੈਠਾਂਗੇ ਇਸ ਮੁੱਦੇ ਨੂੰ ਲੈ ਕੇ। ਆਖਿਰ ਦੇ ਵਿੱਚ ਮੈਂ ਚਾਹਾਂਗਾ ਕਿ ਜਿਹੜਾ ਮੇਰਾ ਆਖਰੀ ਸਵਾਲ ਹੈ ਤੁਸੀਂ ਉਸ ਦਾ ਜਵਾਬ ਦਿਓ ਕਿ ਕਿਵੇਂ ਹੋ ਸਕਦੀ ਹੈ ਸਾਡੇ ਵਿੱਚ ਏਕਤਾ, ਕੀ ਹੋ ਵੀ ਸਕਦੀ ਹੈ ਕਿ ਨਹੀਂ? ਬਿਲਕੁਲ ਹੋ ਸਕਦੀ ਹੈ। ਸਾਨੂੰ ਮੈਂ ਮੇਰੀ ਆਪਣਾਪਣ ਤਿਆਗਣਾ ਪਏਗਾ, ਖੁਦ ਨੂੰ, ਸੈਲਫ, ਨੋਟ ਮੀ ਬਟ ਯੂ। ਜਦੋਂ ਤੱਕ ਸਾਡੇ ਵਿੱਚ ਇਹ ਚੀਜ਼ ਆਏਗੀ ਕਿ ਆਪਣੇ ਆਪ ਨੂੰ ਅਸੀਂ ਇਹ ਕਹੀਏ ਕਿ ਜੇ ਸਾਡੇ ਕਿਸੇ ਹੋਰ ਦੇ ਵਿੱਚ ਕੁਝ ਵੀਰ ਦੇ ਵਿੱਚ ਕੁਝ ਸਮਰੱਥਾ ਹੈ ਕਰਨ ਦੀ, ਸਾਨੂੰ ਉਹਨੂੰ ਅੱਗੇ ਆ ਲੈਣ ਦੇਣਾ ਚਾਹੀਦਾ। ਬਾਬਰ ਬਾਦਸ਼ਾਹ ਵੀ ਕਰੜੀ ਕੈਦ ਅੰਦਰ, ਗੁਰੂ ਨਾਨਕ ਨੇ ਪੀਸੀਆਂ ਚੱਕੀਆਂ ਸਨ, ਬੰਦਾ ਸਿੰਘ ਬਹਾਦਰ ਨੇ ਸ਼ੇਰ ਬਣ ਕੇ ਜ਼ੁਲਮ ਰਾਜ ਦੀਆਂ ਲੜਾਈਆਂ ਫੱਕੀਆਂ ਸਨ, ਜਦੋਂ ਸਾਰਿਆਂ ਹੀਲਿਆਂ ਤੋਂ ਗੱਲ ਲੰਘੀ ਤੇਦਾਂ ਗੁਰੂ ਗੋਬਿੰਦ ਸਿੰਘ ਚੱਕੀਆਂ ਸਨ। ਤੁਸੀਂ ਜੇ ਮੈਂ ਤੁਹਾਡੇ ਕੋਲ ਪ੍ਰਸ਼ਨ ਪੁੱਛਾਂ, ਤੁਸੀਂ ਆਪਣੇ ਹੋਮੇ ਤੇ ਆਗਤੀ ਹੈ? ਜੀ ਬਿਲਕੁਲ, ਮੈਂ ਇਹ ਸਮਝਦੀ ਹਾਂ ਕਿ ਮੈਂ ਸਭ ਤੋਂ ਨੀਵੀਂ ਆ, ਅੱਗੇ ਗੱਲ ਆਉਂਦੀ ਹੈ ਕਿ ਅੱਗੇ ਹੋਮੇ ਤਿਆਗ ਦਿੱਤੀ ਹੈ ਪਰੰਤੂ ਹਜੇ ਵੀ ਕੁਝ ਅੰਸ਼ ਬਾਕੀ ਆ ਉਹਦੇ ਵਿੱਚ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਿੱਖ ਚੈਨਲ ਨੇ ਇੱਕ ਪ੍ਰੋਗਰਾਮ ਚਲਾਇਆ ਹੋਇਆ ਕਿ ਦਫੀ ਚੀਰ ਲੀਡਰ ਕੌਣ ਹੋਵੇ, ਅਸੀਂ ਲੱਭ ਲਵਾਂਗੇ ਜ਼ਰੂਰ ਇੱਕ ਦਿਨ ਸਾਨੂੰ, ਕਿਉਂਕਿ ਸਿੱਖਾਂ ਨੂੰ ਸਾਡਾ ਮੀਡੀਆ ਮਿਲ ਗਿਆ, ਹੁਣ ਲੀਡਰ ਲੱਭ ਲਵਾਂਗੇ। ਤੁਸੀਂ ਕਿਹਾ ਕਿ ਇੱਕ ਅੰਸ਼ ਅਜੇ ਵੀ ਬਾਕੀ ਹੈ ਹੋਮੇ ਦਾ, ਉਹ ਕਿਉਂ ਬਾਕੀ ਹੈ? ਕਿਉਂਕਿ ਈਗੋ, ਸੁਪਰ ਈਗੋ, ਉਹ ਕਹਿੰਦਾ ਕਿ ਜਿਹੜੀ ਵੀ ਕੋਈ ਗੱਲ ਹੈਗੀ ਹੈ ਮੈਂ ਅੱਛੀ ਉਹ ਤੋਂ ਵੱਧ ਕਰ ਸਕਦਾ। ਸਾਡਾ ਧਰਮ ਤਾਂ ਸ਼ੁਰੂ ਹੀ ਹੋਮੇ ਤੇ ਆ ਕੇ ਹੁੰਦਾ, ਤਾਂ ਹੋਮੇ ਤੇ ਆ ਕੇ ਹੁੰਦਾ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਤੇ ਤਲੀ, ਸਿਰ ਹੋਮੇ ਦਾ ਹੀ ਤਿਆਗਣਾ ਨਾ, ਉਹ ਹੀ ਕੱਟਣਾ, ਪਰ ਉਹ ਸਿਰ ਤਾਂ ਅਸੀਂ ਲਾਈ ਬੈਠੇ ਸਾਰੇ ਨਾਲ ਸਾਰੇ। ਹਾਂਜੀ, ਤੇ ਮੇਰਾ ਸਵਾਲ ਉਹੀ ਹੈ ਕਿ ਏਕਤਾ ਕਿਵੇਂ ਹੋਏਗੀ? ਏਕਤਾ ਦਾ ਮੁੱਦਾ ਫਿਰ ਉਹੀ ਉੱਥੇ ਹੀ ਆ ਖੜਾਉਂਦਾ ਹੈਗਾ, ਕਿਉਂਕਿ ਅਸੀਂ ਸਾਨੂੰ ਆਪਣੇ ਆਪ ਨੂੰ ਇੰਨੇ ਕੁ ਨਿਮਾਣੇ, ਬਾਣੀ ਤੇ ਬਾਣੀ ਦੇ ਧਾਰਨੀ, ਨਿਤਨੇਮ ਦੇ ਧਾਰਨੀ ਨਾਲ ਇਹ ਚੱਲ ਕੇ ਕਿ ਨਾਮ ਦੀ ਸਿਮਰਨ ਦੀ ਗੱਲ ਅਸਲੀ ਜਿਹੜੀ ਗੱਲ ਹੈ ਕਿ ਜੀਵਨ ਜਾਚ ਸਿਖਾਈ ਹੈ ਸਤਿਗੁਰੂ ਜੀ ਨੇ, ਬਾਣੀ ਰਾਹੀਂ ਸਾਧਨਾ ਕਿਵੇਂ ਆ ਆਪਣੇ ਆਪ ਨੂੰ, ਜਦੋਂ ਅਸੀਂ ਬਾਣੀ ਦੇ ਨਾਲ ਪਿਆਰ ਕਰਾਂਗੇ, ਜਦੋਂ ਅਸੀਂ ਗੁਰਸਿੱਖੀ ਦੇ ਨਾਲ ਪਿਆਰ ਕਰਾਂਗੇ, ਜਦੋਂ ਅਸੀਂ ਆਪਣੇ ਧਰਮ ਨੂੰ ਪਿਆਰ ਕਰਾਂਗੇ, ਮੇਰਾ ਖਿਆਲ ਹੈ ਕਿ ਫਿਰ ਸਾਡੇ ਅੰਦਰ ਇਹ ਚੀਜ਼ ਜ਼ਰੂਰ ਆਏਗੀ। ਧਰਮ ਦੀ ਰੱਖਿਆ ਵਾਸਤੇ ਹਰ ਸਿੱਖ ਜਿਸ ਦੇ ਅੰਦਰ ਥੋੜਾ ਜਿਹਾ ਵੀ ਧਰਮ ਦਾ ਅੰਸ਼ ਹੋਏਗਾ, ਜਦੋਂ ਉਹ ਸਹੀ ਭਾਈ ਲਾਲੋ ਦੀ ਕਿਰਤੀ ਸਿੱਖ ਦੀ ਜਿਹੜੀ ਸਹੀ ਪਰਿਭਾਸ਼ਾ ਤੇ ਆ ਜਾਏਗਾ ਨਾ, ਕਿ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ, ਜਿਸ ਦਿਨ ਤਿੰਨ ਗੱਲਾਂ ਹਰ ਸਿੱਖ ਨੇ ਆਪਣੇ ਜੀਵਨ ਵਿੱਚ ਅਪਣਾ ਲਈਆਂ, ਤੇ ਮੇਰਾ ਖਿਆਲ ਅਸੀਂ ਕਾਮਯਾਬ ਹੋ ਜਾਵਾਂਗੇ। ਤੇ ਅਗਲੀ ਗੱਲ ਇੱਕ ਮੈਂ ਸ਼ੇਰ ਦੇ ਨਾਲ ਮੁਕਾਨੀ ਆ ਕਿ ਏਕਤਾ ਕਿਵੇਂ ਹੋਵੇ, ਤੇ ਅੱਜ ਦੇ ਜਥੇਦਾਰਾਂ ਦੇ ਉੱਤੇ ਮੈਂ ਸਪੈਸ਼ਲੀ ਇਹ ਗੱਲ ਵਾਰ ਵਾਰ ਕਹਿੰਦੀ ਹੁੰਦੀ ਹਾਂ, ਤੇ ਆਪਣੇ ਉਸ ਦੇ ਵਿੱਚ ਮੈਨੂੰ ਯਾਦ ਆਉਂਦਾ ਕਿ ਡੋਲੇ ਫਰਕ ਉੱਠਣ ਜੰਗੀ ਬਿਗਲ ਸੁਣ ਕੇ, ਪਲਾਸਟਿਕ ਦੇ ਉਹਨਾਂ ਰਾਜਨੀਤਿਕ ਲੋਕਾਂ ਦੀ ਗੱਲ ਨਹੀਂ ਕਰਦੀ ਜਿਹੜੇ ਅੱਜ ਚੇਹਰਾਂ ਤੇ ਬੈਠੇ ਹਨ, ਜਾਂ ਉਹ ਜਿਹੜੇ ਕਿ ਕਿਸੇ ਦੇ ਕਹਿਣ ਤੇ ਹੁਕਮਨਾਮੇ ਜਾਰੀ ਕਰ ਸਕਦੇ ਹਨ, ਜਾਂ ਉਹ ਕਿ ਜਿਨ੍ਹਾਂ ਦੀ ਜ਼ਮੀਰ ਨੂੰ ਤਾਂ ਕਿਸੇ ਚੀਜ਼ ਨੇ ਟੁੰਬਿਆ ਹੀ ਨਹੀਂ, ਪਰੰਤੂ ਉਹ ਲਿਖਤਾਂ ਦੇ ਵਿੱਚ ਕਾਰਵਾਈ ਕਰੀ ਜਾਂਦੇ ਨੇ। ਡੋਲੇ ਫਰਕ ਉੱਠਣ ਜੰਗੀ ਬਿਗਲ ਸੁਣ ਕੇ, ਛਾਤੀ ਜਿਹਦੀ ਫੌਲਾਦ ਦੀ ਬਣੀ ਹੋਵੇ, ਜਿਹਦੇ ਬੋਲਾਂ ਚੋਂ ਦੀਨਾਂ ਲਈ ਆਹ ਨਿਕਲੇ, ਮਤਲਬ ਦਰਦ ਹੋਵੇ, ਜਿਹਦੇ ਬੋਲਾਂ ਚੋਂ ਦੀਨਾਂ ਲਈ ਆਹ ਨਿਕਲੇ, ਤਨੋ ਮਨੋ ਗਰੀਬਾਂ ਦਾ ਧਨੀ ਹੋਵੇ, ਸਾਡੇ ਅਥਰੂ ਵੇਖ ਜੋ ਤੜਪ ਉੱਠੇ, ਹੋਵੇ ਜਿਸ ਨੂੰ ਦਿਲੋਂ ਪਿਆਰ ਸਾਡਾ, ਜਿਹੜਾ ਕੌਮ ਦੀ ਸ਼ਮਾ ਤੋਂ ਜਾਣ ਵਾਰੇ ਇਹੋ ਜਿਹਾ ਹੋਵੇ ਜਥੇਦਾਰ ਸਾਹਿਬ। ਬਹੁਤ ਅੱਛਾ ਲੱਗਾ, ਸਮਾਂ ਵੀ ਸਮਾਪਤ ਹੈ, ਜੇ ਤੁਸੀਂ ਕੋਈ ਵੀ ਗੱਲ ਆਖਿਰ ਚ ਕਰਨੀ ਚਾਹੋ, ਕਿਉਂਕਿ ਭੈਣ ਜੀ ਰਵਿੰਦਰ ਕੌਰ ਹੋਣਾ ਤੇ ਬਹੁਤ ਹੀ ਖੂਬਸੂਰਤ ਗੱਲ ਕੀਤੀ ਔਰ ਬਹੁਤ ਹੀ ਪਿਆਰੇ ਸ਼ਬਦਾਂ ਵਿੱਚ ਸਾਨੂੰ ਜਿਹੜੀ ਸਾਰੀ ਗੱਲ ਸਮਝਾ ਦਿੱਤੀ ਹੈ, ਅਮਲ ਕਰੀਏ ਨਾ
ਕਿਆ ਕਰੀਏ, ਇਹ ਤਾਂ ਸਾਡਾ ਆਪਣਾ ਕਰਮ ਹੈ। ਆਖਿਰ ਵਿੱਚ ਤੁਸੀਂ ਕੁਝ ਕਹਿਣਾ ਚਾਹੋ ਤੇ ਸਵਾਗਤ ਹੈ ਤੁਹਾਡਾ ਨੇਤਾ ਪਰਸਨ ਦਾ। ਮੈਂ ਕਿ ਜਿਹੜਾ ਸੱਚ ਨੂੰ ਮਹਾਰਾਜ ਨੂੰ ਮੰਨਣ ਵਾਲਾ ਆ ਉਹ ਦੂਸਰੇ ਦਾ ਦੁੱਖ ਲਾਊਗਾ। ਜਿੱਦਾਂ ਹੁਣ ਅਸੀਂ ਜਾਂਦੇ ਹਾਂ ਸ਼ਹੀਦ ਪਰਿਵਾਰਾਂ ਨੂੰ ਦੇਖਦੇ ਹਾਂ, ਸਾਨੂੰ ਦੁੱਖ ਲੱਗਦਾ ਆ। ਇੱਥੋਂ ਅਸੀਂ ਮਾਇਆ ਇਕੱਠੀ ਕਰਕੇ ਆਪਣੇ ਫਰਿੰਡਾਂ ਤੋਂ ਆਪਣੇ ਰਿਸ਼ਤੇਦਾਰਾਂ ਤੋਂ ਉਹਨਾਂ ਦੇ ਵਾਸਤੇ ਲਿਜਾ ਕੇ ਉੱਥੇ ਸੇਵਾ ਕਰਦੇ ਹਾਂ। ਤੇ ਸਾਨੂੰ ਇਹ ਵੀ ਪਤਾ ਆ ਕਿ ਜੇ ਕੋਈ ਸ਼ਹੀਦ ਪਰਿਵਾਰਾਂ ਦੀ ਸੇਵਾ ਕਰਦਾ ਤਾਂ ਉਹਨਾਂ ਨੂੰ ਵੀ ਪੁਲਿਸ ਵਾਲੇ ਪੁੱਛਗਿੱਛ ਕਰਦੇ ਆ, ਹਨਾ। ਪਰ ਫਿਰ ਵੀ ਅਸੀਂ ਨਹੀਂ ਹਟਦੇ। ਮੈਂ ਤਾਂ ਇਹ ਕਹਿੰਦੀ ਹਾਂ ਕਿ ਜੇ ਸਾਰੇ ਸਿੱਖ ਮਹਾਰਾਜ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ, ਨਾਮ ਜਪਣ, ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕਰਨ, ਦਸ ਪਾਤਸ਼ਾਹ ਸਮਝ ਚੁੱਕੇ, ਤਾਂ ਉਹ ਉਹਨਾਂ ਦੁਖੀਆਂ ਦਾ, ਹਨਾ, ਉਹਨਾਂ ਉਹਨਾਂ ਦਾ ਦੁੱਖ ਲੱਗੇ, ਤਾਂ ਅਸੀਂ ਸਾਰੇ ਆਪ ਆਪਣੇ ਆਪ ਇਕੱਠੇ ਹੋ ਕੇ ਉਹਨਾਂ ਦੀ ਮਦਦ ਕਰੀਏ। ਜੇ ਸਾਨੂੰ ਉਹਨਾਂ ਦਾ ਦੁੱਖ, ਜਿਹਨਾਂ ਨੂੰ ਉਹਨਾਂ ਦਾ ਦੁੱਖ ਹੀ ਨਹੀਂ ਲੱਗਦਾ, ਤੇ ਉਹਨਾਂ ਨੇ ਉਹਨਾਂ ਦੀ ਮਦਦ ਕੀ ਕਰਨੀ। ਹੁਣ ਇੰਨਾ ਚੜਾਵਾ ਹਰਿਮੰਦਰ ਸਾਹਿਬ ਚੜਦਾ ਆ, ਇੰਨੇ ਸ਼ਹੀਦ ਪਰਿਵਾਰ ਉੱਥੇ ਬੁੜੀ ਰੋਂਦੀਆਂ ਆ ਵਿਚਾਰੀਆਂ। ਤੁਸੀਂ ਦੇਖੋ ਫੇਰ ਪਤਾ ਲੱਗਦਾ, ਅੰਮ੍ਰਿਤਸਰ ਜ਼ਿਲ੍ਹੇ ਚ, ਗੁਰਦਾਸਪੁਰ ਜ਼ਿਲ੍ਹੇ ਚ ਅਸੀਂ ਜਾਂਦੇ ਆ, ਉੱਥੇ ਦੇਖਦੇ ਇੰਨੇ ਦੁਖੀ ਆ ਬੁੜੀਆਂ। ਪਰ ਜੇ ਉਹਨਾਂ ਕੋਲ ਜਿਹੜਾ ਇੰਨਾ ਚੜਾਵਾ ਚੜਦਾ, ਜੇ ਉਹ ਦੇਖਣ ਉਹਨਾਂ ਨੂੰ ਦੁੱਖ ਹੋਵੇ, ਤਾਂ ਉਹ ਉਹਨਾਂ ਦੀ ਮਦਦ ਨਾ ਕਰਨ। ਜਥੇਦਾਰ ਗੁਰੂ ਗ੍ਰੰਥ ਸਾਹਿਬ ਜਾਂਦੇ ਇੰਨੀ ਬੇਅਦਬੀ ਹੁੰਦੀ ਆ, ਉਹ ਕੀ ਕਰਦੇ ਆ ਜਥੇਦਾਰ ਹੁਣ ਕੀ ਕਰਦੇ ਆ? ਨਹੀਂ ਤਾਂ ਸਾਨੂੰ ਚਾਹੀਦਾ ਆ ਕਿ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਆ, ਅਸੀਂ ਉਹਦਾ ਜਵਾਬ ਉਸੇ ਵੇਲੇ ਦਈਏ। ਉਹ ਸਿੱਖ ਆ ਅਸਲੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੋ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ, ਕਿਉਂਕਿ ਵਕਤ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਭੈਣ ਜੀ ਰਵਿੰਦਰ ਕੌਰ ਜੀ ਦੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਾ ਮਨ ਨੂੰ, ਤਸੱਲੀ ਹੋਈ। ਬਹੁਤ ਪਿਆਰੀ ਗੱਲ ਉਹਨਾਂ ਨੇ ਸਾਨੂੰ ਸਮਝਾਈ ਕਿ ਧਰਤ ਕਾਇਆ ਸਾਧ ਕੇ ਵਿੱਚ ਦੇਹ ਕਰਤਾ ਬੀਜ, ਜਿੰਨੀ ਦੇਰ ਤੱਕ ਅਸੀਂ ਇਸ ਕਾਇਆ ਰੂਪੀ ਧਰਤੀ ਨੂੰ ਸਾਧਦੇ ਨਹੀਂ ਔਰ ਵਾਹਿਗੁਰੂ ਦੇ ਨਾਮ ਦਾ ਬੀਜ ਨਹੀਂ ਬੀਜਦੇ। ਔਰ ਉਹੀ ਗੱਲ ਭੈਣ ਜੀ ਬਲਦੀਸ਼ ਕੌਰ ਜੀ ਨੇ ਸਾਨੂੰ ਫਿਰ ਸਮਝਾਈ ਕਿ ਦਰਦ ਕੌਮ ਦਾ, ਕਿਉਂਕਿ ਜੇ ਅਸੀਂ ਕੌਮ ਨੂੰ ਇੱਕ ਸਰੀਰ ਸਮਝਦੇ ਹਾਂ, ਕੌਮ ਸਾਡਾ ਸਰੀਰ ਹੈ, ਤੇ ਸਰੀਰ ਦੇ ਕਿਸੇ ਵੀ ਇੱਕ ਅੰਗ ਨੂੰ ਦਰਦ ਹੋਵੇ, ਸਾਰਾ ਸਰੀਰ ਉਸ ਦਰਦ ਨੂੰ ਮਹਿਸੂਸ ਕਰਦਾ। ਪਰ ਅੱਜ ਸਾਡੀ ਭਾਵਨਾ ਇਹ ਬਣ ਕੇ ਰਹਿ ਗਈ ਹੈ ਕਿ ਪੜੋਸੀ ਦੇ ਹੋਇਆ, ਗੁਆਂਢੀ ਦੇ ਹੋਇਆ, ਨਾਲ ਵਾਲੇ ਪਿੰਡ ਚ ਹੋਇਆ, ਸਾਨੂੰ ਕੀ ਲੱਗੇ ਸਾਡਾ ਘਰ ਦਾ ਪੁੱਤ ਤਾਂ ਮਹਿਫੂਜ਼ ਹੈ। ਲੇਕਿਨ ਬਾਬਾ ਕਬੀਰ ਨੇ ਬੜੀ ਖੂਬਸੂਰਤ ਗੱਲ ਸਾਨੂੰ ਸਮਝਾਈ ਹੈ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਬਾਬਾ ਕਬੀਰ ਕਹਿੰਦੇ, ਕਬੀਰ ਡੂਬੋ ਗੇਰੇ ਬਾਪਰੇ ਬਹੁ ਲੋਗਨ ਕੇ ਕਾਨ, ਪਾਰੋਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ। ਜਿਹੜਾ ਅੱਜ ਤੇਰੇ ਘਰ ਪੜੋਸੀ ਦੇ ਹੋਇਆ ਨਾ, ਤੇਰੇ ਘਰ ਵੀ ਕੱਲ ਨੂੰ ਹੋ ਸਕਦਾ। ਇਸ ਕਰਕੇ ਪਾਰੋਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ, ਜਿਹੜਾ ਤੇਰੇ ਗੁਆਂਢੀ ਦੇ ਘਰ ਹੋਇਆ ਨਾ, ਅੱਜ ਔਰ ਕੱਲ ਤੇਰੇ ਘਰ ਵੀ ਹੋ ਸਕਦਾ। ਇਸ ਕਰਕੇ ਇਹ ਕਦੀ ਨਾ ਸੋਚੀ ਕਿ ਤੇਰੇ ਘਰ ਨਹੀਂ ਉਹ ਆਉਣਗੇ ਜਿਹੜੇ ਕਿ ਜ਼ੁਲਮ ਦੀ ਹਨੇਰੀ ਚਲਾਉਣ ਵਾਲੇ ਲੋਕ ਨੇ। ਤੋ ਇੱਕ ਗੱਲ ਜੋ ਸਾਡੀਆਂ ਸਤਿਕਾਰਯੋਗ ਭੈਣਾਂ ਦੇ ਨਾਲ ਸਾਂਝੀ ਹੋਈ, ਭੈਣ ਜੀ ਰਵਿੰਦਰ ਕੌਰ ਜੀ ਨੇ ਵੀ ਕਿਹਾ ਕਿ ਭਾਵੇਂ ਸਾਨੂੰ ਇਸ ਨਿਜ਼ਾਮ ਤੋਂ ਕੋਈ ਉਮੀਦ ਨਹੀਂ ਹੈ, ਪਰ ਸਾਨੂੰ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਹੈ, ਗੁਰੂ ਤੇ ਪੂਰਨ ਭਰੋਸਾ ਹੈ। ਲੇਕਿਨ ਗੁਰੂ ਤੇ ਪੂਰਨ ਭਰੋਸਾ ਉਸ ਵਕਤ ਹੀ ਸਫਲ ਹੋਏਗਾ ਜਿਸ ਵਕਤ ਅਸੀਂ ਗੁਰੂ ਦੇ ਪ੍ਰਤੀ ਸਮਰਪਿਤ ਹੋ ਕੇ ਆਪ ਏਕਤਾ ਦੇ ਵਿੱਚ ਆ ਕੇ। ਤੋ ਬਹੁਤ ਅੱਛੀ ਗੱਲ ਕਹੀ ਰਵਿੰਦਰ ਕੌਰ ਭੈਣ ਜੀ ਨੇ ਕਿ ਜੇ ਇੱਕ ਸਿੱਖ ਇਹ ਸੋਚ ਲਵੇ ਕਿ ਕੋਈ ਗੱਲ ਨਹੀਂ, ਜੇ ਥੋੜ੍ਹਾ ਜਿਹਾ ਕੋਈ ਉਸਨੇ ਸਾਨੂੰ ਕੁਛ ਕਹਿ ਵੀ ਦਿੱਤਾ ਕੋਈ ਗੱਲ ਨਹੀਂ, ਜਾਂ ਫਿਰ ਘੱਟੋ ਘੱਟ ਇਹ ਸੋਚ ਲਵੇ ਕਿ ਜੇ ਉਹਦਾ ਚਾਂਸ ਹੈ ਉਹ ਅੱਗੇ ਆ ਰਿਹਾ ਤੇ ਉਹਨੂੰ ਅੱਗੇ ਆਣ ਦਿੱਤਾ ਜਾਵੇ, ਕੋਈ ਗੱਲ ਨਹੀਂ। ਇਹ ਨਹੀਂ ਹੋਣਾ, ਕਿਉਂਕਿ ਸਾਡਾ ਕੀ ਖਿਆਲ ਹੁੰਦਾ ਕਿ ਅਸੀਂ ਪ੍ਰਾਪਤੀ ਤਾਂ ਚਾਹੁੰਦੇ ਹਾਂ, ਹਰ ਕੋਈ ਪ੍ਰਾਪਤੀ ਚਾਹੁੰਦਾ ਹੈ, ਲੇਕਿਨ ਮੈਂ ਪ੍ਰਾਪਤੀ ਜਿਹੜੀ ਚਾਹੁੰਦਾ ਨਾ ਉਹ ਚਾਹੁੰਦਾ ਮੇਰੇ ਥਰੂ ਹੋਵੇ, ਬਸ ਇਹੀ ਮੇਰੀ ਹੋਮੇ ਹੈ। ਜਿੰਨੇ ਦੇਰ ਤੱਕ ਇਹ ਨਹੀਂ ਛੱਡੇਗੀ ਤਾਂ ਫਿਰ ਪ੍ਰਾਪਤੀ ਨਹੀਂ ਹੋਏਗੀ। ਪ੍ਰਾਪਤੀ ਉਦੋਂ ਹੋਏਗੀ ਜਦੋਂ, ਕਿਉਂਕਿ ਜਿਹੜੀ ਪ੍ਰਾਪਤੀ ਹੋਣੀ ਉਹ ਸਾਰੀ ਕੌਮ ਦੇ ਲਈ ਹੋਣੀ, ਜਿਹੜਾ ਵਧਨ ਬਣਨਾ, ਦੇਸ਼ ਬਣਨਾ, ਸਾਰੀ ਕੌਮ ਮੇਰੇ ਲਈ ਨਹੀਂ ਬਣਨਾ। ਤੋ ਮੇਰੇ ਥਰੂ ਬਣੇ ਜਾਂ ਕਿਸੇ ਹੋਰ ਦੇ ਥਰੂ ਬਣੇ, ਸਹੀ ਆਪਾਂ ਉਸ ਦੇ ਲਈ ਏਕਤਾ ਕਰੀਏ। ਬਹੁਤ ਅੱਛਾ ਲੱਗਾ ਭੈਣ ਜੀ, ਆਖਿਰ ਦੇ ਵਿੱਚ ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਔਰ ਆਪਣੇ ਸੁਣਨ ਵਾਲੇ ਵਿਊਰਸ ਨੂੰ ਵੀ ਫਤਿਹ ਬੁਲਾ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਆਪ ਤੋਂ ਸਮਾਪਤੀ ਦੀ ਇਜਾਜ਼ਤ ਚਾਹੁੰਦਾ। ਅੱਜ ਦੇ ਪ੍ਰੋਗਰਾਮ ਦੇ ਦੌਰਾਨ ਆਪ ਜੀ ਦੇ ਦਾਸ ਪਾਸੋਂ ਜਾਂ ਸਾਡੀਆਂ ਭੈਣਾਂ ਪਾਸੋਂ ਕੋਈ ਵੱਧ ਘੱਟ ਲਫ਼ਜ਼ ਅਗਰ ਬੋਲਿਆ ਗਿਆ ਹੋਵੇ ਤਾਂ ਆਪ ਸਾਡੀਆਂ ਭੁੱਲਾਂ ਨਹੀਂ ਚਿਤਾਰਨੀਆਂ, ਅਰਦਾਸਾਂ ਵਿੱਚ ਯਾਦ ਰੱਖਣਾ, ਦੁਆਵਾਂ ਵਿੱਚ ਯਾਦ ਰੱਖਣਾ, ਆਪਣਾ ਖਿਆਲ ਰੱਖਣਾ। ਹੈਪੀ ਵੀਕੈਂਡ, ਸ਼ੁਭ ਰਾਤ, ਸ਼ਬਾ ਖੈਰ, ਔਰ ਦੇਖਦੇ ਰਹਿਣਾ ਜੀ ਸਿੱਖ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।